ਤੇ ਇਦੂ ਬਾਦ ਨਾ ਪੁੱਤ ਨਾ ਪੜੋਤੇ ਜਿਹਾਉਂਦੇ ਰਹੇ ਕਦੇ ਰਾਹ ਹੀ ਨਹੀਂ ਪੈਂਦੀ ਸਰਪੰਚ ਜੀ ਮੈਂ ਕਹਿੰਦਾ ਜੇ ਐਮਐਲਏ ਬਣਾਉਣ ਮੰਤਰੀ ਕੋਲ ਰਾਹ ਵੀ ਨਹੀਂ ਪੈਂਦੇ ਕਿਆ ਤੋ ਐਨਾ ਅਖਰ ਇਦੂ ਤਾਂ ਮਾੜਾ ਕੰਮ ਹੀ ਨਹੀਂ ਜੀ ਜੇ ਤੁਸੀਂ ਰਾਜਨੀਤੀ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਉੜਾ ਹੀ ਸਿਖਾਇਆ ਜਾਂਦਾ ਵੀ ਮੌਕਾ ਫਰਸਤ ਜਿੱਧਰ ਥੋੜਾ ਮੌਕਾ ਲਗੇ ਤੜਾ ਪੜਾਕਾ ਪਾ ਦਿਓ ਪਹਿਲਵਾਨੀ ਦੇ ਜਿਵੇਂ ਦਾ ਪੇਚ ਹੈ ਦੇਖੋ ਜੀ ਹੁਣ ਇਹਦੇ ਤੋ ਧੋਬੀ ਅੰਗ ਮਾਰੋ ਹੁਣ ਇਹਦੇ ਪੱਟੀ ਲੱਗ ਜਾਓ ਮਤਲਬ ਸਭ ਤੋਂ ਪਹਿਲੀ ਰਾਜਨੀਤੀ ਦੇ ਦਾ ਪੇਚ ਹੈ ਵੀ ਤੁਸੀਂ ਦਲ ਬਦਲੋ ਇਦਾਂ ਢੇਲੀਆਂ ਲਵਾ ਦੂ ਸਰਪੰਚੀ ਅੱਧਾ ਕਿਲਾ ਕਿਲਾ ਇਦਾਂ ਅੱਧਾ ਘਟ ਨਿਕਲ ਕੇ 2.5 ਕਿਲਿਆਂ ਤੱਕ ਜਾਊਗੀ ਸਰਪੰਚੀ ਖਾਨ ਮਤਲਬ ਚੀਕਾਂ ਪਵਾ ਦੇਣਗੇ ਲੋਕ ਤੇ ਜੇ ਹੁਣ ਮੰਨ ਲਾ ਮੈਂ ਖੜਾ ਹੋ ਜਾ ਮੈਂ ਤਾਂ ਮੇਰੇ ਪੋਤੇ ਦੀ ਜ਼ਮੀਰ ਵੀ ਵੇਚ ਦੂੰਗਾ ਪ੍ਰੈਸਟੀ ਬਣ ਜਾਂਦੀ ਆ ਹਾਏ ਗਰਗੇ ਓਏ ਅੱਜ ਤੜਕੇ ਓਏ ਇੱਧਰ ਲਈ 100 ਵੋਟਾਂ ਭੇਜੀ 100 ਡੱਬਾ ਇੰਦਰ ਲਾ ਹਤਮ ਕਾ ਡੇਮ ਕਾ ਬੜਾ ਉਖਾ ਯਾਰ ਕਾਹਨੇ ਲੋਕਾਂ ਦੇ ਵੀ ਹੁੰਦਾ ਨਾ ਵੀ ਵੋਟ ਅਸੀਂ ਕਾਲੀਦਾਲ ਵਾਲੇ ਨੂੰ ਪਾਈਏ ਜੀ ਜਿੱਤਨ ਤੋਂ ਬਾਅਦ ਉਹ ਬੀਜੇਪੀ ਵਾਲੇ ਪਾਸੇ ਤੁਰ ਜੇ ਸਾਡੀ ਤਾਂ ਵੋਟ ਖਰਾਮ ਗਈ ਨਾ ਨਹੀਂ ਨਹੀਂ ਲੋਕਾਂ ਨੂੰ ਹੁੰਦਾ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਰਾਜਨੀਤੀ ਕੀ ਹੋਈ ਜਿਹੜਾ ਬੰਦਾ ਦਲ ਨਹੀਂ ਬਦਲ ਸਕਦਾ ਜਿਹੜਾ ਬੰਦਾ ਝੂਠ ਨਹੀਂ ਬੋਲ ਸਕਦਾ ਜਿਹੜਾ ਬੰਦਾ ਧੋਖਾ ਨਹੀਂ ਦੇ ਸਕਦਾ ਉਹ ਰਾਜਨੀਤਿਕ ਹੋ ਹੀ ਨਹੀਂ ਸਕਦਾ ਜਿਹਦੇ ਕੋਲੋਂ ਜੁੱਡੇ ਵੱਡੇ ਵੱਡੇ ਦਾਅ ਪੇਚੋ ਉਦੀ ਉਡੀ ਲੰਬੀ ਰਾਜਨੀਤੀ ਜਿਹੜੀ ਮੋਦੀ ਦੇ ਪਿੱਛੇ ਰ ਮੋਦੀ ਸਾਹਿਬ ਦੇ ਪਿੱਛੇ ਰਾਜਨੀਤੀ ਆ ਨਾ ਜਾਂ ਜਿਹੜੀ ਵਿਚਾਰਧਾਰਾ ਹੈ ਇਹ ਤਾਂ ਮੋਦੀ ਸਾਹਿਬ ਅਜੇ ਬਹੁਤ ਕੰਟਰੋਲ ਨਾਲ ਚਲਾ ਰਹੇ ਆ ਉਹ ਤਾਂ ਇਦਾਂ ਦੀ ਵਿਚਾਰਧਾਰਾ ਹੁਣ ਨੂੰ ਤਾਂ ਦਰੜ ਦੇਣਾ ਸੀ ਸਾਰਾ ਕੁਝ ਇਹ ਲਗਾਤਾਰ ਇਹ ਚਰਚਾ ਹੈ ਮਤਲਬ ਨਰਿੰਦਰ ਮੋਦੀ ਨੂੰ ਲੈ ਕੇ ਜੇ ਆ ਗਿਆ ਤਾਂ ਇਸ ਤੋਂ ਬਾਅਦ ਵੋਟਾਂ ਨਹੀਂ ਪੈਂਦੀ ਡਿਕਟੇਟਰਸ਼ਿਪ ਆਉਗੀ ਤੁਹਾਨੂੰ ਕੀ ਲੱਗਦਾ ਨਹੀਂ ਕਰ ਹਿੰਦੁਸਤਾਨ ਚ ਤਾਂ ਇਹ ਜੇ ਬੜੇ ਆਏ ਤੇ ਬੜੇ ਜਾਂਦੇ ਆ ਤੱਕਾ ਕਿੰਨਾ ਚਿਰ ਆਏ ਹਿਟਲਰ ਹਿਟਲਰ ਨੂੰ ਨਿਸ਼ਾਜ ਕੋਈ ਜਰਮਨ ਦੇ ਵਿੱਚ ਹਿਟਲਰ ਦਾ ਨਾਮ ਲੈਦੇ 1 ਸਾਲ ਸਜ਼ਾ ਹੈ ਅੱਜ ਕੋਈ ਜਰਮਨ ਦੇ ਵਿੱਚ ਐਦਾਂ ਕਰਦੇ ਨਾ ਐਦਾਂ ਕਰਦਾ ਦਿਖ ਜਾਈ ਆਤੀ ਜਾਏ ਬਾਹ ਕਰਦਾ ਤੇ ਕਟੁੱਕ 6 ਮਹੀਨੇ ਜਵਾਨਤ ਨਹੀਂ ਇਹ ਭਲੇਖਾ ਕੱਢ ਦੇਣ ਹਿੰਦੁਸਤਾਨੀ ਵੀ ਕਾਂਗਰਸ ਆ ਗਈ ਜਾਂ ਕੋਈ ਹੋਰ ਆ ਗਏ ਜਾਂ ਤੀਜੀ ਚੌਥੀ ਠਹਿਰਾ ਗਈ ਮੋਦੀ ਦਾ ਚਿਹਰਾ ਹੋਰ ਲੁਕ ਜਾਣਾ ਲੇਕਿਨ ਚੋਚੀ ਕੰਮ ਉਹੀ ਕਰਨਾ ਹੈ ਸਭ ਤੋਂ ਪਹਿਲਾਂ ਸਤਾਈ ਦੇ ਵਿੱਚ ਜੇ ਕਾਲੀ ਦਾਲ ਆ ਗਿਆ ਨਾ ਜੀ ਮੈਂ ਤਾਂ ਗੱਲ ਕਰਦਾ ਚਲੋ ਮੇਰਾ ਜਿਹੜੇ ਨਾਲ ਬਦਲ ਕੇ ਆਏ ਐ ਕਾਲੀ ਦਲ ਦੇ ਜਿਹੜੇ ਕਹਿੰਦੇ ਸੀ ਘਰ ਵਾਪਸੀ ਕੀਤੀ ਹੈ ਸਭ ਤੋਂ ਪਹਿਲਾ ਕੰਮ ਉਹਨਾਂ ਨੂੰ ਦਰੜਨਾ ਉਹਨੇ ਇਹ ਰਾਜਨੀਤੀ ਦਾ ਪਹਿਲਾ ਗੁਣ ਹੈ ਵੀ ਜਿਹੜਿਆ ਨੇ ਬਕਾਬਤ ਕਰੀ ਉਹਨੂੰ ਦਰੜ ਦੇ ਦੁੱਖ ਇੱਥੇ ਬੈਠਾ ਹੈ ਮੌਤ ਇੱਥੇ ਬੈਠੀ ਹੈ ਬੰਦੇ ਦੇ ਨਾਲ ਆਉਣੀ ਹੋਣ ਲੋਕਾਂ ਨੂੰ ਨਹੀਂ ਦੁੱਖ ਜੇ ਤੁਸੀਂ ਕਹੋ ਵੀ ਸੀਐਮ ਸਾਹਿਬ ਤੋਂ ਦੁੱਖ ਨਹੀਂ ਨੋ ਤੁੱਖਾਂ ਦਾ ਅੰਦਰੋਂ ਪਜੇ ਤੁਸੀਂ ਕਹੋ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਤੋਂ ਦੁੱਖ ਨਹੀਂ ਵੀਰ ਬੜੀ ਸਕਿਉਰਟੀ ਹੈ ਬੜਾ ਨਜ਼ਾਰਾ ਸ਼੍ਰੀਮਾਨ ਜੀ ਰਾਤ ਨੂੰ ਉੱਠਦਾ ਟਿਪਕ ਟਿਪਕ ਕੁੱਟਦਾ ਉਹ ਵੀ ਜੇ ਦਵਾਰੇ ਨਾ ਬਣਿਆ ਫੇਰ ਕੀ ਬਣੋ ਕਿਤੇ ਜੀਵਨ ਚ ਨਾ ਸੜ ਦੇਣ ਕਿਤੇ ਛੱਡਣਾ ਨਾ ਪੈ ਜਾਏ ਦੁੱਖ ਸੁੱਖ ਚੀਜ਼ਾਂ ਹੀ ਆ। ਕਿਤੇ ਦੁੱਖ ਨਹੀਂ ਪਿਆ ਹੁੰਦਾ ਆਨੰਦ ਲੈਂਦਾ। ਉਹ ਕਹਦਾ ਗਣੇਸ਼ ਭਗਵਾਨ ਨੂੰ ਕੀ ਕਹਿੰਦਾ ਸੁੰਡ ਵਾਲਾ ਬਾਬਾ। ਹੂੰ। ਕਿ ਜਿਹੜਾ ਦੁਖੀ ਉਹ ਹੀ ਗਣੇਸ਼ ਭਗਵਾਨ ਪੂਰੇ ਮੱਥਾ ਟੇਕਦਾ। ਜਦੋਂ ਪੈਂਦਾ ਉਦੋਂ ਪਤਾ ਲੱਗਦਾ। ਜਦੋਂ ਹਜੇ ਭੋਗ ਪਿਆ ਨਹੀਂ ਭੋਗ ਪੈਣ ਤੋਂ ਬਾਅਦ ਦੇਖ ਵੀ ਨਹੀਂ ਵੰਡੀ। ਹੂੰ। ਕਹਿੰਦਾ ਮੇਰੇ ਕਾਰਡ ਲੈ ਲਓ ਜੀ ਆਹ ਕਾਰਡ ਵੰਡਣ ਲੱਗੇ ਜੇ ਕਿਸੇ ਨੂੰ ਲੋੜ ਹੈ ਤਾਂ ਕਹਿੰਦਾ ਮੈਨੂੰ ਤੁਸੀਂ ਕੰਡੈਕਟ ਕਰ ਸਕਦੇ ਹੋ ਪੈਸਾ ਮੈਂ ਲੈਂਦਾ ਨਹੀਂ। ਹੂੰ। ਮੈਂ ਕਹਦਾ ਮੈਂ ਤੇਰੇ ਵਾਲੀ ਹੱਦ ਹੋ ਗਈ ਯਾਰ। ਇਹਦਾ ਮਤਲਬ ਤੁਸਾਨੂੰ ਮਰੀ ਲੋ ਜਦਾਂ ਮੀ ਮੇਰੇ ਕਾਰਡ ਲੈ ਲਓ ਤੇ ਮੈਨੂੰ ਸੱਦੀ ਜਾਓ ਦੇਖਦਾ ਬੰਡ ਲੈਣ ਦੇ ਗੁਰੂ ਮਹਾਰਾਜ ਦੀਆਂ ਹਾਲਾਤ ਹੋਈ ਪਈਆਂ ਜੇ ਮੱਥਾ ਟੇਕਣ ਜਾਂਦੇ ਆ 10 ਰੁਪਏ ਕੋਈ ਸਬਰ ਸੰਤੋਖ ਥੋੜੀ ਮੰਗਣ ਜਾਂਦੇ ਆ ਜੀ ਬਾਬਾ ਬਾਈ ਬਣ ਕੇ ਬਾਬਾ ਬਣ ਕੇ ਜੇਰ ਤੂੰ ਦੱਸ ਵੀ ਸਾਨੂੰ ਕੁਛ ਨਾ ਕੁਝ ਦੇ ਤਾਂ ਮੁੰਡਾ ਦੇ ਦੇ ਜਾਂ ਬਾਹਰ ਭੇਜ ਦੇ ਜਾਂ ਸਾਨੂੰ ਆਹ ਦੇ ਦੇ ਇਸ ਤਾਂ ਮੰਗਣੀ ਤੁਰੇ ਮੰਗਤੀ ਬਣੇ ਰਹਿੰਦੇ ਆ ਅੱਕ ਜਾਂਦਾ ਬਾਬਾ ਵੀ ਕੀ ਕਰੇ ਦੇ ਦੇ ਕੇ ਨਾ ਅਜ ਮੁਸਲਮਾਨ ਤੁਸੀਂ ਕੋਈ ਵੀ ਦੇਖ ਲਿਓ ਮੁਸਲਮਾਨ ਧਰਮ ਦੇ ਵਿੱਚ ਜਿੰਨੇ ਵੀ ਜਾਂਦੇ ਆ ਕੋਈ 60 ਫੁੱਟ ਆਪਦਾ ਉਹ ਮੱਕੇ ਮਕੀਨੇ ਜਾਣਗੇ ਤਾਂ ਸਿਰਫ ਕੱਲੀ ਚ ਗੁਰਾਂ ਸਗੇ ਮੈਨੂੰ ਉਹਦਾ ਤੇਰੇ ਕੀ ਗੜਗੜ ਦਾੜੀ ਹੈ ਵੀ ਤੂੰ ਮੱਥਾ ਠੇਕੇ ਲੈ ਮੈਂ ਦੱਸ ਕੀ ਕਰਾਂ ਮੈਂ ਤਾਂ ਬੰਗੇ ਹੀ ਲੈ ਲੈ ਮੇਰੀ ਦਾੜੀ ਤੇ ਚੈਲੰਜ ਕਰਤਾ ਮਾਇਆ ਦੇ ਕੈਸੀ ਚੀਜ਼ ਹੈ ਜੇ ਤੁਹਾਨੂੰ ਅੱਜ ਕਰੋੜ ਦੀ ਲਾਟਰੀ ਲੱਗ ਗਈ ਨਾ 2 ਸਾਲਾਂ ਬਾਅਦ ਉਨੀ ਕਰਜਾਈ ਹੋਵੋਗੇ ਤੁਸੀਂ ਇਹ ਭੱਜ ਜਾਂਦੀ ਹੈ ਕਾਰ ਨਾ ਕਾਰ ਰੋਕੇ ਰੋਕਣ ਦਾ ਮੰਤਰੀ ਨਹੀਂ ਕਿਸੇ ਨੂੰ ਰੋਕਣੀ ਬੜੀ ਔਖੀ ਹੈ ਕਈ ਲੋਕ ਬੜੀ ਰੋਕ ਲੈਂਦੇ ਮਤਲਬ ਨਾ 14 ਤੋਂ 15% ਹੀ ਰੋਕਦੇ ਜਿੰਨੇ ਮਾਇਆ ਕੋਣੀ ਸੌਖੀ ਹੈ ਬੰਦੇ 'ਚ ਸਕਿੱਲ ਹੋਣਾ ਚਾਹੀਦਾ ਹੈ ਉਹ ਕੰਫੀਡੈਂਸ ਹੋਣਾ ਚਾਹੀਦਾ ਹੈ ਹੁਣ ਤੁਸੀਂ ਇੱਕ ਨਾਰਮਲ ਪੱਤਰਕਾਰ ਹੋ ਵਾਲੇ ਵੱਡੇ ਪੱਤਰਕਾਰਾਂ ਚ ਨਹੀਂ ਲੇਕਿਨ ਤੁਸੀਂ ਵੱਡੇ ਵੱਡੇ ਨੂੰ ਭਾਜੜਾਂ ਪਾਈਂ ਪਰਦੇ। ਇਵੇਂ ਝੁਕਰ ਮਾਇਆ ਕਮਾਉਣੀ ਬਹੁਤ ਸੌਖੀ ਐ। ਸਕਿੱਲ ਸਿੱਖਣੇ ਪੈਂਦੇ ਐ। ਮਾਇਆ ਨੂੰ ਸਿਸਟਮ ਨਾਲ ਲਾਫ ਅਟਰੈਕਸ਼ਨ ਨਾਲ ਜੋੜਨਾ ਪੈਂਦਾ ਬੰਦੇ ਨੂੰ। ਬੰਦੇ ਨੂੰ ਭਰੋਸਾ ਕਰਨਾ ਪੈਂਦਾ। ਘੰਟੇ 'ਚ ਮਾਇਆ ਕੀ ਕਮਾਵਾਂਗੇ ਅਸੀਂ? ਇਲੈਕਸ਼ਨ ਦਾ ਟਾਈਮ ਐ। ਸਭ ਦੇ ਮਨ ਦੇ ਵਿੱਚ ਇਹ ਐ ਕਿ ਕਿਹੜੀ ਪਾਰਟੀ ਜਿੱਤੂਗੀ ਤੇ ਨਾਲ ਹੀ ਸਭ ਦੇ ਮਨ ਦੇ ਵਿੱਚ ਸਵਾਲ ਐ ਦਲ ਬਦਲੀ ਦਾ। ਤੇ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਬਾਬਾ ਜੀ ਨੇ ਮਤਲਬ ਸਪੈਸ਼ਲੀ ਵਾਰੀ ਤੁਹਾਨੂੰ ਅਸੀਂ ਇਹਨਾਂ ਬਾਰੇ ਇੱਕ ਇੰਟਰਵਿਊ ਤੁਹਾਡੇ ਸਾਹਮਣੇ ਆਈ ਸੀ ਬੜੀ ਪਸੰਦ ਕੀਤੀ ਸੀ ਰੋਹਾਨੀਅਤ ਦੀਆਂ ਗੱਲਾਂ ਵੀ ਕਰਦੇ ਨੇ ਤੇ ਜਿਹੜੀ ਅਸਲ ਜ਼ਿੰਦਗੀ ਉਹਦੇ ਬਾਰੇ ਵੀ ਗੱਲਬਾਤ ਸਭ ਤੋਂ ਪਹਿਲਾ ਸਵਾਲ ਤੁਹਾਡੇ ਲਈ ਬਾਵੀ ਸਸੀ ਕਾਲ ਸਸੀ ਕਾਲ ਜੀ ਠੀਕ ਹੋ ਬਹੁਤ ਵਧੀਆ ਬਾਬਾ ਜੀ ਦਾ ਨਾਮ ਮੈਂ ਇੱਥੇ ਬਾਬਾ ਜੀ ਕਹਿ ਕੇ ਸਾਡਾ ਕੁਲਵਿੰਦਰ ਸਿੰਘ ਕੋ ਸਰਪੰਚ ਵੀ ਨੇ ਬਿਲਕੁਲ ਬਾਬਾਈ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਮਾਹੌਲ ਦੇਖ ਰਹੇ ਹੋ ਦਲ ਬਦਲੀ ਦਾ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਕੋਈ ਕਿੱਧਰ ਕੋਈ ਕਿੱਧਰ ਅਸਲ ਜੀ ਜਲੰਧਰ ਦੇਖਣਾ ਹੋਵੇ ਤਾਂ ਜਿਹੜਾ ਆਮ ਆਦਮੀ ਪਾਰਟੀ ਦਾ ਚਲੋ ਪਹਿਲਾਂ ਤਾਂ ਕਾਂਗਰਸ ਦਾ ਸੀ ਪਹਿਲਾਂ ਹੁਣ ਆਮ ਆਦਮੀ ਪਾਰਟੀ ਦਾ ਸੀਗਾ ਉਹ ਜਾਵੜਿਆ ਭਾਜੀਪੀ ਚ ਜਿਹੜਾ ਬੀਜ ਅਕਾਲੀਆਂ ਦਾ ਸੀਗਾ ਉਹ ਜਾਵੜਿਆ ਆਮ ਆਦਮੀ ਪਾਰਟੀ ਚ ਜਿਹੜਾ ਕਾਂਗਰਸ ਦਾ ਸੀ ਉਹ ਜਾਵੜਿਆ ਅਕਾਲੀ ਦਾ ਮਤਲਬ ਉੱਥੇ ਸਾਰਾ ਐ ਘੁੰਮੇ ਫਿਰਦਾ ਇਹਨੂੰ ਕਿਵੇਂ ਦੇਖਦੇ ਹੋ ਇਹ ਤਾਂ ਬਹੁਤ ਵਧੀਆ ਚਿਰਕ ਨਾ ਦੇਖਿਆ ਜਾ ਸਕਦਾ ਹਮ ਜਦੋਂ ਤੁਸੀਂ ਰਾਜਨੀਤੀ ਸ਼ੁਰੂ ਕਰਦੇ ਹੋ ਜੀ ਉਜਕਰ ਮੈਂ ਦੇਖੋ ਮੈਂ ਤਾਂ ਹੰਡ ਆਇਆ ਹੋਇਆ ਹੂੰ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਹੰਡਾਇਆ ਹੋਵੇ ਮੈਂ ਵੀ ਬੜੇ ਸਪੱਟੇ ਲਾਏ ਆ ਪਹਿਲਾਂ ਕਿਸੇ ਪਾਰਟੀ 'ਚ ਫਿਰ ਕਿਸੇ ਪਾਰਟੀ 'ਚ ਐਕਚੁਅਲੀ ਦਲ ਬਦਲ ਨੂੰ ਦਲ ਬਦਲਣਾ ਲੋਲੀਪੋਪ ਦੇਣਾ ਲੋਕਾਂ ਨੂੰ ਮੂਰਖ ਬਣਾਉਣਾ ਹਰ ਟਾਈਮ ਕੱਟ ਕੇ ਰੱਖਣਾ ਮਤਲਬ ਅੱਗੇ ਨਿਕਲਣਾ ਇਹ ਤਾਂ ਦਾ ਪੇਚ ਆ ਰਾਜਨੀਤੀ ਦੇ ਤੁਸੀਂ ਜੇ ਅੱਜ ਤੁਹਾਡੇ ਦਾ ਪੇਚ ਆ ਦੋਸਤੋ ਜਿਆਪਾ ਬ੍ਰਾਡ ਅਪ ਅੱਜ ਕਰ ਰਹੇ ਆ ਪ੍ਰੋਗਰਾਮ ਇਹਦੇ ਵਾਸਤੇ ਕੈਮਰੇ ਸੈਟਅਪ ਲਾਉਣੇ ਲਾਈਟ ਲਾਉਣੀ ਮੈਕ ਲਾਉਣੇ ਇਹ ਤੁਹਾਡੇ ਦਾ ਪੇਚ ਹੈ ਠੀਕ ਪਹਿਲਵਾਨੀ ਦੇ ਜਿਵੇਂ ਦਾ ਪੇਚ ਹੈ ਦੇਖੋ ਜੀ ਹੁਣ ਇਹਦੇ ਤੋਂ ਧੋਬੀ ਅੰਗ ਮਾਰੋ ਹੁਣ ਇਹਦੇ ਪੱਟੇ ਲੱਗ ਜੋ ਮਤਲਬ ਇਹ ਸਭ ਤੋਂ ਪਹਿਲੀ ਰਾਜਨੀਤੀ ਦੇ ਦਾ ਪੇਚ ਹੈ ਵੀ ਤੁਸੀਂ ਦਲ ਬਦਲੋ ਠੀਕ ਦਲ ਮੌਕਾ ਪ੍ਰਸਤ ਜਦੋਂ ਜਿੱਥੇ ਜਿਵੇਂ ਲੱਗਿਆ ਕੰਨਿਆਂ ਦੀ ਮਜਬੂਰੀ ਹੁੰਦੀ ਹੈ ਵੀ ਠੀਕ ਹੈ ਉਹਨਾਂ ਨੂੰ ਪਾਰਟੀ ਚ ਮਾਨ ਸਨਮਾਨ ਨਹੀਂ ਹੁੰਦਾ ਉਹਨਾਂ ਨੇ ਜਾਣਾ ਹੀ ਹੁੰਦਾ ਤੇ ਕੰਨਿਆਂ ਦਾ ਕੰਮ ਹੁੰਦਾ ਵੀ ਜਿੱਥੇ ਜਿੱਧਰ ਨੂੰ ਆਉਂਦਾ ਦਾਹ ਪੇਜ ਲਾ ਦਿਓ ਇਹ ਤਾਂ ਕੋਈ ਬੜਾ ਵੱਡਾ ਨਹੀਂ ਅਸੀਂ ਲੋਕ ਕਿੱਥੇ ਕਹਿੰਦੇ ਆ ਜੀ ਫਲਾਣਾ ਬੋਤਲ ਗਿਆ ਜੀ ਠਮਕਾ ਅਸੀਂ ਜਜਵਾਤੀ ਜੁੜ ਜਾਂਦੇ ਆ ਹੂੰ ਜਜਵਾਤੀ ਜਿਵੇਂ ਕਰੋਨਾ ਸੀ ਕਰੋਨਾਂ ਵਾਲੀ ਬਿਮਾਰੀ ਆਈ ਉਹ ਡਰ ਪੈ ਗਿਆ ਬੱਲੇ 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 ਬੜਾ ਪੰਗਾ ਹੁਣ ਅਸੀਂ ਮੈਂਟਲੀ ਪ੍ਰੇਪੇਅਰ ਆ ਵੀ ਕੀ ਗੱਲ ਆ ਯਾਰ ਆਜੂ ਆਜੇ ਜਦੋਂ ਅਸੀਂ ਜਜਵਾਤੀ ਜਿਹੜੇ ਨਹੀਂ ਜੁੜਦੇ ਹੂੰ ਤਾਂ ਕੋਈ ਇਹ ਤਾਂ ਨਾਰਮਲ ਗੱਲ ਐ ਇਹ ਤੁਹਾਨੂੰ ਮਤਲਬ ਇਹ ਇੱਕ ਦਾਹ ਪੇਚ ਐ ਜਿਵੇਂ ਮਾਰਿਆ ਜਲੰਧਰ ਨੇ ਪਵੰਟੀ ਨੂੰ ਉਧਰ ਮਾਰਿਆ ਹੂੰ ਠੀਕ ਆ ਦੂਜੇ ਨੇ ਉਧਰ ਮਾਰਿਆ ਇਹਦੇ ਵਿੱਚ ਕੋਈ ਦੂਜੀ ਰੇ ਇਹਦੇ ਕੋਈ ਬਾਲਾ ਵੱਡਾ ਗੱਲ ਨਹੀਂ ਤਾਂ ਆਨਲੀ ਚੱਲਦਾ ਹੀ ਰਹਿਣਾ ਪਿਛੋਕੜ ਸੇ ਤਾਂ ਜਿੱਕ ਤੇ ਕਾਨੂੰਨ ਜਾਂ ਬਣਿਆ ਹੋਇਆ ਨਾ ਦੇਖ ਹੂੰ ਜੋ ਕਿਤੇ ਕਾਨੂੰਨ ਜਾਂ ਨਾ ਬਣਿਆ ਹੋਵੇ ਹਾਂਜੀ 4 ਐਮਐਲਏ ਤੜਕੇ ਨੂੰ ਇਧਰ 5 ਇਧਰ 7 ਇਧਰ ਇਹ ਤਾਂ ਦਾਹ ਪੇਚ ਹੈ ਚੌਧਰੀ ਚਾਰਨ ਸਿੰਘ ਦਾ ਨਾਮ ਸੁਣਿਆ ਹੋਣਾ ਤੁਸੀਂ ਬਹੁਤ ਵੱਡਾ ਪ੍ਰਾਇਮਿਸਟਰ ਹੋਏ ਆਪਣੇ ਦੇਸ਼ ਦਾ ਹੂੰ ਉਹਦਾ ਬੇਟਾ ਸੀ ਚੌਧਰੀ ਜੀਤ ਸਿੰਘ ਮੇਰੇ ਖਿਆਲ ਦੇ ਵਿੱਚ ਉਹ ਰਾਤ ਨੂੰ ਇੱਕ ਪਾਰਟੀ ਬਦਲਦਾ ਤੜਕੇ ਦੂਜੀ ਬਦਲ ਦਿੰਦਾ ਹੂੰ ਤੂੰ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਯਾਰ ਕੰਮ ਮੈਂ ਸਾਡਾ ਸੱਪ ਦਾ ਕੰਮ ਹੈ ਡੰਗ ਮਾਰਨਾ ਰਾਜਨੀਤੀ ਦਾ ਕੰਮ ਹੈ ਦਾ ਮਾਰਨਾ ਤੇ ਦਲ ਬਦਲਨੇ ਕੋਈ ਵਾਲੀ ਵੱਡੀ ਮੈਟਰ ਨਹੀਂ ਫਿਰ ਲੋਕਾਂ ਨੇ ਤਾਂ ਚਾਚਾ ਚੱਲ ਪੈਂਦੇ ਆ ਲੋਕ ਤਾਂ ਗद्दार ਕਹਿੰਦੇ ਆ ਲੋਕ ਤਾਂ ਬੜੇ ਤਰੀਕੇ ਨਾਲ ਨਾ 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 ਗद्दार ਨਹੀਂ ਹੈਗੇ ਇਹ ਤਾਂ ਕੰਮ ਹੈ ਦਾ ਲੋਕ ਕਿਉਂ ਕਹਿੰਦੇ ਆ ਲੋਕ ਜਜ਼ਵਾਤੀ ਜੁੜੇ ਹੁੰਦੇ ਆ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਅਗਰ ਲੋਕ ਵੀ ਤਰੀਕੇ ਨਾਲ ਜੁੜੇ ਹੋਣ ਤਾਂ ਠੀਕ ਹੈ ਯਾਰ ਇਹਨੇ ਜਾਣਾ ਤਾਂ ਹੈਗਾ ਹੀ ਆ ਫਿਰ ਨਹੀਂ ਲੋਕ ਲੋਕ ਤਾਂ ਜੋ ਜਜ਼ਵਾਤੀ ਜੁੜੇ ਹੁੰਦੇ ਆ ਵੀ ਯਾਰ ਅਸੀਂ ਵੋਟਾਂ ਪਾਈਆਂ ਅਸੀਂ ਐਨੇ ਤਰੀਕੇ ਨਾਲ ਜੁੜੇ ਤੇ ਵੀ ਯਾਰ ਉਹ ਉਧਰ ਚਲਾ ਗਿਆ ਯਾਰ ਇਹਨੂੰ ਇੱਧਰੋਂ ਜਿਤਾਇਆ ਉੱਧਰ ਚਲਾ ਗਿਆ ਲੋਕ ਤਰਫਦੇ ਨਹੀਂ ਹੁੰਦੇ ਜਜ਼ਬਾਤੀ ਤੌਰ ਤੇ ਉਹ ਜਜ਼ਬਾਤੀ ਤੌਰ ਤੇ ਲੋਕ ਜੇ ਨਾਂ ਜੁੜਨ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਇਹ ਤਾਂ ਕੰਮ ਹੈ ਹੁਣ ਦੇਖੋ ਕਿੱਡੇ-ਕੱਡੇ ਲੋਲੀ ਪੋਪ ਦਿੱਤੇ ਜਾ ਰਹੇ ਆ ਕਿਸੇ ਤਰੀਕੇ ਨਾਲ ਰਾਜਨੀਤੀ ਦੇ ਮੁੱਖ ਅੰਗੇ ਹੈ ਜੇ ਤੁਸੀਂ ਰਾਜਨੀਤੀ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਿੱਖਿਆ ਗ੍ਰਹਿਣ ਕਰਨ ਊੜਾ ਹੀ ਕੰਮ ਇਹ ਹੈ ਊੜਾ ਆੜਾ ਈੜੀ ਸੱਸਾ ਸਭ ਤੋਂ ਪਹਿਲਾਂ ਊੜਾ ਹੀ ਸਿਖਾਇਆ ਜਾਂਦਾ ਵੀ ਮੌਕਾ ਪ੍ਰਸਤ ਜਿੱਧਰ ਤੁਹਾਡਾ ਮੌਕਾ ਲੱਗੇ ਤੜਾ ਪੜਾਕਾ ਪਾ ਦਿਓ ਹੂੰ ਦੂਜਾ ਤੁਸੀਂ ਲੋਕਾਂ ਨੂੰ ਮੂਰਖ ਕਿਵੇਂ ਬਣਾਉਣਾ ਹੈ ਹੂੰ ਲੋਕਾਂ ਨੂੰ ਗਵਰਾਹ ਕਿਵੇਂ ਕਰਕੇ ਰੱਖਣਾ ਹੈ ਜਿਹਦੇ ਕੋਲ ਜੁੱਡੇ ਵੱਡੇ ਵੱਡੇ ਦਾ ਪੇਚ ਉਹਦੀ ਉੱਡੀ ਲੰਬੀ ਰਾਜਨੀਤੀ ਹੂੰ ਕਈ ਇਹੋ ਜਿਹੇ ਲੀਡਰ ਹੁੰਦੇ ਆ ਜਿਹਦੇ ਕੋਲੇ ਲੂੰਬੜੀ ਵਾਲੇ ਦਾ ਪੇਚ ਹੁੰਦੇ ਆ ਉਹ ਲੰਬੀ ਰਾਜਨੀਤੀ ਖੇਡਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਆਪਣੀਆਂ ਖੱਬੀਆਂ ਸੱਜੀਆਂ ਵਾਹਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਇਹਦੇ ਕਰਕੇ ਕੋਈ ਲੋਕ ਤਾਂ ਦੇਖ ਵਿਚਾਰੇ ਨੇ ਹੂੰ ਲੋਕਾਂ ਨੂੰ ਤਾਂ ਜਿੱਧਰ ਮਰਜੀ ਲਾ ਲੋ ਇਹ ਤਾਂ ਲੋਕ ਵਿਚਾਰੇ ਨੇ ਇਹਨਾਂ ਨੂੰ ਤਾਂ ਕਿੰਮੀ ਮਰਜੀ ਦਾ ਪੇ ਪਿਸ਼ੋਕੜ ਜਿਹੀ ਸੀ ਫਿਰ ਕਾਨੂੰਨ ਜਾ ਬਣ ਗਿਆ ਵਿਚ ਦੀ ਹੁਣ ਕਾਨੂੰਨ ਤੇ ਅਸਤੀਫਾ ਦੇਣਾ ਪੈਂਦਾ ਤੇ ਕੋਈ ਬਹਾਲਾ ਵੱਡਾ ਮੈਟਰ ਨਹੀਂ ਇਹ ਪੇ ਰਾਜਨੀਤੀ ਦੇ ਵਿੱਚ ਚੱਲਣਾ ਹੀ ਹੈਗਾ ਹੀ ਹੈਗਾ ਇਹਗਾ ਨਹੀਂ ਲੋਕਾਂ ਦੇ ਵੀ ਹੁੰਦਾ ਨਾ ਵੀ ਵੋਟ ਅਸੀਂ ਕਾਲੀਦਾਲ ਵਾਲੇ ਨੂੰ ਪਾਈਏ ਜੀ ਜਿੱਤਨ ਤੋਂ ਬਾਅਦ ਉਹ ਭਾਜਪਾ ਵਾਲੇ ਪਾਸੇ ਤੁਰ ਜੇ ਸਾਡੀ ਤਾਂ ਵੋਟ ਖਰਾਬ ਗਈ ਨਾ ਨਹੀਂ ਨਹੀਂ ਮੈਂ ਲੋਕਾਂ ਨੂੰ ਹੁੰਦਾ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਰਾਜਨੀਤੀ ਕੀ ਹੋਈ ਜਿਹੜਾ ਬੰਦਾ ਦਲ ਨਹੀਂ ਬਦਲ ਸਕਦਾ ਜਿਹੜਾ ਬੰਦਾ ਝੂਠ ਨਹੀਂ ਬੋਲ ਸਕਦਾ ਜਿਹੜਾ ਬੰਦਾ ਧੋਖਾ ਨਹੀਂ ਦੇ ਸਕਦਾ ਉਹ ਰਾਜਨੀਤਿਕ ਹੋਏ ਹੀ ਨਹੀਂ ਸਕਦਾ ਹੂੰ ਉਹ ਤਾਂ ਹੋ ਨਹੀਂ ਸਕਦਾ ਫਿਰ ਇਥੇ ਬੜੇ ਦਰਵੇਸ਼ ਸ਼ਾਫਦਾਨ ਦੇ ਬਿਲਕੁਲ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਹੌਲੀ ਹੌਲੀ ਮੈਂ ਸਾਰਿਆਂ ਨੂੰ ਨਹੀਂ ਲੈਂਦਾ ਉਹ ਫਸ ਕੇ ਖੜ ਜਾਂਦੇ ਆ ਫਿਰ ਉਹਨਾਂ ਨੂੰ ਰਾਜਨੀਤੀ ਪਟਕਾ ਕੇ ਭਰਾ ਮਾਰਦੀ ਹੈ ਦੇਖੋ ਚੌਧਰ ਦੇ ਲਈ ਕੁਰਸੀ ਦੇ ਲਈ ਪਾਵਰ ਦੇ ਲਈ ਤੁਹਾਨੂੰ ਇਹਨਾਂ ਦਾ ਪੇਚਾਂ ਦਾ ਹੀ ਪਾਵਰ ਕਰਨ ਬਰਤਣਾ ਪੈਣਾ ਹੈ ਜੇ ਤੁਸੀਂ ਇਹਦਾ ਪੇਚ ਨਹੀਂ ਵਰਤੋਗੇ ਤਾਂ ਫਿਰ ਤੁਹਾਨੂੰ ਰਾਜਨੀਤੀ ਪਟਕਾ ਕੇ ਭਰਾ ਮਾਰੂਗੀ ਹੁਣ ਕੀ ਲੱਗਦਾ ਹੈ ਗਾਂ ਵੋਟਾਂ ਜਿਵੇਂ ਪੈਣੀਆਂ ਹੈ ਪਈ ਵੀ ਜਾਂਦੀਆਂ ਕਿ ਇਹ ਇਲਾਕਿਆਂ ਦੇ ਵਿੱਚ ਐਤਕੀ ਕਿਹਦੀ ਸਰਕਾਰ ਲੱਗਦੀ ਬਿਲਕੁਲ ਸਾਨੂੰ ਜਮਾ ਕਲੀਅਰ ਕਰਕੇ ਦੱਸਾਂਗੇ ਵੀ ਕੌਣ ਜੱਤੂ ਆ ਅਸੀਂ ਦੁਨੀਆ ਪੱਗੇ ਕਰਦੇ ਆ ਗੱਲ ਇਹਦੇ ਬਾਰੇ ਇਕ ਦੱਸੋਗੇ ਮੈਂ ਕਹਾਂ ਗੱਲ ਹੀ ਕੋਈ ਨਹੀਂ ਸੀਟਾਂ ਵਿੱਚ ਰੱਖ ਦਿਆਂਗੇ ਮਹਾ ਜਮਾਂ ਗੱਲ ਹੀ ਕੋਈ ਨਹੀਂ ਅੱਛਾ ਪਰ ਦੇਖ ਚਿੰਤਾ ਹੀ ਨਾ ਲੱਗੇ ਹੁ ਤਾਂ ਮਤਲਬ ਮੈਂ ਕਿਹਾ ਤੁਸੀਂ ਇਹ ਜੀ ਤੁਹਾਨੂੰ ਦੱਸਾਂਗੇ ਜਮਾਂ ਆਕਾਸ਼ਵਾਣੀ ਕਰਾਂਗੇ ਅੱਛਾ ਬਿਲਕੁਲ ਮਤਲਬ ਸਰਵੇ ਪੂਰੇ ਜੱਕੀ ਫਿਰ ਮੈਂ ਕਿਹਾ ਸਰਵੇ ਇੱਥੇ ਬੜੇ ਹੋਏ ਆ ਸਾਰੇ ਵੀ ਕਿਹੜਾ ਕਿੱਥੇ ਕਿਹੜਾ ਲੈ ਕੇ ਜਾਊ ਜਿਵੇਂ ਹੁਣ ਇਹ ਲਗਾਤਾਰ ਇਹ ਚਰਚਾ ਹੈ ਮਤਲਬ ਨਰਿੰਦਰ ਮੋਦੀ ਨੂੰ ਲੈ ਕੇ ਜੇ ਆ ਗਿਆ ਤਾਂ ਇਸ ਤੋਂ ਬਾਅਦ ਵੋਟਾਂ ਨਹੀਂ ਪੈਂਦੀ ਡਿਕਟੇਟਰਸ਼ਿਪ ਆਊਗੀ ਜੀ ਤੋਨੋ ਕੀ ਲੱਗਦਾ ਨਹੀਂ ਕਰ ਹਿੰਦੁਸਤਾਨ ਚ ਤਾਂ ਇਹ ਜੇ ਬੜੇ ਆਏ ਤੇ ਬੜੇ ਜਾਂਦੇ ਆ ਹੂੰ ਹਾਂ ਤੁਸੀਂ ਮੁਗਲ ਆ ਇੱਥੇ ਆਏ ਮੁਗਲ ਰਹੇ ਕਿੰਨਾ ਚਿਰ ਹਨਾ ਉਦੋਂ ਤੱਕੜੀ ਤਾਂ ਮਤਲਬ ਕੋਈ ਹੋ ਹੀ ਨਹੀਂ ਸਕਦਾ ਸੀ ਫਿਰ ਅੰਗਰੇਜ਼ ਆਏ ਹਿੰਦੁਸਤਾਨ ਚ ਇਦਾਂ ਨਹੀਂ ਹੋਣਾ ਮੋਦੀ ਆਵੇ ਭਾਵੇਂ ਮੋਦੀ ਸਾਹਿਬ ਹੋਰ ਵੱਡੇ ਆਉਣ ਇਹਦੇ ਚ ਇਦਾਂ ਨਹੀਂ ਚੱਲਣਾ ਇਹ ਸਮਾਂ ਹੁੰਦਾ ਹੈ ਕੱਜ ਕਿਸੇ ਦਾ ਕੱਲ ਕਿਸੇ ਦਾ ਪਰਸੋਂ ਕਿਸੇ ਦਾ ਇਹ ਦੂਜੇ ਦੇਸ਼ਾਂ ਚ ਚੱਲ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਆ ਜ਼ਿਆਦਾਤਰ ਇਹ ਇਹ ਕੁਦਰਤ ਨੂੰ ਮੰਨਣ ਵਾਲੀ ਸਭ ਤੋਂ ਜ਼ਿਆਦੇ ਕਿਸਾਨ ਸਾਰੇ ਭਾਈਚਾਰਕ ਰਹਿੰਦਾ ਠੀਕ ਹੈ ਅੱਜ ਸਾਡੇ ਸਾਡੇ ਤੇ ਪਹਿਲਾਂ ਬੜੇ-ਬੜੇ ਹਮਲੇ ਹੋਏ ਹੂੰ ਬਹੁਤ ਵੱਡੇ ਮੁਗਲਾਂ ਨੇ ਕੀਤੇ ਅਬਦਾਲੀਆਂ ਨੇ ਕੀਤੇ ਅੰਗਰੇਜ਼ਾਂ ਨੇ ਕੀਤੇ ਫਿਰ ਸਾਡੇ ਦਰਬਾਰ ਸਾਹਿਬ ਉਤੇ ਟੈਂਕਾਂ ਨਾਲ ਕੀਤੇ ਅੱਜ ਸਾਡੇ ਤੇ ਸੈਕੀ ਨਾਲ ਹੋ ਰਿਹਾ ਹੈ ਹੂੰ ਅੱਜ ਸਾਨੂੰ ਇਹਨਾਂ ਸਮਝਣ ਦੀ ਲੋੜ ਹੈ ਵੀ ਸਾਡੇ ਨੌਜਵਾਨ ਹੁਣ ਆਪਾਂ ਜ਼ਮੀਨਾਂ ਪਿੱਛੇ ਲੜੀ ਜਾਂਦੇ ਆ ਨਾ ਹੂੰ ਕਿੱਡੇ ਵੱਡੇ ਸੰਘਰਸ਼ ਲੜੇ ਜਾ ਰਹੇ ਆ ਮਤਲਬ ਜਿਹੜੇ ਅੱਜ ਵੀ ਧਰਨੇ ਲੱਗੇ ਹੋਏ ਨੇ ਹੂੰ ਪਰ ਅੱਜ ਸਾਨੂੰ ਨੌਜਵਾਨ ਅੱਜ ਜਮੀਨਾ ਨੂੰ ਠੇਕੇ ਤੇ ਦੇਣ ਵਾਲੇ ਵੱਧਦੇ ਜਾ ਰਹੇ ਹੈ ਤੇ ਕਰਨ ਵਾਲੇ ਘਟਦੇ ਜਾ ਰਹੇ ਹੈ। ਹਮ ਅੱਜ ਨਸ਼ਿਆਂ ਦੇ ਵਿੱਚ ਨੌਦਵਾਨ ਬਾਹਰ ਤੁਰੇ ਜਾਂਦੇ ਹੈ। ਹਮ ਕੁੜੀਆਂ ਬਾਹਰ ਜਾ ਕੇ ਰਾਜੀ ਹੈ। ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ। ਤੇ ਇਹਦੇ ਕਰਕੇ ਨਰਿੰਦਰ ਮੋਦੀ ਜੀ ਆ ਵੀ ਜਾਂਦਾ ਹੈ। ਤਾਂ ਇਹਦੇ 'ਚ ਕੋਈ ਬਹੁਤਾ ਬਹੁਤਾ ਫਰਕ ਨਹੀਂ ਪੈਣਾ। ਬڑے-ਬڑے ਲੱਦ ਜਾਂਦੇ ਹੈ। ਨਹੀਂ ਜੰਗ ਮੁਗਲ ਵੀ ਆਏ ਹੈ ਤਾਂ ਕਿੰਨਾ ਲੰਮਾ ਸਮਾਂ ਸੰਤਾਪ ਹਣਾਉਣਾ ਪਿਆ ਲੋਕਾਂ ਨੂੰ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਕਿੰਨਾ ਨੁਕਸਾਨ ਕਰਵਾਉਣਾ ਪਿਆ। ਤੇ ਮਤਲਬ ਇਹ ਇਹ ਚੀਜ਼ਾਂ ਵਾਪਰਦੇ ਤਾਂ ਨੁਕਸਾਨ ਤਾਂ ਹੋਣਾ। ਇਹ ਨੁਕਸਾਨ ਹੁੰਦਾ ਜੇ ਮੁਗਲ ਮੈਨੂੰ ਹਿੰਦੁਸਤਾਨ ਚ ਇੱਕ ਵੀ ਲੱਭ ਇੱਕ ਮੁਗਲ ਲੱਭ ਦਿਓ ਬਈ ਮੁਗਲ ਬੈਠੇ ਹੂੰ ਜਿਹੜਾ ਬੰਦਾ ਇੰਨਾ ਚਿਰ ਰਾਜ ਕਰ ਗਿਆ ਹੋਵੇ ਇੱਕ ਮੁਗਲ ਲੱਭ ਦਿਓ ਅੱਜ ਸੋਨੂੰ ਪੰਡਤ ਲੱਭਜੂ ਗੰਗੂ ਲੱਭ ਕੇ ਦਿਖਾਓ ਹੂੰ ਵੀ ਗੰਗੂ ਕਿੱਥੇ ਬੈਠੇ ਪੰਡਤ ਲੱਭਜੂ ਤੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੂੰ ਦੱਬਣ ਨੂੰ ਕਹਿੰਦੇ ਸੀ ਜਿਨ੍ਹਾਂ ਨੂੰ ਇਹ ਖਤਮ ਕਰਨ ਨੂੰ ਕਹਿੰਦੇ ਸੀ ਆਲ ਵਰਲਡ ਤੇ ਸਾਡੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਪਿਆ ਹੂੰ ਐਦੋ ਵੱਡੀ ਕਰਾਮਾਤ ਕਿਤੇ ਹੋਊਗੀ ਲੱਭੋ ਮੁਗਲ ਤੱਕਾ ਕਿੰਨਾ ਜੇਰਾ ਹੈ ਹਿਟਲਰ ਹਿਟਲਰ ਹੁੰਦੀ ਸੀ ਅੱਜ ਕੋਈ ਜਰਮਨ ਦੇ ਵਿੱਚ ਹਿਟਲਰ ਦਾ ਨਾਮ ਲੈਦੇ 1 ਸਾਲ ਅੱਜ ਕੋਈ ਜਰਮਨ ਦੇ ਵਿੱਚ ਐਦਾਂ ਕਰਦੇ ਨਾ ਐਦਾਂ ਕਰਦਾ ਦਿਖ ਜੇ ਆ ਚੀ ਜائیں ਬਾਹ ਕਰਦਾ ਹੂੰ ਤੇ ਕਟੂ 6 ਮਹੀਨੇ ਜਵਾਨਤ ਨਹੀਂ ਹੂੰ ਉਹ ਜਰਮਨ ਦਾ ਦਾਨਾ ਸਾਸੀ ਜਿਹੜਾ ਹੂੰ ਉੜਕੇ ਨਹੀਂ ਲੱਭਦਾ ਮਸਰੋ ਨਹੀਂ ਲੱਭੋ ਕਿੱਥੇ ਹੈ ਇਟਲੀ ਦੇ ਵਿੱਚ ਇਹ ਕੋਈ ਕੋਈ ਸਦੀਆਂ ਤੋਂ ਚੱਲਦਾ ਆ ਰਿਹਾ ਕੋਈ 100 200 ਸਾਲ ਚੱਲ ਗਿਆ ਜੇ ਚੱਲ ਜੂ ਇਹ 5 10 ਸਾਲ ਕੋਈ ਬਹੁਤੀ ਵੱਡੀ ਗੱਲ ਹੂੰ ਵੱਡੀ ਗੱਲ ਨਹੀਂ ਕੋਈ ਬਟਕ ਵਿਚਾਰਤਾਰਾ ਉਹਦੀ ਆਪਦੀ ਹੈ ਲੇਕਿਨ ਉਹਦੀ ਵਿਚਾਰਤਾਰਾ ਬਹੁਤ ਮਾੜੀ ਹੈ ਤਰੀਕੇ ਵਾਲੀ ਦੂਜੇ ਨੂੰ ਦੱਬ ਕੇ ਜਿਵਾਉਣ ਵਾਲੀ ਵਿਚਾਰਤਾਰਾ ਨਹੀਂ ਚੱਲਣੀ ਹੂੰ ਉਹ ਤੇ ਫਿਰ ਤੁਹਾਨੂੰ ਪਤਾ ਨਾ ਉਹ ਸਿਸਟਮ ਡਿਖਦਾ ਹੂੰ ਫਿਰ ਚੀਕ ਵੱਜਦੀ ਹੈ ਨਾ ਜਿਵੇਂ ਹੁਣ ਇੱਕ ਚਰਚਾ ਤੁਸੀਂ ਬਿਆਨ ਵੀ ਸੁਣਿਆ ਹੋਣਾ ਵੀ ਸ਼ਾਇਦ 2-3 ਦਿਨ ਪਹਿਲਾਂ ਦਾ ਹੀ ਹੈ ਕਿ ਮੁਸਲਮਾਨਾਂ ਨੂੰ ਵੀ ਕਾਂਗਰਸ ਤੋਂ ਜੇ ਆ ਗਈ ਤਾਂ ਮੁਸਲਮਾਨਾਂ ਨੂੰ ਦੇ ਦਊਗੀ ਮਨਮੋਹਨ ਸਿੰਘ ਦਾ ਇੱਕ ਬਿਆਨ ਵੀ ਸੀ ਵੀ ਮੁਸਲਮਾਨਾਂ ਨੂੰ ਵੱਧ ਤੋਂ ਵੱਧ ਜਿਹੜੇ ਦੇਸ਼ ਦੇ ਜਿੰਨੇ ਵੀ ਸਰੋਤ ਹਨ ਉਹਨਾਂ 'ਚ ਵੱਧ ਤੋਂ ਵੱਧ ਦਿੱਤਾ ਜਾਵੇ ਤਾਂ ਸਿੱਧਾ ਪ੍ਰਧਾਨ ਮੰਤਰੀ ਇਹ ਨਾਂ ਲੈ ਕੇ ਮੁਸਲਮਾਨ ਧਰਮ ਦਾ ਨਾਂ ਲੈ ਕੇ ਇਹ ਟਾਰਗੇਟ ਕਰ ਰਿਹਾ ਵੀ ਹੁਣ ਤੁਸੀਂ ਦੱਸੋ ਕਿਹਦੀ ਸਰਕਾਰ ਲੈ ਕੇ ਆਉਣੀ ਹੈ ਵੀ ਉਹਨਾਂ ਦੀ ਵੱਖਵਾਦੀਆਂ ਦੀ ਇਹਨਾਂ ਦੀ ਮਤਲਬ ਇੱਕ ਤਰੀਕੇ ਨਾਲ ਇੱਕ ਪਾਰਟੀਕੁਲ ਜਿਹੜਾ ਕਿ ਹਾਲਾਂਕਿ ਭਾਰਤ ਤਾਂ ਤੌਰ ਨਿਰਪੱਖ ਦੇਸ਼ ਹੈ ਤੇ ਉਹਦਾ ਪ੍ਰਧਾਨ ਮੰਤਰੀ ਇਹੋ ਜਿਹਾ ਬਿਆਨ ਦੇਵੇ ਨਹੀਂ ਦੇਖੋ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਦੇਖੋ ਇਹਨੇ ਦੇਖਣਾ ਉਹਨੇ ਵੋਟ ਨੂੰ ਦੇਖਣਾ ਕਿੱਦਾਂ ਨੂੰ ਸੈਕਸਟ ਕਰਨਾ ਧਰਮ ਦੇ ਨੋ ਤੇ ਰਾਜਨੀਤੀ ਕਰਨੀ ਹੈ ਇੱਕ ਧਾਰਮਿਕ ਪਾਰਟੀ ਬਣਦੀ ਤਰੀ ਜਾਂਦੀ ਹੈ ਠੀਕ ਇਹਦੇ ਰਾਮ ਮੰਦਿਰ ਦਾ ਤੁਘਟਨ ਕਰਨਾ ਜਾਂ ਉਹਨੇ ਤਾਂ ਦੇਖੋ ਆਪਦਾ ਸਿਸਟਮ ਨੂੰ ਚਲਾਉਣਾ ਆਪਦੇ ਲਈ 400 ਪਾਰ ਕਰਦਿਆਂਗੇ ਜੀ ਇਹ ਕਰਦਿਆਂਗੇ ਜੇ ਤੁਸੀਂ ਸੋਚੋ ਵੀ ਕਾਂਗਰਸ ਦੇ ਦੋਗੀ ਮੁਸਲਮਾਨਾਂ ਨੂੰ ਕਾਂਗਰਸ ਵੀ ਕਿਨੂੰ ਚੁੰਡ ਹੀ ਨਹੀਂ ਵਧਣ ਦੇਣੀ ਸੇਮ ਕਾਪੀ ਹੀ ਕਾਂਗਰਸ ਕਰੂਗੀ ਜੀ ਆਗੀ ਇਹ ਭਲੇਖਾ ਕੱਢ ਦੇਣ ਵੀ ਕਾਂਗਰਸ ਆ ਗਈ ਜਾਂ ਕੋਈ ਹੋਰ ਆ ਗਏ ਜਾਂ ਤੀਜੀ ਚੌਥੀ ਧਿਰ ਆ ਗਈ ਮੋਦੀ ਦਾ ਚਿਹਰਾ ਹੋਰ ਲੁਕ ਜਾਣਾ ਲੇਕਿਨ ਚੋਚੀ ਕੰਮ ਉਹੀ ਕਰਨਾ ਹੈ ਹਮ ਕੰਮ ਉਹੀ ਕਰਨਾ ਹੈ ਤੁਸੀਂ ਕੋਈ ਵੀ ਆ ਜੇ ਜੇ ਤੁਸੀਂ ਕਹੋਗੇ ਵੀ ਉਹ ਤੁਸੀਂ ਤੁਹਾਨੂੰ ਇਸ ਤੋਂ ਚੰਗਾ ਦੇ ਦੇਣਗੇ ਜੀ ਇਸ ਤੋਂ ਦੇ ਦੇਣਗੇ ਨੋ ਗੱਦੀ ਤੇ ਬੈਠਣ ਸਾਰ ਬੰਦੇ ਨਹੀਂ ਬਦਲ ਜਾਣਾ ਹਮ ਗੱਦੀ ਤੇ ਬੈਠਣ ਸਾਰ ਜਿਹੜੇ ਤੁਹਾਡੇ ਮਿੱਤਰ ਪਿਆਰੇ ਤੁਹਾਡੇ ਨਾਲ ਤੁਹਾਡੇ ਨਾਲ ਸ਼ਾਇਦ ਵਾਪਰੀ ਹੋਵੇ ਤੁਹਾਡੇ ਨਾਲ ਕਦੇ ਰੋਟੀ ਵੀ ਖਾਧੀ ਹੋਦੀ ਮਿੱਤਰ ਤੁਸੀਂ ਕਿੱਥੇ ਇਕੱਠੇ ਰਹੇ ਹੋ ਪਏ ਹੋ ਜਦੋਂ ਐਮਐਲਏ ਬਣ ਗਿਆ ਜਦੋਂ ਮਿਨਿਸਟਰ ਬਣ ਗਿਆ ਫਿਰ ਰਣਜਿੰਦਰ ਜੀ ਤੁਸੀਂ ਨਹੀਂ ਉਹਦੇ ਲੈ ਸੜਕੇ ਪਾਰ ਜਾਣਾ ਉਹਨੇ ਇਹ ਇਹ ਇੱਕ ਪੱਕਾ ਸਿਸਟਮ ਹੈ ਕੰਜਾਂ ਕੰਜਨ ਚੜਾਉਣ ਵਾਲੇ ਹੁੰਦੇ ਆ ਨਾ ਜਣੇ ਬਹੁਤ ਲੰਬਾ ਚੜਾਉਂਦੇ ਉਹਨੂੰ ਥੱਲੇ ਤੋਂ ਲੈ ਕੇ ਉੱਪਰ ਚੱਕਦੇ 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 ਜਦੋਂ ਟਾਪ ਤੇ ਜਾਂਦਾ ਸਭ ਤੋਂ ਪਹਿਲਾਂ ਉਹਨੂੰ ਮਾਰਦਾ ਹੈ ਸਭ ਤੋਂ ਪਹਿਲਾਂ 27 ਦੇ ਵਿੱਚ ਜੇ ਕਾਲੀ ਦਲ ਆ ਗਿਆ ਨਾ ਜੀ ਮੈਂ ਤਾਂ ਗੱਲ ਕਰਦਾ ਚਲੋ ਮੇਰਾ ਜਿਹੜੇ ਨਾਲ ਬਦਲ ਕੇ ਆਏ ਐ ਕਾਲੀ ਦਲ ਦੇ ਜਿਹੜੇ ਕਹਿੰਦੇ ਸੀ ਘਰ ਵਾਪਸੀ ਕੀਤੀ ਐ ਸਭ ਤੋਂ ਪਹਿਲਾਂ ਕੰਮ ਉਹਨਾਂ ਨੂੰ ਦਰ ਰਣਾ ਉਹਨੇ ਸਭ ਤੋਂ ਪਹਿਲਾਂ ਇਹ ਰਾਜਨੀਤੀ ਦਾ ਪਹਿਲਾ ਗੁਣ ਹੈ ਵੀ ਜਿਹੜਿਆ ਨੇ ਬਗਾਵਤ ਕਰੀ ਉਹਨੂੰ ਦਰੜ ਦਿਓ ਐਸਾ ਜੋ ਤੱਕ ਰ ਸੁਣਨ ਦਿਓ ਹੂੰ ਇਹਦੇ ਕਰਕੇ ਇਹ ਕੋਈ ਵੀ ਕਾਂਗਰਸ ਆਜੂ ਵੀ ਸਾਨੂੰ ਕੋਈ ਫਾਇਦਾ ਕਰ ਦੂਗੀ ਨੋ ਪਰ ਫਾਇਦਾ ਕੌਣ ਕਰੂਗਾ ਕੋਈ ਵੀ ਨਹੀਂ ਤੁਸੀਂ ਆਪਦੇ ਆਪ ਦੇਖੋ ਕੋਈ ਵੀ ਨਹੀਂ ਕਰ ਸਕਦਾ ਇਹਦਾ ਫਾਇਦਾ ਤਾਂ ਉਦੋਂ ਕਰੂਗੀ ਜਦੋਂ ਅਸੀਂ ਸਮਝ ਗਏ ਹੂੰ ਜਨਾਂ ਚਾ ਸਾਡੇ ਦਿਮਾਗ ਦੀ ਸੈਕੀ ਸਮਝ ਗਈ ਅੱਜ ਧਰਮ ਨੂੰ ਟੁੱਟਦੇ ਤੁਰੇ ਜਾਂਦੇ ਆ ਠੀਕ ਅੱਜ ਹਰੇਕ ਬੰਦੇ ਨੂੰ ਦੇਖ ਲਓ ਹਰੇਕ ਬੰਦਾ ਦੂਜੇ ਦੂਜੇ ਦੀ ਲੱਤਾਂ ਖਿੱਚੀ ਤੁਰਿਆ ਜਾਂਦਾ ਹੂੰ ਠੀਕ ਦੂਜੇ ਦੂਜੇ ਨੂੰ ਮਾਰਨ ਨੂੰ ਫਿਰਦਾ ਹੈ ਉਹ ਦਰਬਾਰ ਸਾਹਿਬ ਤੇ ਹਮਲੇ ਹੋਏ ਸੀ ਵੀ ਕੱਲੀ ਹੂੰ ਉਹਦੇ ਚ ਕਲੀਂਦਰਾਂ ਗਾਂਧੀ ਟਾਰਗੇਟ ਹੋਈ ਦਰਬਾਰ ਸਾਹਿਬ ਤੇ ਕੀ ਉਹਦੇ ਚ ਹੋਰ ਕਿਹਦਾ ਯੋਗਦਾਨ ਸਾਹਮਣੇ ਨਹੀਂ ਆਇਆ ਬੜਿਆਂ ਦਾ ਸੀ ਹੂੰ ਬੜਿਆਂ ਦਾ ਸੀ ਆਪਣੇਆਂ ਦਾ ਸੀ ਜਿਹਦੇ ਕਰਕੇ ਮੈਂ ਇਹ ਨਹੀਂ ਕੋਈ ਏਡੀ ਵੀ ਕੋਈ ਚੰਗਾ ਦੇ ਦੂਗਾ ਮਤਲਬ ਹੀ ਨਹੀਂ ਹਾਂ ਚਿਹਰਾ ਬਦਲ ਜੂ ਸਿਸਟਮ ਬਦਲ ਜੂ ਦਿਖਾਉਣ ਨੂੰ ਕੁਝ ਹੋਰ ਕਰਨ ਨੂੰ ਕੁਝ ਹੋਰ ਦੇਖਣ ਨੂੰ ਕੁਝ ਹੋਰ ਹਾਂ ਇਹ ਤਾਂ ਚੰਗਾ ਏਦਾਂ ਵੀ ਜਿਹੜਾ ਧਰਮ ਦੀ ਰਾਜਨੀਤੀ ਹੈ ਮਾੜੀ ਹੈ ਹੂੰ ਮਾੜੀ ਹੈ ਬਹੁਤ ਮਾੜੀ ਹੈ ਕੋਈ ਵੀ ਖਰੇਕ ਨੂੰ ਆਜ਼ਾਦੀ ਹੈ ਲੇਕਿਨ ਇੰਨੀ ਵੀ ਆਜ਼ਾਦੀ ਹੈ ਨਹੀਂ ਕਿ ਤੁਸੀਂ ਆ ਕੇ ਦੂਜੇ ਧਰਮ ਨੂੰ ਕਟੋ ਜਾਂ ਦੂਜੇ ਧਰਮ ਦੇ ਆਖੇ ਹੁਣ ਆਪਣੇ ਪੰਜਾਬ ਚ ਅਟੈਕ ਹੋ ਰਿਹਾ ਬਾਹਰਲੇ ਧਰਮ ਦਾ ਦਿਨ ਬਾ ਦਿਨ ਮੈਨੂੰ ਨਿਜਣਾ ਜੋੜਦੇ ਆ ਹਮ ਨਿਜਣਾ ਜੋੜਨ ਕਰਕੇ ਪ੍ਰੋਬਲਮ ਆਉਂਦੀ ਹਮ ਮਤਲਬ ਧਾਰਮਿਕ ਅਟੈਕ ਤੁਸੀਂ ਸਹਿਮਤ ਕਹਿੰਦੇ ਵੀ ਇਹ ਜਿਹੜਾ ਹੋ ਰਿਹਾ ਉਹ ਗਲਤ ਹੈ ਬਹੁਤ ਗਲਤ ਹੈ ਹਮ ਬਹੁਤ ਗਲਤ ਹੈ ਅੰਦਰੋਂ ਧਾਰਮਿਕ ਨਹੀਂ ਹੈਗੇ ਅੱਛਾ ਅੰਦਰੋਂ ਧਾਰਮਿਕ ਨਹੀਂ ਹੈਗੇ ਅੰਦਰੋਂ ਜਿਹੜਾ ਢਟੋਰਾ ਪੜਦੇ ਨੇ ਧਾਰਮਿਕਾਂ ਜਿਹੜਾ ਧਾਰਮਿਕ ਬੰਦਾ ਉਹ ਤਾਂ ਫਿਰ ਤੁਹਾਨੂੰ ਪਤਾ ਉਹ ਤਾਂ ਇਕੱਲਾ ਹੀ ਕੋਈ ਸ਼ੋਰ ਹੁੰਦੇ ਨੇ ਹਮ ਹਜੇ ਜਿਹੜੀ ਮੋਦੀ ਦੇ ਪਿੱਛੇ ਰੇ ਮੋਦੀ ਸਾਹਿ ਇਹ ਤਾਂ ਮੋਦੀ ਸਾਹਿਬ ਹਜੇ ਬਹੁਤ ਕੰਟਰੋਲ ਨਾਲ ਚਲਾ ਰਹੇ ਆ ਉਹ ਤਾਂ ਏਦਾਂ ਦੀ ਵਿਚਾਰਧਾਰਾ ਹੁਣ ਨੂੰ ਤਾਂ ਦਰੜ ਦੇਣਾ ਸੀ ਸਾਰਾ ਕੁਝ ਹੂੰ ਇਹ ਤੂੰ ਸ਼ੁਕਰ ਮਨਾ ਉਹੇ ਚੀਜ਼ ਨੂੰ ਕਿ ਉਹ ਤਾਂ ਹਜੇ ਬਹੁਤ ਲੋ ਲੋ ਸਟੈਪ ਨਾਲ ਅੱਗੇ ਚੱਲ ਰਹੇ ਆ ਲੇਕਿਨ ਇਹਨੂੰ ਟਾਰਗੇਟ ਦਿੱਤਾ ਸੀ ਵੀ ਪਹਿਲੇ 5 ਸਾਲਾਂ ਚ ਹੀ ਕਰ ਦੇ ਜਿਹੜਾ ਕੁਝ ਕਰਨਾ ਹੈ ਹੂੰ ਪਹਿਲੇ 5 ਸਾਲਾਂ ਚ ਹੀ ਕਰ ਦੇ ਤਾਂ ਇੰਨੀ ਇੰਨੀ ਮਤਲਬ ਉਹ ਗਰਮ ਧਰੇ ਦੀ ਜਾਂ ਇੰਨੀ ਇੱਕ ਧਾਰਮਿਕ ਵਿਚਾਰਧਾਰਾ ਪਿੱਛੇ ਆ ਇਹਦੇ ਬਾਰੇ ਸਾਨੂੰ ਸਮਝਣ ਦੀ ਲੋੜ ਆ ਸਮਝ ਹੀ ਨਹੀਂ ਰਹੇ ਇਸ ਹਿਸਾਬ ਦੇ ਚੁਲਝ ਕੇ ਰਹੇਗੇ ਏ ਲੋਕ ਸਮਾਂ ਚੋਣਾਂ ਤੋਂ ਬਾਅਦ ਨਾਲ ਦੀ ਨਾਲ ਹੀ ਸਰਪੰਚੀ ਆ ਜਾਣੀ ਹੈ ਸਰਪੰਚੀ ਲੜਨੀ ਆ ਦੀ ਕੀ ਸਰਪੰਚੀ ਤਾਂ ਦੇਖੋ ਜੀ ਮੈਂ ਤਾਂ ਆਪਾਂ ਤਾਂ ਹੱਥ ਖੜੀ ਵੀ ਨਾ ਅੱਜ ਲੜੀਏ ਤੇ ਨਾ ਲੜੀਏ ਕੱਲ ਨਾ ਸਰਪੰਚੀ ਤੋਂ ਵਾੜੀ ਚੀਜ਼ ਅੱਜ ਦੇ ਪਹਿਲਾਂ ਕੀ ਸੀ ਨਾ ਜੇ ਅੱਜ ਤੋਂ ਤੁਸੀਂ 20 ਸਾਲ 25 ਸਾਲ ਪਹਿਲਾਂ ਜਾਨਾ ਸਰਪੰਚ ਦਾ ਮਕਸਦ ਹੈ ਪਹਿਲਾ ਨੰਬਰ ਦਾ ਸਰਪੰਚੀ ਮੈਂ ਬੀਤਤੀ ਕਰੂੰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਪਾਰਟੀਆਂ ਤੁਸੀਂ ਭਾਈਚਾਰਕ ਸਾਂਝ ਨੂੰ ਬਚਾ ਲਓ ਸਾਡੀ ਭਾਈਚਾਰਕ ਸਾਂਝ ਨਾ ਤੋੜੋ ਸਭ ਤੋਂ ਪਹਿਲੀ ਭਾਈਚਾਰਕ ਸਾਂਝ ਹੀ ਸਰਪੰਚੀ ਤੋਂ ਟੁੱਟਦੀ ਹੈ ਪਿੰਡ ਦੇ ਵਿੱਚ ਵੋਟਾਂ ਪਾਉਣੀਆਂ ਵੋਟਾਂ ਪਵਾਓ ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰੂੰ ਆਲ ਪੰਜਾਬ ਦੇ ਪਿੰਡ ਜਿੰਨੇ ਹੈਗੇ ਤੁਸੀਂ ਵੋਟਾਂ ਪਵਾਓ ਕਿਸੇ ਵੀ ਪਾਰਟੀ ਦਾ ਨਾ ਹੋਵੇ ਜਿਹੜਾ ਜਿੱਤ ਗਿਆ ਠੀਕ ਹੂੰ ਔਰ ਉਹਨੂੰ ਪੂਰਾ 5 ਸਾਲ ਉਹਦਾ ਸਾਥ ਦਿਓ ਕੱਲਾ ਸਰਪੰਚ ਕੁਝ ਵੀ ਨਹੀਂ ਆਦਰਵਾਇਸ ਸਰਪੰਚ ਗਲਤੀ ਕਰਦਾ ਹੈ ਉਹਨੂੰ ਉਹਨੂੰ ਬੁਲਾ ਕੇ ਪੁੱਛੋ ਤੂੰ ਇੱਥੇ ਗਲਤ ਹੈ ਤੁਸੀਂ ਉਹਨੂੰ ਸਾਥ ਦਿਓ ਉਹਦੀ ਇੱਜ਼ਤ ਕਰੋ ਉਹਦੀ ਅੱਜ ਕੱਲ ਕੋਈ ਸਰਪੰਚ ਦੀ ਇੱਜ਼ਤ ਉੱਜਤ ਨਹੀਂ ਸਰਪੰਚ ਨੂੰ ਕੋਈ ਨਹੀਂ ਪੁੱਛਦਾ ਤੇ ਹਰੇਕ ਹੀ ਸਰਪੰਚ ਹੈ ਹਰੇਕ ਹੀ ਐਮਐਲਏ ਆ ਪਹਿਲਾਂ ਇੱਜ਼ਤ ਸੀ ਸਰਪੰਚ ਕੋਈ ਵੀ ਕੋਈ ਕਿਸੇ ਕਿਸਮ ਦਾ ਝਗੜਾ ਹੈ ਜਾਂ ਲੜਾਈ ਹੈ ਜਾਂ ਕੋਈ ਸਰਪੰਚ ਲੈਵਲ ਤੇ ਇੱਜ਼ਤ ਸੀ ਉਹ ਅੱਜ ਕੱਲ ਕਿਤੇ ਕੁਛ ਨਹੀਂ ਅੱਜ ਕੱਲ ਕਿਤੇ ਕੁਛ ਨਹੀਂ ਅੱਜ ਕੱਲ ਸਰਪੰਚਾਂ ਦਾ ਮਤਲਬ ਟੇਡਾ ਬਿੰਗਾਈ ਬਹੁਤ ਹੋਇਆ ਪਿਆ ਤੇ ਬਹੁਤ ਮੈਂ ਟੇਡਾ ਬਿੰਗਾਈ ਦਾ ਜੀ ਸਰਕਾਰਾਂ ਨਾਲ ਜੁੜੇ ਹੋਏ ਸੀ ਜਿੱਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਚਲੋ ਸਾਡੇ ਇਲਾਕੇ 'ਚ ਥੋੜੀ ਜੀ ਸ਼ਾਂਤੀ ਹੈ ਇਹਨੇ ਹੁਣ ਕਾਂਗਰਸ ਸਰਪੰਚ ਨੂੰ ਤਾਂ ਜੁੜ ਕੇ ਚੱਲਣਾ ਪੈਣਾ ਠੀਕ ਇਹਨੇ ਚਿੱਕਾਂ ਪਿਵਾਦੀਆਂ ਗੰਹਾਂ ਨੇ ਤਾਂ ਵੀ ਸਰਪੰਚਾਂ ਨੂੰ ਦੇ ਤੇਰੀ ਦੀ ਲੈ ਤੇਰੀ ਦੀ ਦੇਖੋ ਸਰਪੰਚ ਨੂੰ ਜਦੋਂ ਮਰਜ਼ੀ ਤੁਸੀਂ ਫਸਾ ਲਓ ਸਰਪੰਚ ਨੂੰ ਮੈਂ ਵੀ ਐਸੀਆਂ ਮੋਹਰਾ ਲਾਈਆਂ ਜਿਹਦੀ ਆਮਦਨ 10-10 5-5 ਲੱਖ ਹੁੰਦੀ ਹੈ ਉਹ ਸੀਆਰ ਦੀ ਆਮਦਨ ਨੂੰ ਸ਼ੋਅ ਕਰ ਦਿੰਦਾ ਹੈ ਉੱਥੇ ਕੀ ਕਰੂ ਸਰਪੰਚ ਉੱਥੇ ਮੋਹਰਾ ਲਾਉਣੀ ਹੈ ਪੈਣੀ ਹੈ ਨਾ ਵੀ ਆ ਦੇਖੋ ਜੀ ਅਸੀਂ ਸੱਚਾ ਐਸੀ ਬੀਸੀ ਜਾਤੀ ਨਾਲ ਸੰਬੰਧ ਤਾਂ ਲੇਕਿਨ ਉਹਦੇ ਉਹਦੇ ਕੋਲ ਕਿੰਨਾ ਕੰਮ ਕਰਦਾ ਹੁੰਦਾ ਮੈਂ ਤੁਹਾਨੂੰ ਕਹਿ ਦਿੰਨਾ ਭਰਾਵਾ ਦੇਖ ਮੈਂ ਤਾਂ ਜੇਲ੍ਹ ਦੇ ਵਿੱਚ ਪੱਖਾ ਵੀ ਲਵਾ ਲਾਂ ਤੇ ਉਹਨੂੰ ਪੱਖਾ ਵੀ ਨਹੀਂ ਲੱਗਣ ਦੇਣਾ ਅੱਜ ਮੇਰੀ ਗੱਲ ਧਿਆਨ ਸੁੱਕੀ ਉੱਥੇ ਜੇਲ੍ਹ ਦੇ ਵਿੱਚ ਗਦਾ ਹੰਕਦਾ ਸੁਣਦਾ ਜੇਲ੍ਹ ਦੇ ਵਿੱਚ ਕਰਤਾ ਲਏਗਾ ਜਾਂ ਤਾਂ ਹਨ ਕਤਗੇ ਗਦਾ ਜਦੋਂ ਜੇਲ੍ਹ ਦੇ ਵਿੱਚ ਆ ਗਿਆ ਗਦੇ ਨਹੀਂ ਹੁੰਦੇ ਬਾਤ ਕਰਦੇ ਹੁੰਦੇ ਜੋ ਗਦੇ ਰਿੰਗਦੇ ਜੇ ਹੁੰਦੇ ਆਗੇ ਉਹ ਖਿੰਕਦਾ ਹੁੰਦਾ ਉਹੀ ਸੁਣਦਾ ਜੇਲ੍ਹ ਚ ਹੋਰ ਕੁਝ ਨਹੀਂ ਸੁਣਦਾ ਫਿਰ ਮੈਂ ਪੱਖਾ ਲਵਾਉ ਨੂੰ ਮੋਰ ਮੈਂ ਲਾ ਦਨਾ ਹੁਣ ਤੂੰ ਦੱਸ ਕਿਵੇਂ ਕਰਨਾ ਹੈ ਫਿਰ ਸਿਰ ਖੁਰਕਦਾ ਜਾ ਕਹਿੰਦਾ ਵੀ ਚੱਲ ਜਾ ਨਾ ਲਾ ਚੱਲਦੇ ਆਪਾਂ ਹਮ ਸਰਪੰਚੀ ਤਾਂ ਭਾਈਚਾਰਕ ਸਾਂਝ ਨਾ ਹੋਵੇ ਤੂੰ ਟੁੱਟੇ ਪਿੰਡ ਨੇ ਛੁੜਨਾ ਹੋਵੇ ਆਪਰਾ ਤਾਂ ਸਰਵਸੰਮਤੀ ਹੋ ਜੇ ਨਹੀਂ ਸਰਵਸੰਮਤੀ ਹੁੰਦੀ ਪਲੱਸ ਕੋਈ ਪਾਰਟੀਸ਼ਨ ਨਾ ਹੋਵੇ ਇਹਦੇ ਚ ਦੋ ਖੜੇ ਹੋ ਜਾਣ ਤਿੰਨ ਖੜੇ ਹੋ ਜਾਣ ਠੀਕ ਉਹਦੇ ਕਰਕੇ ਉਹ ਜਿੱਤ ਸਕਦਾ ਐ ਕਿਦਾ ਢੇਲਿਆਂ ਨਾਲ ਲਵਾ ਦੂ ਸਰਪੰਚੀ ਹੂੰ ਅੱਧਾ ਕਿੱਲਾ ਕਿੱਲਾ ਇਦਾਂ ਅੱਧਾ ਘੱਟ ਨਿਕਲ ਗਿਆ 2 2.5 ਕਿੱਲਿਆਂ ਤੱਕ ਜਾਊਗੀ ਸਰਪੰਚੀ ਖਾਨ ਮਤਲਬ ਚੀਕਾਂ ਪਵਾ ਦੇਣਗੇ ਲੋਕ ਇਹੋ ਜਗ੍ਹਾ ਤੂੰ ਐ ਕਿ ਮਹਾਰਾਜ ਜੀ ਪਹਿਲੇ ਨਹੀਂ ਲੋਟ ਆਇਆ ਇਤਕੀ ਤਾਂ ਉਹਨਾ ਕਿੱਥੋਂ ਐ ਹਰੇਕ ਨੂੰ ਦਹਧਿਆ ਚਾਹੀਦਾ ਠੀਕ ਐ ਹਰੇਕ ਨੂੰ ਚੰਗਾ ਖਾਣਾ ਚਾਹੀਦਾ ਹਰੇਕ ਨੂੰ ਫਿਰ ਆ ਸਾਰਾ ਕੁਝ ਹੀ ਚਾਹੀਦਾ ਆ ਭੁੱਖੜ ਚਾਹੀਦਾ ਠੀਕ ਆ ਫਿਰ ਤਖਲਾ ਕਹਿੰਦਾ ਇੱਧਰ ਆ ਜਾ ਇੱਧਰ ਆ ਜਾ ਇਹ ਤਾਂ ਬਹੁਤ ਖਰਾਬ ਸਿਸਟਮ ਹੋ ਕੇ ਖੜ ਗਿਆ ਬਿਨਾ ਪੈਸਾਂ ਤੋਂ ਵੀ ਕਰਨ ਮੈਂ ਮੈਨੂੰ ਮੇਰੇ ਪਿੰਡ ਵਾਲੇ ਨੇ ਦੇਖੋ ਮੈਂ ਤਾਂ ਵੜਨਾ ਸੀ ਪਿੰਡ ਨੇ ਮੈਨੂੰ ਬੜਾ ਸਾਥ ਦਿੱਤਾ ਬੜਾ ਚੰਗਾ ਮੈਂ ਤਾਂ ਸੋਚਿਆ ਸੀ ਮੈਂ ਵੀ ਚਲੋ ਮੈਨੂੰ ਸਾਰਿਆਂ ਨੇ ਕਹਿ ਵੀ ਦਾਰੂ ਨਹੀਂ ਵੰਡਣੀ ਜੀ ਮੈਂ ਤਾਂ ਸਦੀਜੀ ਗੱਲ ਕਰਦਾ ਯਾਰ ਐ ਮੈਂ ਤੁਹਾਡੇ ਕੋਲੇ ਝੂਠ ਮਾਰੀ ਆਵਾ ਕੱਲ ਨੂੰ ਜਿਹੜੀ ਗੱਲ ਦਾਰੂ ਨਹੀਂ ਵੰਡਣੀ ਜੀ ਆ ਨਹੀਂ ਬੰਡਣੀ ਚੀਕ ਤਾਂ ਮੇਰੀ ਮਰਵਾਤੀ ਸੋ ਸਮਝਦੇ ਵਿੱਚ ਨਾਲੇ ਮੈਂ ਇੱਕ ਪਾਸੜ ਸੀ ਸਾਰਾ ਕੁਝ ਮੈਨੂੰ ਪਤਾ ਸੀ ਕਿ ਮੈਂ ਕਲੀਅਰ ਹੀ ਜਿੱਤਣੀ ਆ ਕੋਈ ਚੀ ਨਹੀਂ ਉਹ ਤਾਂ ਚਲੋ ਬੰਦਾ ਖੜਾ ਹੋ ਗਿਆ ਮਤਲਬ ਮੇਰੀ ਵੀ ਚੀਕ ਵੱਜ ਗਈ ਸੀ ਤੇ ਜੇ ਹੁਣ ਮੰਨ ਲਾ ਮੈਂ ਖੜਾ ਹੋ ਜਾ ਮੈਂ ਤਾਂ ਮੇਰੇ ਪੋਤੇ ਦੀ ਜ਼ਮੀਰ ਵੀ ਵੇਚ ਦੂੰਗਾ ਪ੍ਰਸ਼ਟੀ ਬਣ ਜਾਂਦੀ ਆ ਹਾਏ ਉਹ ਗਰਗੇ ਓਏ ਅੱਜ ਟੜਕੇ ਓਏ ਇਧਰ ਲਈ 100 ਵੋਟ ਆ ਭੇਜੀ 100 ਡੱਬਾ ਇਧਰ ਹੂੰ ਰਾਜਨੀਤੀ ਐ ਫਕੀਰੀ ਹੂੰ ਜੇ ਰਾਜਨੀਤੀ ਕਰਨੀ ਐ ਫਕੀਰ ਦੇ ਬਰਾਬਰ ਐ ਹੂੰ ਫਕੀਰੀ ਕਰਨੀ ਪੈਂਦੀ ਐ ਰਾਜਨੀਤੀ ਕੋਈ ਸ਼ੌਕਾ ਕੰਮ ਨਹੀਂ ਹੁਣ ਫਕੀਰੀਆਂ ਫਕੂਰੀਆਂ ਗਈਆਂ ਹੁਣ ਤਾਂ ਜਿਹੜਾ ਜਿਵੇਂ ਉਹੀ ਸਾਧੂ ਸੰਤਾਂ ਦਾ ਕੰਮ ਹੋ ਗਿਆ ਉਹੀ ਰਾਜਨੀਤੀ ਦਾ ਕੰਮ ਹੋ ਗਿਆ ਆ ਹਾਲਾਤਾਂ ਚ ਲੋਕ ਵੀ ਇਹੇ ਹੁੰਦਾ ਨਾ ਜਿਵੇਂ ਤੁਸੀਂ ਕਹਿਆ ਵੀ ਇਧਰ ਉਧਰ ਲੋਕਾਂ ਨੂੰ ਵੀ ਉਹਨੇ ਦਾ ਨਿਆਰਾ ਵੱਜਾ ਪਾਉਂਦਾ ਕੋਈ ਇਧਰ ਜਾਂਦਾ ਮੈਂ ਕਹਿੰਦਾ ਜੇ ਸਰਬਸੰਮਤੀ ਹੁੰਦੇ ਨਿਹੋਂ ਨਹੀਂ ਦਿੰਦੇ ਵਿੱਚ ਅੱਛਾ ਮਾਚੀ ਇੱਕ ਮਰਵਾਨ ਦੇ ਸਰਬਸੰਮਤੀ ਹੋ ਕੇ ਕੀ ਕੱਢਣਗੇ ਹੂੰ ਸਰਬਸੰਮਤੀ ਕਰ ਲਾ ਅਗਲਾ ਕਹਿੰਦਾ ਨਾ 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 ਹੁਣ ਨਾ ਸਰਪੰਚੀ ਨਾਮ ਦੀ ਚੀਜ਼ ਤਾਂ ਗਈ ਜੀ ਪਹਿਲਾਂ ਇੱਜ਼ਤ ਅਸੀਂ ਮਾਨ ਸੀ ਹੁਣ ਤਾਂ ਜੇ ਕਿਸੇ ਦੇ ਬਾਹਰ ਦੇ ਵਿੱਚ ਹੂੰ ਮਤਲਬ ਕਿਸੇ ਪਸ਼ੂ ਨੇ ਗੋਹਾ ਕੀਤਾ ਪਿਆ ਹੂੰ ਮਤਲਬ ਉਹਨੂੰ ਪੰਜਾਬੀ ਚ ਫੋਸ ਕਹਿੰਦੇ ਉਹ ਕਹਿੰਦੇ ਸਰਪੰਚ ਕਿਉਂ ਨਹੀਂ ਚੱਕਣਾ ਇੱਥੇ ਆਓ ਹੂੰ ਬਾਲੀ ਥੱਲੇ ਦੀ ਸੋਚ ਹੈ ਬਾਲੀ ਥੱਲੇ ਦੀ ਸੋਚ ਹੈ ਸੈਕੀ ਇੰਨੀ ਜਿਆਦਾ ਵਧੀ ਖੜੀ ਹੈ ਲੋਕਾਂ ਨੂੰ ਮਤਲਬ ਦੱਸੇ ਨਹੀਂ ਜਾ ਰਿਹਾ ਥੱਲੇ ਕੁਝ ਹੂੰ ਲੋਕ ਬਾਹਰ ਵਿਚਰੀ ਨਹੀਂ ਰਹੀ ਇਹਦੇ ਕਰਕੇ ਬਹੁਤ ਔਖਾ ਸਿਸਟਮ ਐ ਮੈਂ ਤਾਂ ਬੇਨਤੀ ਕਰੂੰ ਭਾਈ ਚਾਰਕਾਂ ਸਾਂਝ ਜੇ ਤੁਸੀਂ ਤੋੜ ਲਈ ਜਦੋਂ ਵੀ ਕੋਈ ਪਿੰਡ ਚ ਮੁਸੀਬਤ ਆਉਣੀ ਐ ਦੇਖੋ ਤੁਹਾਡੇ ਪਰਿਵਾਰਕ ਤੁਹਾਡੇ ਰਿਸ਼ਤੇਦਾਰ ਤੁਹਾਡਾ ਪਿੰਡ ਤੁਹਾਡੇ ਨਾਲ ਖੜੂਗਾ ਹੂੰ ਠੀਕ ਜਦੋਂ ਵੀ ਪ੍ਰੋਬਲਮ ਆਣੀ ਦੁੱਖ ਸੁੱਖ ਤੇ ਤੁਹਾਡੇ ਆਪਣੇ ਖੜਨਗੇ ਤੇ ਇਹਦੇ ਕਰਕੇ ਜੇ ਤੁਸੀਂ ਕਈ ਪਿੰਡ ਮੇਰੇ ਪਿੰਡ ਦੇ ਵਿੱਚ ਕੋਈ ਪਾਰਟੀਸ਼ਨ ਨਹੀਂ ਹੂੰ 5 ਸਾਲ ਮੈਨੂੰ ਸਾਰਿਆਂ ਨੇ ਸਾਥ ਦਿੱਤਾ ਛੋਟੇ ਕੁਛਰ ਮੁਛਰ ਤਾਂ ਸਾਰੇ ਕਿਤੇ ਆ ਦੇਖੋ ਇੱਕ ਹੁੰਦੀ ਐ ਵੀ ਕਈ ਇਹੋ ਜਿਹੇ ਪਿੰਡਾਂ ਦੇ ਵਿੱਚ ਆ ਵੀ ਮੇਰੇ ਇੱਕ ਦੋਸਤ ਐ ਉਹਦੇ ਡੈਡੀ ਦੀ ਮੌਤ ਹੋਈ ਉਹ ਕਿਸੇ ਹੋਰ ਪਾਰਟੀ ਨਾਲ ਸੀ ਉਹਦਾ ਭਰਾ ਹੋਰ ਪਾਰਟੀ ਨਾਲ ਸੀ ਦੋ ਭੋਗ ਖੁੱਲਿਓ ਉਸੇ ਦਿਨ ਹੂੰ ਉਹ ਦੂਜੀ ਪਾਰਟੀ ਨੇ ਖਲਾਇਓ ਦੂਜੀ ਪਾਰਟੀ ਮੈਂ ਹੱਦ ਦੋ ਦੋ ਗੁੱਲੇ ਮੇਰੇ ਕੋਲ ਸਬੂਤ ਹੈ ਕੋਈ ਝੂਠ ਨਹੀਂ ਮੈਂ ਇੱਥੇ ਕੋਈ ਲੋਲੀਪੌਪ ਨਹੀਂ ਛੱਡਦਾ ਹੂੰ ਮੈਨੇ ਕੋਈ ਮਜੇ ਕਨੂ ਮੈਨੂੰ ਤੂੰ ਦੱਸ ਵੀ ਦਿਓ ਮੈਂ ਆ ਜੂ ਆ ਫਲਾਇ ਮੇਰੇ ਕੋਲ ਮੇਰਾ ਦੋਸਤ ਅੱਜ ਵੀ ਆਉ ਹੂੰ ਮਤਲਬ ਰਾਜਨੀਤੀ ਨੇ ਪਾਰ ਤੇ ਕਈ ਪਿੰਡਾਂ ਦੇ ਵਿੱਚ ਤਾਂ ਦੂਜਾ ਮਰੇ ਤੋਂ ਮਰ ਕੇ ਤੇ ਬੈਠਣ ਨਹੀਂ ਜਾਂਦਾ ਅੱਛਾ ਹਾਂ ਸਰਪੰਚ ਦਾ ਕੰਮ ਹੁੰਦਾ ਪਹਿਲਾਂ ਸਾਰੇ ਨਾਲ ਲੈ ਕੇ ਚੱਲਣਾ ਸਭ ਦੀ ਸੁਣਨਾ ਇੱਕ ਮਾਤਰ ਹੋ ਕੇ ਚੱਲਣਾ ਕਿਸੇ ਪਾਰਟੀ ਦਾ ਨਹੀਂ ਹੋਣਾ ਉਹ ਕੰਮ ਜਾਬ ਕਈ ਇਹ ਮੈਂ ਡਕਸਿਰ ਜੀ ਦਾ ਦਾ ਇੱਕ ਨਾ ਛੇੜਾ ਕਿਹੜੇ ਪਿੰਡ ਦੇ ਕਰੇਗਾ ਸਰਪੰਚੀ ਥਾਣੇ ਦਾ ਦਲਾਲ ਬਣ ਕੇ ਕਈ ਸਰਪੰਚ ਦਲਾਲ ਵੀ ਬੜੇ ਵੱਡੇ ਵੱਡੇ ਦਲਾਲੀ ਤਾਂ ਮੇਨ ਹੈ ਜੀ ਦਲਾਲ ਬਣਨਾ ਪੈਂਦਾ ਵਿੱਚ ਬਣ ਜਾਂਦੇ ਬਣਨ ਵਾਲੇ ਕਿਉਂਕਿ ਸਰਪੰਚੀ ਦੇ ਵਿੱਚ ਐਦਾਂ ਨਾ ਜੀ ਦੇਖੋ ਇੱਕ ਤਾਂ ਪਰਸੈਂਟੇਜ ਚਲਦੀ ਚਲਦੀ ਆ ਹੂੰ ਕਿਵੇਂ ਪਰਸੈਂਟੇਜ ਰਾਜਬੰਦ ਹੋਈ ਇਹ ਸਭ ਮੇਰੇ ਖਾ ਲੱਖ ਮੰਗਰ 7 6.5 7% ਜਾਂਦਾ ਹੈ ਇਹ ਕੀ ਹੁੰਦਾ ਜੇ ਲੱਖ ਰੁਪਏ ਗ੍ਰਾਂਟ دیتی ਉਹਨੂੰ 65% ਆਟੋਮੈਟਿਕ ਅਫਸਰਾਂ ਨੂੰ ਦੇਣਾ ਹੀ ਪੈਂਦਾ ਠੀਕ ਹੈ ਮਤਲਬ ਨਹੀਂ ਕੋਈ ਜੂਸੀ ਜੇ ਹੁੰਦੇ ਕੋਕੜਾਉਣੇ ਆ ਇੱਥੇ ਹੋਰ ਨਾ ਮੇਰਾ ਮੇਰੇ ਅਜੇ ਪਏ ਆ ਮੇਰੇ ਤੇ ਕੋਈ ਸਿਆ ਪਖੜਾ ਕਰਵਾ ਦੀ ਮਤਲਬ ਜੂਸੀ ਮਤਲਬ ਉਹ ਇਹ ਜਾਂਦਾ ਹੀ ਜਾਂਦਾ ਯਾਰ ਇਹ ਪ੍ਰੋਬਲਮ ਹੋਈ ਖੜੀ ਅਜ ਹਜੇ ਕਿਹੜਾ ਹਟ ਗਿਆ ਹਮ ਹਜੇ ਖੜਾ ਮੈਨੂੰ ਮਤਲਬ ਮੈਨੂੰ ਕਹਿੰਦੇ ਆ ਸਰਕਾਰ ਤੇ ਬੰਦ ਹੋ ਗਿਆ ਨਾ ਨਾ ਮਤਲਬ ਹੀ ਨਹੀਂ ਸਾਡੇ ਤਾਂ ਵੀਡੀਓ ਮੈਡਮ ਇਹ ਜੀ ਆਈਏ ਉਹ ਤੜਕੇ ਉੱਠ ਕੇ ਨੌ ਲੈਣ ਵਾਲਾ ਹੈ ਹਮ ਉਹੀ ਜੀ ਮਾਂ ਦੀ ਧੀ ਕੁੜੀ ਨਹੀਂ ਜੰਮਣੀ ਹਮ ਕੱਲੀ ਚਾਹ ਦੇ ਕੱਪ ਦੀ ਰਵਾਦਾਰ ਨੇ ਅਛਾ ਵਿੱਚ ਤਾਂ ਪਹਿਲਾਂ ਨੇ ਤਾਂ ਇਹ ਜੇ ਆਈ ਸੀ ਉਹ ਤਾਂ ਕੰਮ ਹੀ ਪਹਿਲਾਂ ਕਹਿੰਦੇ ਵੀ ਪਹਿਲਾਂ ਲਿਆ ਪਰਸੈਂਟ ਚ ਮੈਂ ਤਾਂ ਡਹਿ ਪੈਂਦਾ ਸੀ ਜੀ ਮੈਂ ਤਾਂ ਪਹਿਲੇ ਮਹੀਨੇ ਚ ਲਿਖ ਕੇ ਦੇਤਾ ਸੀ ਆਪਦੇ ਘਰੇ ਧਰਤਾ ਸੀ ਜਿੱਦੇ ਮੈਨੂੰ ਕੋਈ ਪ੍ਰੋਬਲਮ ਆ ਇੱਕ ਮਿੰਟ ਚ ਫੜਾ ਦੂਗਾ ਇੱਕ ਮਿੰਟ ਚ ਮੇਰੇ ਪੂਰੇ ਨਿਕਲ ਗਏ 5 ਸਾਲ ਨਜ਼ਾਰੇ ਵੱਜ ਗਏ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਇਸ ਤੋਂ ਬਾਅਦ ਨਾ ਪੁੱਤ ਨਾ ਪੜੋਤੇ ਜਿਹਾਉਂਦੇ ਰਹੇ ਕਦੇ ਰਾਹ ਹੀ ਨਹੀਂ ਪੈਂਦੀ ਸਰਪੰਚ ਜੀ ਮੈਂ ਕਹਿੰਦਾ ਜੇ ਐਮਐਲਏ ਬਣਾਉਣ ਮੰਤਰੀ ਵੀ ਨੂੰ ਰਾਹ ਵੀ ਨਹੀਂ ਪੈਂਦੇ ਕਿਹ ਤਾਂ ਐਨਾ ਆਖਾ ਇਹਦੂ ਤਾਂ ਮਾੜਾ ਕੰਮ ਹੀ ਨਹੀਂ ਜੀ ਦੇ ਸੇਵਾ ਕਰਨੀ ਉਂ ਕਰ ਲੋ ਠੀਕ ਮਤਲਬ ਹੋਰ ਕੀ ਕਰਾਉਣਾ ਰੱਬ ਨੇ ਇੱਥੇ ਚਾਰ ਦਾਣੇ ਲਿਖਿਆ ਖਾ ਲੋ ਕੁਝ ਨਹੀਂ ਹੈਗਾ ਮੈਨੂੰ ਤਾਂ ਅਸਲ 'ਚ ਕਰੋਨਾ ਤੋਂ ਬਾਅਦ ਨਾ ਅਕਲ ਆਈ ਐ ਮੈਂ ਵੀ ਪਹਿਲਾਂ ਨਿਜਰਾਂ ਜੁੜਿਆ ਹੋਇਆ ਸੀ ਪਾਇਸੇ ਦੇ ਮਗਰ ਭੱਜਣਾ ਈਰਖਾ ਮੇਰੇ 'ਚ ਬੜੀ ਸੀ ਹੂੰ ਈਰਖਾ ਗੁੱਸਾ ਮਤਲਬ ਈਗੋ ਈਗੋ ਦਾ ਭਰਿਆ ਹੋਇਆ ਇਨਸਾਨ ਸੀ ਮੈਂ ਜਦੋਂ ਮੈਨੂੰ ਕਰੋਨਾ ਦੇ ਵਿੱਚ ਮੈਨੂੰ ਮੌਤ ਮੈਂ ਨੇੜੇੋਂ ਦੇਖੀ ਹੁਣ ਨਹੀਂ ਹੁਣ ਤਾਂ ਮਤਲਬ ਕਿਵ ਸੱਚ ਆਰਾਹੀ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾ ਚੱਲਣਾ ਨਾਨਕ ਲਈ ਹੁਣ ਤਾਂ ਉਹਦੇ ਹੁਕਮ 'ਚ ਹਮ ਹੁਣ ਤਾਂ ਬਸ ਸਭ ਇੱਕ ਲੱਗਦੇ ਆ ਬਈ ਕਰੋਨਾ ਤੋਂ ਬਾਅਦ ਜਦੋਂ ਕਰੋਨਾ ਹੋਇਆ ਕੁੱਤੇ ਵਾਂਗ ਰੋਟੀ ਮਿਲਦੀ ਟਿਕ 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 ਤੇਰੀ ਰੋਟੀ ਦਾ ਟਾਈਮ ਹੋ ਗਿਆ ਧੋਨੋ ਦੋਨੋ ਥੋਨ ਹੋ ਗਿਆ ਸੀ ਮੈਂ ਤਾਂ ਹੋਣੀ ਹੋਇਆ ਮਰ ਕੇ ਵਸੇ ਮਸਾ ਅੱਛਾ ਬਾਲਾ ਸਾਹ ਬੰਦ ਹੋ ਜਾਇਆ ਕਰੇ ਰਾਤ ਨੂੰ ਹਮ ਤੇ ਸਾਰਾ ਕੋਈ ਪੈਸਾ ਕੰਮ ਨਹੀਂ ਆ ਰਿਹਾ ਸੀ ਕੋਈ ਪਾਵਰ ਕੰਮ ਨਹੀਂ ਆ ਰਿਹਾ ਸੀ ਕੁਝ ਵੀ ਨਹੀਂ ਸੀ ਹਮ ਤੇ ਦਿੱਕਤਾਂ ਜਿੰਦਗੀ ਦਾ ਅਤਰਾ ਚੜਾ ਬੰਦੇ ਤੇ ਆਉਂਦਾ ਰਹਿੰਦਾ ਸਿਸਟਮ ਨੂੰ ਬਦਲਤਾ ਹਮ ਪਾਸਾ ਹੀ ਬਦਲਤਾ ਈਗੋ ਕਿਧਰੇ ਗਈ ਗੁੱਸਾ ਕਿਧਰੇ ਗਿਆ ਚਲੋ ਆਉਂਦਾ ਮਾੜਾ ਮੋਟਾ ਲਾਲਚ ਕਿਧਰ ਗਿਆ ਧੋਖਾ ਦੇਣਾ ਕਿਧਰ ਗਿਆ ਭੱਜ ਦੌੜ ਕਿਧਰ ਹੀ ਗਈ ਸਾਬ ਮੈਨ ਲੱਗਦਾ ਵੀ ਮਤਲਬ ਕੁਛ ਨਹੀਂ ਐਵੇਂ ਕੁਛ ਨਹੀਂ ਦੁੱਖ ਸੁੱਖ ਦੁੱਖ ਸੁੱਖ ਤਾਂ ਬੰਦੇ ਦੇ ਨਾਲ ਖੜਾ ਹੈ ਜੀ ਹੂੰ ਦੁੱਖ ਸੁੱਖ ਤਾਂ ਮਨਜਿੰਦਰ ਜੀ ਥੋਨੂੰ ਛੇੜ ਲੋ ਅੱਜ ਦੇਖੋ ਤੁਸੀਂ ਤੁਸੀਂ ਜੀ ਨੂੰ ਮਰਜ਼ੀ ਛੇੜ ਲੋ ਹੂੰ ਤੁਸੀਂ ਮੈਂ ਹਰਿਆਣੇ ਦੇ ਵਿੱਚ ਕਮਿਨਿਸਟਰ ਕੋਲੇ ਗਿਆ ਮੈਂ ਉੱਪਰੋਂ ਫੋਨ ਕਰਾ ਕੇ ਮੈਂ ਉਹਨੂੰ ਵਧੀਆ ਉਹਨੇ ਚਾਹ ਚੂਪੀ ਮਹਾ ਬ੍ਰਦਰ ਯਾਰਾ ਕੰਮ ਕਰਨਾ ਮੇਰਾ ਕੋਈ ਜ਼ਰੂਰੀ ਹੈ ਉਹ ਐਡਾ ਦਾ ਹੈਗਾ ਉਹ ਕਹਿੰਦਾ ਭਰਾਵਾ ਮੈਂ ਤਾਂ ਆਪ ਹੀ ਦੁਖੀ ਹਾਂ ਕਿਉਂ ਕਹਿੰਦਾ ਸੀਐਮ ਇਹ ਨਹੀਂ ਸੁਣਦਾ ਹੂੰ ਮਾ ਯਾਰ ਕਹਿੰਦਾ ਸੀਐਮ ਸਾਹਿਬ ਨੂੰ ਫੋਨ ਕਰਾ ਮੈਂ ਉਹਦੇ ਮੰਜੋ ਘੇਰ ਮੈਂ ਤ੍ਰਿਲੂਕ ਨਾ ਮੈਂ ਤ੍ਰਿਲੂਕ ਬੱਲੇ ਮੈਂ ਤ੍ਰਿਲੂਕ ਬੜਾ ਵੱਡਾ ਮਨਾਉਣੀ ਲਿਆ ਤਾਂ ਉਹ ਵੀ ਦੁਖੀ ਯਾਰ ਮੈਂ ਚਲੋ ਕਰਦਾ ਕਰਾਉਂਦਾ ਜਿਵੇਂ ਸੀਐਮਪੀ ਅਸਾਂ ਸੀਐਮ ਸਾਹਿਬ ਨੂੰ ਮਲਾਤਾ ਸੀਐਮ ਸਾਹਿਬ ਕਹਿੰਦਾ ਜੀ ਬੈਠੋ ਜੀ ਔਰ ਕੀ ਪੰਜਾਬ ਕੇ ਹਾਲਚਾਲ ਹੈ ਬੜੀ ਇੱਜ਼ਤ ਕਰੀ ਵਿਚਾਰਨੇ ਮੈਨੂੰ ਕਹਿੰਦਾ ਯਾਰ ਮੈਂ ਤਾਂ ਆਪ ਹੀ ਪਰੇਸ਼ਾਨ ਕਹਿੰਦਾ ਮੈਨੂੰ ਆ ਬੰਦਾ ਤਾਂ ਗਰੂ ਦਿੱਲੀ ਦਾ ਮੈਂ ਹੱਥੋਂ ਇਹ ਵੀ ਪਰੇਸ਼ਾਨ ਹੈ ਦੁੱਖ ਸੁੱਖ ਲੜਾਈ ਹੈ ਹਮ ਹਰ ਬੰਦੇ ਤੇ ਆਉਣਾ ਇੱਤੋਂ ਲਜਾ ਭਲੇਖਾ ਕੱਢਦੇ ਅੱਜ ਜੇ ਤੂੰ ਆਵਦਾ ਦੂਜਾ ਪੜਦਾ ਚੱਕੇ ਦੁੱਖਾਂ ਚ ਹੀ ਤੂੰ ਨਿਕਲਿਆ ਹੋਇਆ ਔਰ ਦੁੱਖ ਜਿਹੜੇ ਬੰਦੇ ਤੇ ਆਨੇ ਉਹ ਬੰਦੇ ਦੇ ਪੱਲੇ ਕੁਛ ਨਹੀਂ ਹਾਂ ਕੁਦਰਤ ਨਾਲ ਜਿਹੜਾ ਬੰਦਾ ਜੁੜਿਆ ਹੈ ਰੱਬ ਦਾ ਨਾਮ ਲਵੇ ਹੁਣ ਮੈਰੇ ਤੇ ਬੜੇ ਬੜੇ ਦੁੱਖ ਆ ਅੱਜ ਵੀ ਦੁੱਖਾਂ ਚ ਚੱਲ ਰਿਹਾ ਲੜਨਾ ਸਿੱਖਣਾ ਦੁੱਖਾਂ ਨਾਲ ਲੜਨ ਤੇ ਇਹ ਤਾਂ ਲੜਾਈ ਹੈ ਜਿੱਤ ਤੂੰ ਕੌਣ ਦੁੱਖ ਸੋ ਸੁਖ ਹੁਣ ਮੰਨ ਲਓ ਵਿਆਹ ਹੁੰਦਾ ਵਿਆਹ ਦਾ ਫੰਕਸ਼ਨ ਆ ਪਾਠ 10 ਦਿਨ ਕਰਦੇ ਆ ਉਸ ਤੋਂ ਬਾਅਦ ਹੌਲੀ ਹੌਲੀ ਚਾਹ ਲੱਟਦਾ ਜਾਂਦਾ ਸੁੱਖ ਸੁੱਖ ਜਲਦੀ ਨਿਕਲ ਜਾਂਦਾ ਉਹਨਾਂ ਕਦ ਨਿਕਲ ਗਿਆ ਅਦਰ ਮੈਜ਼ ਰੱਬ ਨਾ ਜਦੋਂ ਕਿਤੇ ਸਾਲ 6 ਮਹੀਨੇ ਜਾਂ 2 ਮਹੀਨੇ ਬਾਅਦ ਤਲਾਕ ਦੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਹ ਐਡਾ بڑا ਦੁੱਖ ਜਾਂਦਾ ਸਾਲਾਂ ਬੱਧੀ ਤੁਰਿਆ ਜਾਂਦਾ ਮੁੰਡੇ ਦੀ ਪ੍ਰੋਬਲਮ ਹੁੰਦੀ ਹੈ ਕੁੜੀ ਵਾਲਿਆਂ ਨੂੰ ਪ੍ਰੋਬਲਮ ਹੁੰਦੀ ਹੈ ਰਿਸ਼ਤੇਦਾਰਾਂ ਨੂੰ ਪ੍ਰੋਬਲਮ ਹੁੰਦੀ ਹੈ ਜਿੱਥੇ ਗਿੱਧੇ ਪਾਏ ਹੁੰਦੇ ਆ ਸਾਰਾ ਕੁਝ ਪਾਇਆ ਹੁੰਦਾ ਨਾ ਮੀਟਾਂ ਖਾਧੀਆਂ ਹੁੰਦੀਆਂ ਸ਼ਰਾਬਾਂ ਪੀਤੀਆਂ ਹੁੰਦੀਆਂ ਮਿੰਟੋ ਮਿੰਟੀ ਫਿਰ ਉਹ ਦੁੱਖ 'ਚ ਬਦਲ ਜਾਂਦਾ ਦੁੱਖ ਇੱਥੇ ਬੈਠਾ ਹੈ ਮੌਤ ਇੱਥੇ ਬੈਠੀ ਹੈ ਬੰਦੇ ਦੇ ਨਾਲ ਆਉਣੀ ਆਉਣਾ ਹੈ ਕੋਈ ਵੀ ਅਜਮਾਈ ਦਾ ਲਾਲ ਦੁੱਖ 'ਚੋਂ ਬਚੀ ਨਹੀਂ ਸਕਦਾ ਦੁੱਖ ਤੇ ਸੁਖ ਇਹਦੇ ਤੋਂ ਕੋਈ ਰੋਕ ਨਹੀਂ ਸਕਦਾ ਬਹੁਤ ਵੱਡੀ ਤੂੰ ਮੇਰੇ ਅੰਦਰ ਚੱਕਲੇ ਪਟਦਾ ਹਾਂ ਲੋਕਾਂ ਨੂੰ ਨਹੀਂ ਦੇਖਣਗੇ ਹੂੰ ਲੋਕਾਂ ਨੂੰ ਨਹੀਂ ਦੇਖੋ ਜੇ ਤੁਸੀਂ ਕਹੋ ਵੀ ਸੀਐਮ ਸਾਹਿਬ ਤੋਂ ਦੁੱਖ ਨਹੀਂ ਨੋ ਤੁਖਾਂ ਦਾ ਅੰਦਰ ਉਹ ਜੇ ਤੁਸੀਂ ਕਹੋ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਤੋਂ ਦੁੱਖ ਨਹੀਂ ਵੀ ਆਰ ਬੜੇ ਸਕਿਉਰਟੀ ਆ ਬੜਾ ਨਜ਼ਾਰਾ ਸ਼੍ਰੀਮਾਨ ਜੀ ਰਾਤ ਨੂੰ ਉੱਠਦਾ ਟਿਪਕ ਟਿਪਕ ਕੁੱਟਦਾ ਉਹ ਵੀ ਜੇ ਦਵਾਰੇ ਨਾ ਬਣਿਆ ਹੂੰ ਫੇਰ ਕੀ ਬੜੋਂ ਕਿਤੇ ਜੇਲ੍ਹ ਚ ਨਾ ਸਿੱੜ ਦੇਣ ਕਿਤੇ ਛੱਡਣਾ ਨਾ ਪੈ ਜੇ ਦੁਖ ਸੁਖ ਚੀਜ਼ਾਂ ਹੀ ਆ ਤਾਂ ਹਾਂ ਜਿਹੜਾ ਬੰਦਾ ਜਦੋਂ ਆ ਜਾਣ ਕੁਦਰਤ ਨਾਲ ਜੁੜਿਆ ਉਹ ਬਚਦਾ ਹੈ ਉਹ ਬਚਦਾ ਬਿਲਕੁਲ ਮਤਲਬ ਇਹ ਨਹੀਂ ਕਿ ਜਿਹੜਾ ਬੰਦਾ ਕੁਦਰਤ ਨਾਲ ਜੁੜਿਆ ਧਾਰਮਿਕ ਦੁੱਖੋ ਤੇ ਨਹੀਂ ਆਉਣੇ ਉਹਨੇ ਉਹਦੇ ਵੀ ਹੈ ਹੂੰ ਪਰ ਹਸੈਣ ਦੀ ਸਰਵੱਥਾ ਰੱਖਦਾ ਹੈ ਹੂੰ ਹਸੈਣ ਦੀ ਤੁਸੀਂ ਕਿਸੇ ਧਾਰਮਿਕ ਗੁਰੂ ਨੂੰ ਦੇਖ ਲਓ ਸਾਡੇ ਗੁਰੂਆਂ ਨੂੰ ਦੇਖ ਲਓ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 10ਵੇਂ ਪਾਤਸ਼ਾਹ ਨੇ ਮੇਰੇ ਖਿਆਲ ਦੇ ਵਿੱਚ ਜਿੰਨਾ ਜਰ ਅਨੰਦਪੁਰ ਸਾਹਿਬ ਦੇ ਵਿੱਚ ਰਹੇ ਐਨ ਰਾਜਿਆਂ ਵਾਲੀ ਜ਼ਿੰਦਗੀ ਜਿਹੀ ਹੂੰ ਲੋਕਾਂ ਦੇ ਲਈ ਐਨ ਖੜੇ ਨਗਾਰੇ ਵੱਜਣੇ 7-8 ਦਿਨਾਂ ਦੇ ਵਿੱਚ ਹੀ ਕਿੱਡੇ ਵੱਡੇ ਪਹਾੜ ਟੁੱਟ ਪਏ ਹੂੰ ਕਿੱਡੇ ਵੱਡੇ ਪਹਾੜ ਦੁੱਖਾਂ ਦੇ ਆਏ ਤੁਸੀਂ ਕੋਈ ਅਰਜਨ ਦੇਵ ਜੀ ਨੂੰ ਦੇਖ ਲਓ ਕਤੀ ਤਬੀ ਤੇ ਬੈਠਿਆ ਮਤਲਬ ਉੱਤੇ ਪੈ ਰਿਆ ਪਕੰਬਰ ਸਾਹਿਬ ਨੂੰ ਦੇਖ ਲਓ ਪਕੰਬਰ ਜਿਹੜਾ ਹਜ਼ਰਤ ਮੁਮਮ ਸਾਹਿਬ ਨੂੰ ਬੱਚਿਆਂ ਤੱਕ ਨੂੰ ਬਲੀ ਦੇਣੀ ਪਈ ਹੂੰ ਤੁਸੀਂ ਅਸ ਮਤਲਬ ਜਿਨ ਜਿਸੂ ਮਸੀਹ ਨੂੰ ਦੇਖ ਲਓ ਲੜਕਣਾ ਪਿਆ ਰਾਮ ਭਗਵਾਨ ਨੂੰ ਦੇਖ ਲਓ ਕਿੱਥੇ ਕਿੱਡਾ ਬਿਸ਼ਵਾਸ ਤੇ ਜਾਣਾ ਪਿਆ ਦੁੱਖ ਸੁੱਖ ਜ਼ਿੰਦਗੀ ਦਾ ਸੀ ਸੁਖ ਸੁਖੀ ਭਾਲਦੇ ਆ ਵੀ ਦੁੱਖ ਆ ਬਈ ਨਾ ਹੂੰ ਦੁੱਖ ਨੇ ਆਉਣਾ ਹੀ ਆਉਣਾ ਹੈ ਦੁੱਖ ਨਾਲ ਲੜੋ ਬਸ ਵੀ ਆ ਤੈਨੂੰ ਹਰਾਉਂਗਾ ਆ ਤੈਨੂੰ ਹਰਾਉਂਗਾ ਅੱਜ ਮੈਂ ਐਡੀ ਵੱਡੀ ਪ੍ਰੋਬਲਮ ਚ ਆ ਕਿਸੇ ਚ ਬਹੁਤ ਵੱਡੇ ਪਹਾੜਾਂ ਤੋਂ ਵੱਡਾ ਦੁੱਖ ਆ ਤਕਲੀਫ ਹੈ ਪਰੇਸ਼ਾਨੀ ਹੈ ਲੜੀ ਜਾਂ ਨੇ ਆ ਲੜਨਾ ਜ਼ਰੂਰੀ ਹੈ ਹਾਰ ਨਹੀਂ ਮੰਨਣੀ ਕਈ ਲੋਕ ਮੰਨ ਜਾਂਦੇ ਹਨ ਮੰਨ ਕੇ ਟੁੱਟ ਗਏ ਹਮ ਆਤਮਾ ਤੇ ਅਗਿਆ ਦੇ ਦੇਖੋ ਭੋਸਾ ਟੁੱਟ ਜਾਂਦਾ ਗੁਰੂ ਤੋਂ ਲੋ ਭੋਸਾ ਟੁੱਟ ਜਾਂਦਾ ਨਾ ਫਿਰ ਉਹਨੂੰ ਜਦੋਂ ਜਿਹਦੇ ਦੁੱਖ ਪਿਆ ਹੁੰਦਾ ਨਾ ਉਹਨੂੰ ਗਣੇ ਉਹਨੂੰ ਗਣੇਸ਼ ਭਗਵਾਨ ਨਾ ਗਣੇਸ਼ ਭਗਵਾਨ ਲੈਂਦਾ ਜਿਹਦਾ ਦੁੱਖ ਨਹੀਂ ਪਿਆ ਹੁੰਦਾ ਆਨੰਦ ਲੈਂਦਾ ਉਹ ਕਹਦਾ ਗਣੇਸ਼ ਭਗਵਾਨ ਨੂੰ ਕੀ ਕਹਿੰਦਾ ਸੁੰਡ ਵਾਲਾ ਬਾਬਾ ਤੇ ਜਿਹੜਾ ਦੁਖੀ ਉਹ ਹੀ ਗਣੇਸ਼ ਭਗਵਾਨ ਮੂਰੇ ਮੱਥਾ ਟੇਕਦਾ ਜਦੋਂ ਪੈਂਦਾ ਉਦੋਂ ਪਤਾ ਲੱਗਦਾ ਹੁਣ ਕੱਡੇ ਕੱਡੇ ਬਾਬੇ ਅਸੀਂ ਹੈਲੀਕਾਪਟਰਾਂ ਚ ਘੁੰਮਦੇ ਹੁੰ ਕੋਟੀ ਕੋਟੀ ਬਾਬੇ ਸੀ ਮੋਰੇ ਸਕੌਟਾਂ ਮਗਰ ਸਕੌਟ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਾ ਮੇਰੇ ਇੱਕ ਦੋਸਤ ਹੈ ਬਹੁਤ ਸੀਨੀਅਰ ਆਈਐਸ ਉਹ ਕਿਸੇ ਬਾਬਾ ਕੋਲ ਜੇਲ੍ਹ ਚੋਂ ਬਾਹਰ ਆਇਆ ਸੀ ਉਹਦੀ ਸਕਿਉਰਟੀ ਤੇ ਸੀ ਉਹ ਕਿਉਂਕਿ ਬਹੁਤ ਵੱਡੀ ਸਕਿਉਰਟੀ ਜਣੀ ਪੈਂਦੀ ਉਹਨੂੰ ਮੈਂ ਉਹ ਵੈਸੇ ਹੀ ਗੱਲ ਕਰੀ ਯਾਰ ਮੈਂ ਖਿਆ ਅਨੰਦ ਫਿਰ ਵੀ ਲੈਂਦਾ ਐਡਾ ਵੱਡੇ ਦੀ ਚੜਾਈ ਐ ਐਡਾ ਯਾਰ ਕੀ ਗੱਲ ਆ ਜੋ ਛੱਡ ਗਿਆ ਮੈਨੂੰ ਕਹਿੰਦਾ ਐਵੇਂ ਹੀ ਲੱਗਦਾ ਤੈਨੂੰ ਇਹ ਤਾਂ ਕਹਿੰਦਾ ਖੁਦਕੁਸ਼ੀ ਕਰਨ ਨੂੰ ਤਿਆਰ ਐ ਐਡਾ ਪਰੇਸ਼ਾਨ ਆ ਅੰਦਰੋਂ ਕਹਿੰਦਾ ਸ਼ੌਹਰਤ ਗਈ ਪਰਿਵਾਰ ਗਿਆ ਲੋਕ ਅੰਦਰੋਂ ਦੁੱਖੀ ਹੋ ਕੇ ਅੰਦਰੋਂ ਟੁੱਟ ਗਿਆ ਠੀ ਹਾਂ ਚੜ ਬੋਲਿਆ ਕੋਠੇ ਅੱਗ ਕਿਸਦੇ ਘਰ ਲੱਗੀ ਜਦੋਂ ਮੈਂ ਕੋਠੇ ਚੜ੍ਹ ਅੱਗ ਤਾਂ ਘਰ ਘਰ ਲੱਗੀ ਘਰ ਘਰ ਅੱਗ ਲੱਗੀ ਹੋਈ ਹੂੰ ਕੋਈ ਦਿਖਾਉਂਦਾ ਵੀ ਦਿਖਾਉਂਦਾ ਨਹੀਂ ਹਮ ਹਰੇਕ ਨੂੰ ਗੋਡੇ ਚ ਨਕਸ਼ਾ ਹੈ ਕਿਤੇ ਗੱਟੇ ਚ ਨਕਸ਼ਾ ਹੈ ਹਰੇਕ ਨੂੰ ਤਜਾਹ ਬਣਦਾ ਕੀ ਤੈਨੂੰ ਬਣਦਾ ਨਹੀਂ ਹਮ ਕਿਸੇ ਨੂੰ ਵੱਧ ਖਾ ਲਈ ਉਹਨੂੰ ਬਣਦਾ ਦੁੱਖ ਸੁੱਖ ਨਾਲ ਐਵੇਂ ਕੁਦਰਤ ਦਾ ਨਿਯਮ ਹੈ ਦੇ ਨੇ ਰਾਤ ਹੈ ਬਰਪ੍ਰੀਤ ਹੈ ਗਰਮ ਹੈ ਠੰਡਾ ਹੈ ਠੀਕ ਹੈ ਨਾ ਦੁੱਖ ਸੁੱਖ ਨਾਲ ਹੈ ਕੁਦਰਤ ਦੇ ਹੀ ਆਨੰਦ ਹੈ ਇਹ ਇਹਦੇ ਕਰਕੇ ਕੁਦਰਤ ਨੂੰ ਅਸੀਂ ਅੱਜ ਭੁੱਲਦੇ ਤੁਰੇ ਜਾਂਦੇ ਹਾਂ ਉਹਦਾ ਸਾਰਾ ਸਾਇੰਸ ਹੈਗਾ ਜੀ ਸਾਇੰਸ ਤੋਂ ਸੱਚੇ ਕੁਝ ਨਹੀਂ ਸਾਇੰਸ ਨੇ ਦਿੱਤਾ ਹੋਇਆ ਅੱਜ ਪੈਟਰੋਲ ਥੱਲੇੋਂ ਆਉਣਾ ਬੰਦ ਹੋ ਜੇ ਡੀਜ਼ਲ ਬੰਦ ਹੋ ਜੇ ਗੈਸ ਬੰਦ ਹੋ ਜੇ 500 ਸਾਲ ਪਿੱਛੇ ਵਗ ਜਾਗੇ ਕੋਈ ਝਟਕਾ ਦੇ ਦੇ ਕੁਦਰਤ ਹੂੰ 500 ਸਾਲ ਪਿੱਛੇ ਚੱਲ ਜਾਗੇ ਇੱਕ ਮਿੰਟ ਸਾਰਾ ਪਿਛੋਕੜ ਕੁਦਰਤ ਨਾਲ ਜੁੜਿਆ ਹੋਇਆ ਹੂੰ ਹਰ ਇੱਕ ਚੀਜ਼ ਬੰਦੇ ਦੀ ਕੁਦਰਤ ਨਾਲ ਜੁੜਿਆ ਤਾਂ ਐਵੇਂ ਮਾਰੀ ਜਾਂਦੇ ਆ ਬਲੈਕ ਹੋਲ ਆ ਗਿਆ ਜੀ ਬਲੈਕ ਹੋਲ ਨੇ ਧਰਤੀ ਬਣਾਈ ਜੀ ਬਾਂਦਰ ਹੁੰਦੇ ਸੀ ਜੀ ਬਾਂਦਰ ਤੋਂ ਬੰਦੇ ਬਣ ਗਏ ਕਾਹਦੇ ਬਾਂਦਰ ਹੁੰਦੀ ਬਾਂਦਰਾਂ ਦੇ ਪੂਛਾਂ ਕਿੱਧਰ ਗਏ ਅੱਜ ਵੀ ਬਾਂਦਰ ਫਿਰਦੇ ਉਹਨਾਂ ਹੂੰ ਉਹ ਕੁਦਰਤ ਤਾਂ ਦਿਖਦੀ ਨਹੀਂ ਉਹ ਬਾਬਿਆਂ ਚ ਨਹੀਂ ਆਉਂਦੀ ਜਾਂ ਕਿਸੇ ਹੋਰ ਚ ਨਹੀਂ ਆਉਂਦੀ ਉਹ ਬਹੁਤ ਬਿਆਨਤ ਹੈ ਜਿਹੜੀ ਸਾਰੇ ਬ੍ਰਹਮੰਡ ਨੂੰ ਚਲਾਉਂਦੀ ਹੈ ਉਹ ਆਪ ਦੇ ਸਿਸਟਮ ਨਾਲ ਚਲਾਉਂਦੀ ਹੈ ਸਿਸਟਮ ਨਾਲ ਚੱਲਦਾ ਪਰ ਆ ਜਾਂਦਾ ਹੂੰ ਸਿਸਟਮ ਹੱਲ ਗਿਆ ਬਾਬੇ ਨੇ ਵੀ ਗਿਆ ਸੀ ਨਾ ਇਹ ਹਾਂ ਬਿਲਕੁਲ ਬਾਅਦ ਅੱਛੇ ਉਹ ਉਹ ਮੇਰਾ ਉਹ ਬਾਬਾ ਫਿਰ ਉਹਨੂੰ ਪਤਾ ਨਹੀਂ ਨਾ ਵੀ ਮੇਰੇ ਤੇ ਆਊਗੀ ਮੈਨੂੰ ਜਦੋਂ ਆਪਣੀ ਪਿਛਲੀ ਇੰਟਰਵਿਊ ਹੋਈ ਹੈ ਮੈਨੂੰ ਦੋ ਤਿੰਨ ਚੈਲਨਾਂ ਤੋਂ ਫੋਨ ਆਏ ਮੈਂ ਵੀ ਸਲਾਹ ਹਵਾ ਲੈਣ ਨੂੰ ਤਿਆਰ ਹੂੰ ਬੰਦੇ ਚਾਹੁੰਦਾ ਹਿੰ ਮਹਮੋਦੀ ਹੈ ਪਰ ਮੈਂ ਫੇਰ ਠੰਡਾ ਹੋ ਗਿਆ ਬਚੀ ਬਚੀ ਵੀ ਥੋੜੀ ਮੇਰੇ ਮਾਰ ਕੇ ਲੱਖ ਹਮਮ ਉਹ ਯਾਰ ਇੰਟਰਵਿਊ ਦੇਣ ਵਾਲੀ ਤੋਰੇ ਫਿਰਦੇ ਆ ਹਨ ਤੇ ਮੇਰੇ ਵਰਗਾ ਕਹਿੰਦਾ ਜਿਵੇਂ ਤੇਨੂੰ ਕੋਈ ਕਹਿੰਦਾ ਵੀ ਤੂੰ ਤਾਂ ਪੱਤਰਕਾਰ ਹੀ ਬੜਾ ਤਕਰਾ ਜਦੋਂ ਹਵਾ ਲੈ ਕੇ ਗਿਆ ਹਮਮ ਪੱਤਰਕਾਰ ਬੜੇ ਤਕੜੇ ਫਿਰਦੇ ਆ ਹਨ ਇਹਦੇ ਕਰਕੇ ਆਨੰਦ ਲਾਓ ਜ਼ਿੰਦਗੀ ਦਾ ਇੱਕ ਜਦੋਂ ਜ ਜ ਤੁਹਾਡੇ ਕੋਲੇ ਆ ਗਿਆ ਪੈਸਾ ਤਾਂ ਨਾ ਟੈਨਸ਼ਨ ਲਓ ਵੀ ਆ ਗਿਆ ਤਾਂ ਆ ਗਿਆ ਚਲਾ ਗਿਆ ਤਾਂ ਨਾ ਟੈਨਸ਼ਨ ਲਓ ਹਮਮ ਠੀਕ ਭੁੱਖੇ ਸੋਗੇ ਤਾਂ ਨਾ ਲਓ ਤੇ ਜੇ ਰੱਜ ਮੀ ਖਾ ਲਈ ਤਾਂ ਨਾ ਲਓ ਜੇ ਤੁਸੀਂ ਰਾਜਾ ਚ ਉਹਦੇ ਹੁਕਮ ਚ ਪ੍ਰੋਬਲਮ ਹੀ ਨਹੀਂ ਆਉਂਦੀ ਹਮਮ ਹਰ ਇੱਕ ਕਰਤ ਦੁੱਖ ਹਰ ਇੱਕ ਚ ਤੇ ਪਰ ਸੰਭਲਣਾ ਜਿਹੜੇ ਨੂੰ ਸੰਭਾਲਣਾ ਆ ਗਿਆ ਉਹ ਆਇਆ ਇਈ ਮਾਇਆ ਤਹਾਲੇ ਜਿਹਨੂੰ ਰੋਕਣੀ ਆ ਗਈ ਮਾਇਆ ਕਮਾਉਣ ਦੁਨੀਆ ਜਾਣਦੀ ਐ 10 ਤੋਂ 15% ਮਾਇਆ ਰੋਕਦੇ ਐ ਹੂੰ ਮਾਇਆ ਦੇ ਕੈਸੀ ਚੀਜ਼ ਐ ਜੇ ਤੁਹਾਨੂੰ ਅੱਜ ਕਰੋੜ ਦੀ ਲਾਟਰੀ ਲੱਗ ਗਈ ਨਾ 2 ਸਾਲਾਂ ਬਾਅਦ ਉਨੀ ਕਰਜਾਈ ਹੋਵੋਗੇ ਤੁਸੀਂ ਇਹ ਭੱਜ ਜਾਂਦੀ ਐ ਫਾਰਨ ਕਾਰ ਰੋਕੇ ਰੋਕਣ ਦਾ ਮੰਤਰੀ ਨਹੀਂ ਕਿਸੇ ਨੂੰ ਰੋਕਣੀ ਬੜੀ ਔਖੀ ਐ ਕਈ ਲੋਕ ਬੜੇ ਰੋਕ ਲੈਂਦੇ ਆ ਮਤਲਬ ਨਾ 14 ਤੋਂ 15% ਹੀ ਰੋਕਦੇ ਐ ਜਿਹੜੇ ਆ ਮਤਲਬ ਜਿਹਨਾਂ ਆਪਾਂ ਬਾਣੀਆਂ ਕਹਿ ਦਿੰਨੇ ਆ ਜਾਂ ਮਾਇਆ ਦਾ ਮਾਤਲਬ ਹੀ ਨਹੀਂ ਬਾਣੀਆਂ ਵੀ ਵਿੱਚੋਂ ਭੱਦੀ ਤੁਰ ਹੀ ਜਾਂਦੀ ਐ ਇਹ ਕੋਈ ਛੋਟੀ ਮਮਾਇਆ ਨਹੀਂ ਕਿਤੇ ਖੜਦੀ ਮੈਂ ਤਾਂ ਤੁਸੀਂ ਦੇਖ ਤੋਂ ਆਪ ਦੇਖ ਨਾ ਜਦੋਂ ਤੇਰੇ ਕੋਲ 2-4 ਲੱਖ ਆਇਆ ਹੋਣਾ ਜਾਂ ਲੱਖ ਆਇਆ ਜਾਂ ਜੱਜ ਤੇਰੇ ਕੋਲ ਲੱਖ ਪਿਆ 10-12 ਦਿਨਾਂ ਨੂੰ ਘਟਦਾ 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 5-4000 ਤੇ ਆਜੂ ਇਹ ਨਹੀਂ ਰੁਕਦੀ ਇਹ ਤਾਂ ਜਦੋਂ ਮੈਂ ਡੀਜ਼ਲ ਪੈਟਰੋਲ ਪਵਾਉਣਾ ਵੀ ਵਗ ਜਾ ਪੈਣੇ ਡਬਲ ਹੋ ਕੇ ਆ ਜੀ ਵੀ ਜੇ ਕਿਸੇ ਲੋਟ ਆ ਜਾਏਗੀ ਇਹ ਰੋਕਣੀ ਬਹੁਤ ਔਖੀ ਹੈ ਕਮਾਉਣੀ ਬਹੁਤ ਸੌਖੀ ਹੈ ਅਰਬਾਪਤੀ ਕਿਵੇਂ ਜੀਤ ਕੋਈ ਸੋਚਿਆ ਸੀ ਵੀ ਪਰਲ ਵਾਲਾ ਨਰਮਲ ਸਿੰਘ ਭੰਗੂ ਵਿਜੇ ਮਾਲੀਆ ਵਗੈਰਾ ਹਨਾ ਪੌਂਟੀ ਚੜ੍ਹੇ ਵਗੈਰਾ ਇਹ ਨਹੀਂ ਰੁਕਦੀ ਮਾਇਨੇ ਰੁਕਦੀ ਮਾਇਆ ਕਿਦੇ ਬਸ ਨਹੀਂ ਹੁੰਦੀ ਮੈਂ ਤਾਂ ਝੂਟਾ ਦੇਣ ਆਉਂਦੀ ਆ ਬੰਦਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਮਾਇਆ ਕਿਵੇਂ ਬਸ ਹੋ ਜੂ ਕਹੇ ਹੂੰ ਨਹੀਂ ਕਈ ਬੰਦੇ ਅਮੀਰ ਵੀ ਬਣ ਜਾਂਦੇ ਕੀ ਖੜੇ ਰੜਾ ਵੀ ਲੈਂਦੇ ਕੀ ਤੇ ਟਿੱਕਦੇ ਵੀ ਹਾਂ ਕੋਪ 5000 5% ਜਿਹਨੂੰ ਪਤਾ ਲੱਗ ਗਿਆ ਆ ਕੋਈ ਏਡੀ ਗੱਲ ਨਹੀਂ ਰੁਕਦੀ ਆ ਮੈਂ ਮੰਨਦਾ ਹੂੰ ਕਈ ਇਹੋ ਜਿਹੇ ਸਾਧੂ ਸੰਤ ਪਏ ਜਦੋਂ 40 ਸਾਲ ਪਹਿਲਾਂ ਸਾਧੂ ਸੰਤਾਂ ਦਾ ਕੋਈ ਤੁਸੀਂ ਕਹੇ ਆਉਣੀ ਆਉਣੀ ਬਹੁਤ ਸੌਖੀ ਆ ਆਉਣੀ ਤਾਂ ਸਭ ਤੋਂ ਔਖੀ ਆ ਮੈਂ ਕਹਾਂ ਆਉਣੀ ਤਾਂ ਸਭ ਤੋਂ ਸੌਖੀ ਹੈ ਕਿਵੇਂ ਸੌਖੀ ਹੈ ਜਿਵੇਂ ਇੱਕ ਬੰਦਾ ਜ ਮੈਂ ਆਪਾਂ ਕਹਿੰਨੇ ਮਾ ਜਿੰਨੀ ਮ ਜਿੰਨੀ ਮਾਇਆ ਕੋਣੀ ਸੌਖੀ ਐ ਬੰਦੇ ਚ ਸਕਿੱਲ ਹੋਣਾ ਚਾਹੀਦਾ ਐ ਕੰਫੀਡੈਂਸ ਹੋਣਾ ਚਾਹੀਦਾ ਹੁਣ ਤੁਸੀਂ ਇੱਕ ਨਾਰਮਲ ਪੱਤਰਕਾਰ ਹੋ ਵਾਲੇ ਵੱਡੇ ਪੱਤਰਕਾਰਾਂ ਚ ਨਹੀਂ ਲੇਕਿਨ ਤੁਸੀਂ ਵੱਡੇ ਵੱਡੇ ਨੂੰ ਭਾਜੜਾਂ ਪਾਈ ਫਿਰਦੇ ਹੋ ਵੱਡੇ ਵੱਡੇ ਨੂੰ ਜੱਟੇ ਜਿਹੜੇ ਮਤਲਬ ਜੀਟੀਵੀ ਵਾਲਾਂ ਤੱਕ ਨਹੀਂ ਤੁਹਾਡੇ ਜਿਹੜੀ ਕਵਰਿੰਗ ਨਹੀਂ ਹੈਗੀ ਠੀਕ ਐ ਲੇਕਿਨ ਤੁਹਾਡਾ ਪਲੇਟਫਾਰਮ ਛੋਟਾ ਐ ਪਰ ਤੁਸੀਂ ਇਵੇਂ ਜੋ ਕਰ ਮਾਇਆ ਕਮਾਉਣੀ ਬਹੁਤ ਸੌਖੀ ਐ ਸਕਿੱਲ ਸਿੱਖਣੇ ਪੈਂਦੇ ਐ ਮਾਇਆ ਨੂੰ ਸਿਸਟਮ ਨਾਲ ਲਾਫ ਅਟਰੈਕਸ਼ਨ ਨਾਲ ਜੋੜਨਾ ਪੈਂਦਾ ਬੰਦੇ ਨੂੰ ਬੰਦੇ ਨੂੰ ਭਰੋਸਾ ਕਰਨਾ ਪੈਂਦਾ ਘੰਟੇ ਚ ਮਾਇਆ ਕੀ ਕਮਾ ਲਾਂਗੇ ਅਸੀਂ ਘੰਟੇ ਜਮਾਨ ਉਧਰ ਹੋ ਕੇ 2 ਘੰਟੇ ਚ ਉਧਰ ਹੋ ਜੂ ਅੱਜ ਤੈਨੂੰ ਕਹਤਾ ਐ ਕਰਨੇ ਤਾਂ ਲੰਬਾ ਪ੍ਰੋਸੀਜਰ ਵੀ ਤਾਂ ਦੇਖਣਾ ਪੈਣਾ ਨਾ ਤੁਸੀਂ ਹੈਨਰੀ ਫੋਰਡ ਦਾ ਨਾਮ ਸੁਣਿਆ ਹੋਣਾ ਫੋਰਡ ਦੇ ਵਿੱਚ ਜਿਉਹਨੇ ਤਿਆਰ ਕਰਵਾਇਆ ਜਦੋਂ ਨੇ ਮਤਲਬ ਪਿਸਟਨ ਲਵਾਏ ਨੇ ਉਹ ਕਹਿੰਦੇ ਜੀ ਲੱਗ ਨਹੀਂ ਸਕਦੇ ਪਿਸਟਨ ਤਾਂ ਕਹਿੰਦਾ ਲੱਗੇ ਰਹੋ ਬਸ 1 ਸਾਲ ਹੋ ਗਿਆ ਕਹਿੰਦਾ ਲੱਗ ਨਹੀਂ ਸਕਦੇ ਕਹਿੰਦਾ ਬਸ ਲੱਗੇ ਰਹੋ ਉਹ ਲੱਗੇ ਤੇ ਕਰਕੇ ਅਸੀਂ ਖੜੇ ਨਹੀਂ ਸਕਦੇ ਸੀ ਤਾਂ ਕਹਿੰਦੇ ਵੀ ਅੱਜ ਮੱਥਾ ਟੇਕਣ ਜਾਣੇ ਆ 10 ਰੁਪਏ ਕੋਈ ਸਬਰ ਸੰਤੋਖ ਥੋੜੀ ਮੰਗਣ ਜਾਣੇ ਆ ਵੀ ਬਾਬਾ ਬਾਈ ਬਣ ਕੇ ਬਾਬਾ ਬਣ ਕੇ ਜੇ ਤੂੰ 10 ਵੀ ਸਾਨੂੰ ਕੁਛ ਨਾ ਕੁਝ ਦੇ ਤਾਂ ਮੁੰਡਾ ਦੇ ਦੇ ਜਾਂ ਬਾਹਰ ਭੇਜ ਦੇ ਜਾਂ ਸਾਨੂੰ ਆਹ ਦੇ ਦੇ ਇਸ ਤਾਂ ਮੰਗਣੀ ਤੁਰੇ ਮੰਗਤੀ ਬਣੇ ਰਹਿੰਦੇ ਆ ਅੱਕ ਜਾਂਦਾ ਬਾਬਾ ਵੀ ਕੀ ਕਰੇ ਦੇ ਦੇ ਕੇ ਇਹਨਾਂ ਨੂੰ ਹੂੰ ਇਹ ਬਾਣੀ 'ਚ ਵੀ ਲਿਖਿਆ ਹੋਇਆ ਬਾਣੀ ਤੇ ਬੜੇ ਤਕੜੇ ਮਤਲਬ ਜੇ ਕਿੱਥੋਂ ਪ੍ਰਮਾਤਮਾ ਨੂੰ ਮਿਲਣਾ ਹੈ ਕਿਵੇਂ ਮਿਲਣਾ ਹੈ ਕਿਵੇਂ ਦੁੱਖ ਮਿਲਣਾ ਹੈ ਕਿਵੇਂ ਕੋਈ ਧਿਆਨ ਨਹੀਂ ਦਿੰਦਾ ਮੱਥੇ ਤਾਂ ਕਿਸਮਤ ਹੈ ਅਰਦਾਸ 'ਚ ਮਸਾਂ ਖੜਦੇ ਆ ਮੇਰਾ ਇੱਕ ਦੋਸਤ ਅਸੀਂ ਉਸ ਚਲੇ ਗਏ ਕਾਲੇ ਵਾਲੇ ਮੱਥਾ ਟੇਕਣ ਰਿਸ਼ਤੇਦਾਰੀ ਚ ਉਹਦੇ ਖਾਸ ਹੀ ਰਿਸ਼ਤੇਦਾਰੀ ਮੈਂ ਇਹਨੂੰ ਕਿਹਾ ਚੱਲ ਜਰ ਕਹਿੰਦਾ ਮਾਹ ਚ ਕਹਿੰਦਾ ਤੂੰ ਚੱਲਣਾ ਯਾਰ ਮੈਂ ਚੱਲਦੀ ਆ ਅਸੀਂ ਇੱਥੋਂ ਗਏ ਗੱਡੀ ਲੈ ਕੇ ਗਏ ਮੱਥਾ ਟੇਕਿਆ ਬਜ਼ੁਰਗ ਦਾ ਭੋਗ ਸੀ ਮੇਰੇ ਖਿਆਲ ਉੱਥੇ ਰੋਟੀ ਖਾਦੀ ਕਹਿੰਦਾ ਚੱਲ ਗਏ ਮਖਿਆਰ 2000 ਦਾ ਤੇਲ ਫੂਕੇ ਆ ਇਹਨਾਂ ਦੇ ਘਟੂ ਘਟ 10 20 ਮਿੰਟ ਬੈਠ ਜਾ ਅੱਧਾ ਘੰਟਾ ਲਾ ਲਿਆ ਤੇਰੀ ਰਿਸ਼ਤੇਦਾਰੀ ਚ ਰੋਟੀ ਖਾਣੀ ਸੀ ਹੋਟਲ ਤੇ 500 ਦੇ ਖਾ ਲੈਂਦੇ ਆ ਪਰ ਰੋਟੀ ਖਾਣੀ ਆਏ ਇੱਕ ਮੂੰਹ ਦਿਖਾਉਣਾ ਆ ਹੂੰ ਕੋਈ ਬੈਠ ਕੇ ਰਾਜੀ ਨਹੀਂ ਕੋਈ ਕੀਰਤਨ ਸੁਣ ਗੱਲ ਭੋਗਦੀ ਹੁੰਦੀ ਆ ਗੱਲ ਕਰਦੇ ਮਰਗਤ ਦੀ ਹੁੰਦੀ ਆ ਚਾੱਕੇ ਰਾਵਣ ਨੂੰ ਚੱਕ ਲਿਆਉਂਦੇ ਵਿੱਚ ਚਾੱਕ ਕਿਧਰੋਂ ਕਿਧਰੋਂ ਧੰਨੇ ਭਖਤ ਨੂੰ ਚੱਕ ਲਿਆਉਂਦੇ ਆ ਚਾੱਕ ਕੋ ਪਤਾ ਹੀ ਨਹੀਂ ਕਿਹੜਾ ਭੀਮ ਨੂੰ ਚੱਕ ਲਿਆਉਂਦੇ ਆ ਕਿਸੇ ਨੂੰ ਅਰਜਨ ਨੂੰ ਚੱਕ ਲਿਆਉਂਦੇ ਆ ਉਹ ਟਾਰਗੇਟ ਤੋਂ ਆਪ ਭਟਕ ਪਏ ਬੇਚਾਰੇ ਮਾਗਰੋ ਕਹਿੰਦੇ ਆ ਵੀ ਸਾਨੂੰ ਦੇਖੋ ਜੀ ਮਤਲਬ ਆ ਸਾਡੇ ਕਾਰਡ ਲੈ ਲਓ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਮੇਰੇ ਸਾਡੂ ਦੀ ਮੌਤ ਹੋ ਗਈ ਚੈਨੇ ਵਾਲੇ ਪਿੰਡ ਨੌਜਵਾਨ ਸਿੰਘ ਪਰ ਨਾ ਉੱਥੇ ਜਦੋਂ ਕੀਰਤਨ ਕਰਾਉਂਦੇ ਸੀ ਸਾਡੇ ਦੁਖੀ ਸੀ ਯਾਰ ਬਰਾਬਰ ਦਾ ਪ ਸੀ ਉਹਨਾਂ ਉਹਨੇ ਚਿੰਟਿਆਂ ਵਾਲੇ ਨੇ ਬਾਟੀ ਘੜਤੇ ਤੱਕ 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 ਤੋ ਤੇਰੇ ਦੀ ਲੈ ਤੇਰੇ ਦੀ ਚਲੋ ਕਰਦਾ ਰਿਹਾ ਆ ਕੀ ਪੁੱਛਦਾ ਜੀ ਉਹਨੇ ਕੀ ਕੀਤਾ ਜਦੋਂ ਹਜੇ ਭੋਗ ਪਿਆ ਨਹੀਂ ਭੋਗ ਪੈਣ ਤੋਂ ਬਾਅਦ ਦੇਖ ਵੀ ਨਹੀਂ ਵੰਡੀ ਕਹਿੰਦਾ ਮੇਰੇ ਕਾਰਡ ਲੈ ਲਓ ਜੀ ਆ ਕਾਰਡ ਵੰਡਣ ਲੱਗੇ ਜੇ ਕਿਸੇ ਨੂੰ ਲੋੜ ਹੈ ਤਾਂ ਕਹਿੰਦਾ ਮੈਨੂੰ ਤੁਸੀਂ ਕੰਡੈਕਟ ਕਰ ਸਕਦੇ ਹੋ ਪੈਸਾ ਮੈਂ ਲੈਂਦਾ ਨਹੀਂ ਮੈਂ ਕਹਦਾ ਮੈਂ ਤੇਰੇ ਵਾਲੀ ਹੱਦ ਹੋ ਗਈ ਯਾਰ ਇਹਦਾ ਮਤਲਬ ਤੁਸੀਂ ਸਾਨੂੰ ਮਰੀ ਲੋ ਜਨਾ ਵੀ ਮੇਰੇ ਕਾਰਡ ਲੈ ਲਓ ਤੇ ਮੈਨੂੰ ਸੱਦੀ ਜਾਓ ਦੇਖਦਾ ਵੰਡ ਲੈਣ ਦੇ ਗੁਰੂ ਮਹਾਰਾਜ ਦੀਆਂ ਹਾਲਾਤ ਇਹ ਲਾਤੀ ਇਹ ਜੇ ਬੁੱਧੀਜੀਬ ਹੋਏ ਬੈਠਿਆ ਸਾਡੇ ਇਹ ਜੇ ਗੁਰੂ ਹੋਏ ਬੈਠੇ ਜਿਹੜੇ ਸਾਡੇ ਅੱਜ ਕੱਲ ਬਣੇ ਬੈਠੇ ਆ ਜਿਹੜੇ ਸਾਡੇ ਦਰਬਾਰ ਸਾਹਿਬ ਤੇ ਟੈਗ ਕਰੀ ਜਾਂਦੇ ਨੇ ਕਹਿੰਦੇ ਦੁੱਖ ਭੰਜਣੀ ਬੇਰੀ ਉਹ ਤਾਂ ਐਵੇਂ ਹੀ ਆ ਜੀ ਉੱਥੇ ਮੈਂ ਬੜੇ ਤਕੜਾ ਪ੍ਰਚਾਰਕ ਆ ਯਾਰ ਮੈਂ ਕੀ ਕੀ ਨਾ ਲਵਾ ਉਹ ਪਾਣੀ ਤਾਂ ਐਵੇਂ ਝੂਠਾ ਯਾਰ ਗੱਲ ਆਸਤਾ ਦੀ ਹੈ ਗੱਲ ਭਰੋਸੇ ਦੀ ਹੈ ਠੀਕ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਕਹੜਾ ਬੋਲਦਾ ਉਹ ਸਾਨੂੰ ਸਾਨੂੰ ਭਰੋਸਾ ਹੈ ਵੀ ਸਾਡੇ ਦਸਵੇਂ ਗੁਰੂਆਂ ਨੇ ਬਾਣੀ ਦੇ ਵਿੱਚ ਕੁਝ ਪਾਇਆ ਹੈ ਇਹਦੇ ਸਾਨੂੰ ਗੁਰੂ ਕਹਿ ਕੇ ਗਿਆ ਸਾਨੂੰ ਉਤੇ ਪਰੋਸੇ ਹੂੰ ਉਹਦੇ ਵਿੱਚ ਕੀ ਲਿਖਿਆ ਦੁਨੀਆ ਭਰ ਦੇ ਤੱਤ ਲਿਖਿਆ ਬ੍ਰਹਮੰਡ ਭਰ ਦੇ ਤੱਤ ਲਿਖਿਆ ਕਿਹੜੀ ਰੁੱਤ ਬਣਿਆ ਕਿਵੇਂ ਹੋਈ ਕਦੋਂ ਕਿਸੇ ਨੂੰ ਕੁਝ ਨਹੀਂ ਪਤਾ ਬਾਬੇ ਨਾਨਕ ਤੋਂ ਲੈ ਕੇ ਫਰੀਦ ਤੋਂ ਲੈ ਕੇ ਕਬੀਰ ਤੋਂ ਲੈ ਕੇ ਭੱਟਾਂ ਤੋਂ ਲੈ ਕੇ ਰਬਦਾਸ ਤੋਂ ਲੈ ਕੇ ਬਾਣੀ ਨੇ ਪਰੋਈ ਪਈ ਆ ਸਾਰਿਆਂ ਨੂੰ ਪਰੋ ਕੇ ਧਰਤਾ ਮਹਾਰਾਜ ਹੂੰ ਉਹ ਤੇ ਪਰੋਸਾ ਖੜ ਗਿਆ ਉਹ ਤੇ ਇਹ ਤਰਕ ਕਰਦੇ ਆ ਨਾ ਤਰਕ ਸਵਾਲ ਕਰਦੇ ਬਹੁਤ ਸਵਾਲ ਕਰਦੇ ਹਰੇਕ ਹੀ ਤਰਕ ਉੱਠ ਖੜਿਆ ਕਿਸੇ ਨੂੰ ਮਰਜ਼ੀ ਛੇੜ ਲੈ ਮੈਂ ਨਾ ਇੱਕ ਭੋਗ ਤੇ ਗਿਆ ਤੇ ਮੈਂ ਮੇਰੀ ਆਦਤ ਹੈ ਵੀ ਕੋਈ ਵੀ ਬੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਜਾਵੇ ਨਾ ਮੇਰੀ ਚਲੋ ਮੇਰੀ ਸੋਚ ਹੈ ਆਪਦੀ ਵੀ ਯਾਰ 벨ਟ ਲੱਗੀ ਹੋਈ ਸੀ ਉਹਦੇ ਪਹਿਲਾਂ ਤਾਂ ਚਲੋ ਪੈਂਟ ਹੀ ਨਹੀਂ ਦੇਣੀ ਚਾਹੀਦੀ ਸਾਡਾ ਪਹਿਰਾਵਾ ਨਹੀਂ ਭਾਵੇਂ ਮੈਂ ਵੀ ਪਾਈ ਪੌਣਾ ਅੱਜਕੱਲ ਪਹਿਰਾਵਾ ਪਹਿਲਾਂ ਤਾਂ ਸਾਨੂੰ ਅਜੋ ਮੁਸਲਮਾਨ ਤੁਸੀਂ ਕੋਈ ਵੀ ਦੇਖ ਲਿਓ ਮੁਸਲਮਾਨ ਧਰਮ ਦੇ ਵਿੱਚ ਜਿੰਨੇ ਵੀ ਜਾਂਦੇ ਆ ਕੋਈ ਪੈਂਟ ਪੌਂਟ ਆਪਦਾ ਉਹ ਮੱਕੇ ਮਕੀਨੇ ਜਾਣਗੇ ਤਾਂ ਸਿਰਫ ਕੱਲੀ ਚਾਦਰ ਪਾ ਕੇ ਜਾਣਗੇ ਜਦੋਂ ਵੀ ਕੋਈ ਜਦੋਂ ਵੀ ਕੋਈ ਇੱਥੇ ਆਪਣੇ ਅਜਮੇਰ شریف ਆਉਂਦਾ ਹੈ ਪ੍ਰਾਈਮ ਮਿਨਿਸਟਰ ਉਹ ਤੋਂ 65 ਸ਼ਰਟ ਦੇ ਵਿੱਚ ਆਉਂਦਾ ਹੈ ਇੱਥੇ ਆ ਕੇ ਉਹਨੇ ਕੁੜਤਾ ਪਜਾਮਾ ਪਾ ਲੈਣਾ ਉਹਨੂੰ ਮੈਂ ਕਹਿ ਬੈਠਾ ਮੈਂ ਕਿਹਾ ਬਈ ਯਾਰਾ 벨ਟ ਤਾਂ ਮਤਲਬ ਤੂੰ ਜੇਰ 벨ਟ ਨਾਲੀ ਮੱਥਾ ਟੇਕ ਕੇ ਆਇਆ ਉਰਗਰਾਂ ਸਕੇ ਮੈਨੂੰ ਉਹਦਾ ਤੇਰੇ ਕੀ ਗਿੜਗੜ ਦਾੜੀ ਆ ਵੀ ਤੂੰ ਮੱਥਾ ਟੇਕੇ ਲੈ ਮੈਂ ਦੱਸ ਕੀ ਕਰਾਂ ਮੈਂ ਤਾਂ ਪੰਗੇ ਹੀ ਲੈ ਲੈ ਮੇਰੀ ਦਾੜੀ ਤੇ ਚੈਲੰਜ ਕਰਤਾ ਨੇ ਇਹਦਾ ਮਤਲਬ ਹਰੇਕ ਚੀਜ਼ ਗੋ ਆ ਯਾਰ ਈਗੋ ਬੜੀ ਖੜੀ ਆ ਕਿਸੇ ਨੂੰ ਕੋਈ ਰਹਿ ਕੀ ਦੇਊ ਆ ਹਮ ਹਣਾ ਇਹਦੇ ਕਰਕੇ ਉਣਾ ਇਹਦੇ ਤੇ ਆਪਾਂ ਚੱਲਦੇ ਆਂ ਵਿੱਚ ਜਿਹਨੂੰ ਜਮਾ ਨਾ ਕੋ ਸਮਝਿਆ ਕਮੈਂਟ ਚੀ ਠੋਕ ਦੂ ਕੁਛ ਨਾ ਕੁਛ ਹੂੰ ਠੀਕ ਆ ਆਪਾਂ ਨੂੰ ਤਾਂ ਕੋਈ ਪ੍ਰਵਾਹ ਨਹੀਂ ਕਈ ਵਿਚਾਰੇ ਕਮੈਂਟ ਕਰਕੇ ਦਬ ਜਾਂਦੇ ਵੀਰ ਗੱਲਾਂ ਪੈਣਗੀਆਂ ਹੂੰ ਪਿਆਰਾ ਕਮੈਂਟ ਗਲਤ ਕਰ ਤੁਹਾਡੇ ਨਾਲ ਕਹੇ ਕੀਤੀ ਸੀਗੀ ਆਪਣਾ ਉਹ ਗਾਂਾਂ ਵਾਲੀ ਗਾਂਾਂ ਵਾਲੀ ਹਾਂ ਬੜੇ ਆਏ ਤੱਕ ਫੋਨ ਆਉਂਦੇ ਆ ਬੜੇ ਪੁੱਛ ਔਖਿਆਂ ਤੇ ਗਾਂਾਂ ਦਾ ਤਾਂ ਅੰਦਾਜ਼ਾ ਵੀ ਮੈਨੂੰ ਪਰਸੋਂ ਚ ਉੱਥੇ ਕੜ ਕੇ ਖੜ ਕੇ ਕਹਾ ਤੂੰ ਗਾਂਾਂ ਵਾਲਾ ਤੰਦਾ ਤੂੰ ਛੱਡਣਾ ਕਿਉਂ ਨਹੀਂ ਮਹਾ ਯਾਰ ਕਈ ਗੱਲਾਂ ਐਸੀਆਂ ਹੁੰਦੀਆਂ ਮੇਰੇ ਭਰਾ ਨੂੰ ਪੁੱਛ ਲੈ ਤੇ ਮਜਬੂਰੀ ਵਸਣਾ ਜਿਵੇਂ ਕਈ ਆਪਾਂ ਕਹਿੰਦੇ ਵਿਆਹ ਤਾਂ ਕਰ ਮਿਚ ਰੇਲ ਗੱਡੀ ਵਾਂਗੂੰ ਜਵਾ ਕੜ ਜਾਂਦੇ ਨੇ ਜਨਾਨੀਆਂ ਨੂੰ ਛੜ ਵੀ ਜਣ ਡੱਬਿਆਂ ਵਾਂਗੂੰ ਜਵਾ ਕੜੇ ਹੁੰਦੇ ਆ ਮਤਲਬ ਜਵਾਕ ਸਾਨੂੰ ਅੱਡ ਹੋਣ ਦਿੰਦੇ ਮਜਬੂਰੀ ਬਸ ਤਾਂ ਜੀਵਨ ਜਿੰਦਗੀ ਅੱਗੇ ਲਾਉਣੀ ਪੈਂਦੀ ਆ ਤੇ ਕਿਹੜੇ ਧੰਦਾ ਯਾਰ ਜਿਹੜੇ ਧੰਦੇ ਦੇ ਵਿੱਚ ਸਰਕਾਰਾਂ ਸਾਥ ਨਾ ਦੇਣਾ ਜਿਹਦੇ ਵਿੱਚ ਸਾਡੇ ਉਹਨੂੰ ਚਲਵਾਉਣ ਵਾਲੀਆਂ ਸਾਡੀਆਂ ਸਸਤਾ ਸਾਥ ਨਾ ਦੇਣ ਜਿਹਦੇ ਚ ਹਰ ਟਾਈਮ ਲੁੱਟਣ ਵਾਲਾ ਉਹ ਕਿੱਥੋਂ ਕੰਮ ਜਾਵੋ ਹੂੰ ਮੈਂ ਤਾਂ ਦੁੱਖ ਰੋਤਾ ਸੀ ਵੀ ਯਾਰ ਇਹਨੂੰ ਹੱਲ ਕਰ ਲੋ ਉਹ ਮੈਨੂੰ ਇੱਕ ਬੰਦਾ ਫੋਨ ਆਇਆ ਕਹਿੰਦਾ ਉਹ ਕਹਾਂ ਵੀ ਇੱਕ ਸੌਦਾ ਮੇਰੇ ਨਾਲ ਕਰੇ ਸਾਰੀ ਥਾਂ ਦਾ ਜਿੰਨੇ ਦਾ ਕਰਨਾ ਮੈਂ ਕਰ ਲੈਣਾ ਫਿਰ ਮੈਂ ਕਾਇ ਸਹੀ ਕਹਿੰਦਾ ਮੈਂ ਉਹਦਾ ਤੂੰ 2 2 ਲੱਖ ਦੀ ਵੇਚਦਾ ਮੈਂ ਤਾਂ ਯਾਰ 4 ਲੱਖ ਦੀ ਵੇਚਦਾ ਠੀਕ ਮੈਂ ਤਾਂ ਜੋ ਸਚਾਈ ਆ ਤੇਰੇ ਮੂਰੇ ਸਿੱੜਤੀ ਠੀਕ ਵੀ ਆ ਗੱਲ ਹੈਗੀ ਐ ਕਿਸੇ ਨੇ ਪੜਦ ਮੈਨੂੰ ਇੱਕ ਕਹਿੰਦਾ ਯਾਰ ਸਾਡੇ ਰਿਸ਼ਤਾ ਨਹੀਂ ਹੋਣਾ ਸਾਡੇ ਮੈਨੂੰ ਮੇਰੀ ਭਝਾਈ ਕਹਿੰਦੀ ਮੁੰਡਿਆਂ ਨੂੰ ਰਿਸ਼ਤਾ ਨਹੀਂ ਹੋਣਾ ਕਹਿੰਦੀ ਇਹਨੇ ਆਪ ਸਿਆਪਾ ਖੜਾ ਕਰਤਾ ਵੀ ਐ ਕਰਕੇ ਵੀ ਆਪਾਂ ਨੂੰ ਡੇਰੀ ਚ ਐ ਕਰਕੇ ਕੰਨਾਂ ਨੇ ਪਾਇਆ ਵੀ ਯਾਰ ਐ ਬਾਈ ਯਾਰ ਜਿਹੜੀ ਕਰਜ਼ਾ ਤੇ ਕਰਜ਼ਾ ਹੀ ਆ ਨਾ ਜਿਹੜੀ ਤਕਲੀਫ ਆ ਤੋ ਤਕਲੀਫ ਹੀ ਆ ਨਾ ਮੈਨੂੰ ਕਹਿੰਦਾ ਤੂੰ ਟਰੈਕਟਰ ਕਿੱਥੋਂ ਲਿਆ ਤੂੰ ਕਾਰ ਹੁਣ ਤੈਨੂੰ ਕੀ ਦਸੀਏ ਅਸੀਂ ਕਿੱਥੋਂ ਲਿਆਏ ਹੂੰ ਕਿੱ ਦੁਨੀਆ ਬਹੁ ਰੰਗੀ ਆ ਦੁਨੀਆ ਬਹੁ ਰੰਗੀ ਆ ਦੁਨੀਆ ਦੁਨੀਆ ਨਹੀਂ ਕਿਸੇ ਦੇ ਮੇਥੋਂ ਤਾਂ ਜਿਹੜਾ ਸਮਾ ਸਰੂਧਾ ਸ਼ੁਰੂ ਹੁੰਦਾ ਜਾ ਰਿਹਾ ਹੈ ਇਹ ਇਹ ਤਾਂ ਬਹੁਤ ਜ਼ਿਆਦਾ ਮਤਲਬ ਸ਼ੁਰੂਆਤ ਹੋ ਗਈ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀਅਤ ਨੌਜਵਾਨ ਲਈ ਪੰਜਾਬੀਅਤ ਬੇਟੀਆਂ ਲਈ ਜਿਹੜਾ ਬਾਹਰ ਦਾ ਰਜ਼ਾਨ ਹੈ ਜਾਂ ਨਾ ਕੰਮ ਕਰਨ ਦਾ ਰਜ਼ਾਨ ਆ ਜਾਂ ਫਾਸਟ ਫੂਡ ਖਾਣ ਦਾ ਰਜ਼ਾਨ ਆ ਜਾਂ ਜਿਹੜਾ ਧਰਮ ਨੂੰ ਟੁੱਟਣਾ ਤਰਮ ਨੂੰ ਜਿਹੜਾ ਬੰਦਾ ਟੁੱਟਦਾ ਉਤ ਰਹਿ ਜਾਂਦਾ ਨਵੇਂ ਨੌਜਵਾਨ ਤਰਮ ਨੂੰ ਟੁੱਟਦੇ ਤੁਰੇ ਜਾਂਦੇ ਆ ਈਗੋਵੱਦੀ ਤੁਰੇ ਜਾਂਦੀ ਆ ਅੱਜ ਹੀ ਮੈਂ ਤਾਂ ਦੇਖ ਰਿਹਾ ਸੀ ਫੇਸਬੁੱਕ ਤੇ ਐਮਬੀਬੀਐਸ ਕਰਦੀ ਕੁੜੀ ਥੋੜੇ ਫਰੀਦਕੋਟ ਹਾਂ ਐਮਡੀ ਕਰਦੀ ਸੀ ਐਮਡੀ ਕਰਦੀ ਐਮਬੀਬੀਐਸ ਕਰੀ ਹੋਈ ਸੀ ਐਮਡੀ ਕਰਦੀ ਨੇ ਖੁਦਕੁਸ਼ੀ ਕਰ ਲਈ ਹਨ ਤੇ ਇਹਦੇ ਵਾਸਤੇ ਪਰੇਸ਼ਾਨੀਆਂ ਬਹੁਤ ਬੱਚਿਆਂ ਨੂੰ ਸਾਹਮੋ ਆਕਦੇ ਆ ਨੂ ਸਰਕਾਰਾਂ ਤੋਂ ਆਪਾਂ ਕੀ ਲੈਣਾ ਤਾਂ ਆਈ ਜਾਣਗੀਆਂ ਜਾਈ ਜਾਣਗੀਆਂ ਇਹਨਾਂ ਦਾ ਕੰਮ ਐ ਠੀਕ ਆ ਆਪਾਂ ਆਪਣਾ ਕੰਮ ਕਰੀਏ ਆਪਣੇ ਕੰਮ ਨਾਲ ਤਰੀਕਾ ਕਰੀਏ ਤੇ ਇਹ ਸਿਸਟਮ ਚੱਲਦਾ ਤਾਂ ਚੱਲੇ ਹੀ ਨਾ ਰਹਿਣਾ ਲੋਕਾਂ ਨੂੰ ਸਰਕਾਰ ਦੀ ਵੱਧ ਟੈਨਸ਼ਨ ਹੁੰਦੀ ਹੈ ਵੀ ਕਿਹਦੀ ਬਣੂ ਨਾ ਨਾ ਲੋਕਾਂ ਨੂੰ ਤਾਂ ਹੁਣ ਕਹਿੰਦੇ ਰਸ਼ੀਆ ਪ੍ਰਧਾਨ ਮੰਤਰੀ ਅਮਰੀਕਾ ਚ ਕੌਣ ਜਿੱਤੂ ਹੁਣ ਕਹਿੰਦੇ ਆ ਰਾਖ ਦੀ ਤੇ ਜਿਜ਼ਰਾਈਲ ਜਿਜ਼ਰਾਈਲ ਕਹਿੰਦੇ ਬੜਾ ਤਕੜਾ ਹੈ ਔਰ ਰਾਖ ਵਾਲੇ ਕਹਿੰਦੇ ਉਦੋਂ ਤਕੜੇ ਆ ਓਏ ਆਰ ਤੇਨੂੰ ਖੇਤ ਦੀ ਖਾਲਾ ਆ ਆਪਦੀ ਰੋਟੀ ਤੇ ਬਣੀਦੀ ਆ ਆਪਦੇ ਘਰ ਦੀ ਲਾ ਲਾ ਮਤਲਬ ਇਹ ਜੇ ਬੰਦੇ ਪਏ ਜਿਹਨੂੰ ਜਿਹਨੂੰ ਵਿਚਾਰੇ ਕੋਲੇ ਖੇਤ ਦੇ ਮਤਲਬ ਪੱਠੇ ਲਿਓਣੇ ਆ ਵੱਢ ਕੇ ਜਾਂ ਜਿਹਨੇ ਮਾ ਹਰਾ-ਝਾਰਾ ਵੱਢ ਕੇ ਲਿਓਣ ਉਹ ਜਿਜ਼ਰਾਈਲ ਦੀ ਜ਼ਿਆਦਾ ਸੋਚਿਆ ਕਹਿੰਦਾ ਤੜਕੇ ਵਾ ਜਿਜ਼ਰਾਈਲ ਕਰ ਦੂ ਹਾਂ ਹਾਂ ਕញ្ញ ਨੂੰ ਇੰਨੀ ਜਿਆਦਾ ਭਗਵੰਤਮਾਉਂਦੀ ਆ ਭਗਵੰਤਮਾਨ ਐ ਹੋ ਗਿਆ ਕੇਜਰੀਵਾਲਾ ਐ ਹੋ ਗਿਆ ਜੇ ਕੀਤਾ ਭਰੂ ਆ ਯਾਰ ਸਹੀ ਗੱਲ ਆ ਜੇ ਕੀਤਾ ਤਾਂ ਭਰੂ ਆ ਤੇ ਚ ਕੀ ਗੱਲ ਐ ਜੀ ਉਹਨੇ ਕੀਤਾ ਤਾਂ ਭਰੂ ਜ ਨਹੀਂ ਕੀਤਾ ਰੇ ਧੱਕੇ ਨਾਲ ਭੈ ਤਾਂ ਵੀ ਭਰੂ ਹਾਂ ਆ ਹਾਲਾਤ ਨੇ ਆ ਹਾਲਾਤ ਨੇ ਜਿਹੜਾ ਇਹ ਜਿਹੜਾ ਚਲੋ ਕੇਰੀ ਵਾਲ ਤੇ ਤੁਸੀਂ ਆਏ ਆ ਜਿਹੜਾ ਮਾਮਲਾ ਚੱਲ ਰਿਹਾ ਹੈ ਕਹਿੰਦੇ ਵੀ ਫਸਾਇਆ ਗਿਆ ੱਤਕਾ ਕੀਤਾ ਨਹੀਂ ਦੇਖੋ ਮੈਂ ਤਾਂ ਇੱਕ ਚੀਜ਼ਾਂ ਜਾਣਦਾ ਮੈਂ ਨਾ ਇੱਕ ਤਾਂ ਲੋਕਾਂ ਦੀ ਤੇ ਆਵਾਜ਼ ਸੁਣਾ ਹਾਂ ਜੇ ਤੁਸੀਂ ਕਹੋ ਵੀ ਮੈਂ ਦੇਖੋ ਅਖਬਾਰਾਂ ਨੂੰ ਸੁਣਨਾ ਮੈਂ ਰੱਬ ਤੋਂ ਡਰ ਕੇ ਕਹਿੰਦਾ ਵੀ ਮੈਂ ਨਾ ਆਪ ਦਾ ਜਿੰਨਾ ਕੁ ਮੈਨੂੰ ਗਿਆਨ ਹੈ ਮੈਂ ਉਹਨਾਂ ਕ ਬੋਲ ਦਿੰਨਾ ਹੂੰ 10 15% ਪੜਿਆ ਲਿਖਿਆ ਗਿਆਨ ਵੀ ਲੈ ਲੈਣਾ ਲੋਕਾਂ ਦਾ ਸੁਣਿਆ ਸੁਣਾਇਆ ਹਾਂ ਜਿਹੜਾ ਚੀਪ ਜਸ ਜਸਿਸ ਹੈ ਨਾ ਜਿਹੜਾ ਮਤਲਬ ਹਰਿਆਣਾ ਸੁਪਰੀਮ ਕੋਰਟ ਦਾ ਉਹ ਬਹੁਤ ਹੀ ਇਮਾਨਦਾਰ ਬਹੁਤ ਹੀ ਸਿਆਣਾ ਬਹੁਤ ਹੀ ਸੁਰਜਿਆ ਹੋਇਆ ਹਮ ਅਲਹਾਬਾਦ ਹਾਈ ਕੋਰਟ ਦਾ ਉਹ ਚੀਫ ਜਸਟਿਸ ਰਿਹਾ ਹਮ ਉਹਨੇ ਉਥੋਂ ਦੇ ਫੈਸਲੇ ਦੇਖ ਲਓ ਉਹਦਾ ਫਾਦਰ ਚੀਫ ਅਡਜਸਟ ਜਿੰਡੀਆ ਰਿਹਾ ਉਹਦੇ ਫੈਸਲੇ ਦੇਖ ਲਓ ਉਹਦਾ ਬੇਟਾ ਲੰਡਨ ਦੇ ਵਿੱਚ ਬਹੁਤ ਟੌਪ ਦਾ ਵਕੀਲ ਹੈ ਉਹਦੇ ਫੈਸਲੇ ਦੇਖ ਲਓ ਹਮ ਉਹ ਬੰਦਾ ਜੇ ਚੰਡੀਗੜ੍ਹ ਤੇ ਚੰਡੀਗੜ੍ਹ ਦਾ ਮਸਲਾ ਸੀ ਜਿਹੜਾ ਇਲੈਕਸ਼ਨ ਹੋਇਆ ਸੀ ਤੁਹਾਡੇ ਸਾਹਮਣੇ ਆਹ ਵੋਟਾਂ ਦਾ ਕਪੜਾ ਹੋਇਆ ਸੀ ਉਹਨੇ 5 ਮਿੰਟ ਨਹੀਂ ਲੱਗਣ ਦਿੱਤੇ ਹਾਈ ਕੋਰਟ ਨੇ ਅੱਖ ਚ ਕਰਤਾ 5 ਮਿੰਟ ਨਹੀਂ ਲੱਗਣ ਦਿੱਤੇ ਪੜੱਕ ਦੇਣੇ ਨਾਲ ਦੀ ਨਾਲ ਵਿੱਚ ਉਹਦੀ ਕਹਤਾ ਵੀ ਇਹਨੂੰ ਗਲਤ ਕੀਤਾ ਤੇ ਇਥੇ ਬਹਾਲ ਕਰੋ ਹਮ ਉਹੀ ਉਹਨੇ ਬ੍ਰਾਂਡ ਜੇ ਮੰਗੇ ਸੀ ਆ ਜਿਹੜੇ ਚੋਣ ਬ੍ਰਾਂਡ ਹੁੰਦੇ ਆ ਚੀਫ ਜਸਸ ਦੇ ਡੀ ਬਾਈ ਚੰਦਰ ਚੂੜ ਸਾਹਿਬ ਨੇ ਹਮ ਮਤਲਬ ਉਸ ਬੰਦੇ ਨੇ ਬੈਂਕ ਵਾਲੇ ਕਹਿੰਦੇ ਦੇਖ ਦੇ ਦਿਨਾ ਕਹਿੰਦਾ ਮੈਨੂੰ ਨਹੀਂ ਪਤਾ ਕੱਲ 12 ਵਜੇ ਤੱਕ ਲੈ ਕੇ ਇੱਥੇ ਆਓ ਹਮ ਹੁਣ ਜੇ ਮੰਨ ਲਓ ਵਸਾਇਆ ਗਿਆ ਹਮ ਮੈਂ ਪੈਸੇ ਮੈਨੂੰ ਨਹੀਂ ਪਤਾ ਕੀ ਜੇ ਮੰਨ ਲਓ ਵਸਾਇਆ ਗਿਆ ਹਮ ਸਪੋਜ਼ ਕਰ ਲਓ ਵਸਾਤਾ ਹਮ ਐਡੇ ਐਡੇ ਵਕੀਲ ਇਹਨਾਂ ਨੇ ਕਿਹੜਾ ਘੱਟ ਕਰੇ ਹੋਏ ਨੇ ਯਾਰ ਕੇਜਰੀਵਾਲ ਸਰ ਨੇ ਜਾਂ ਆਪਣੇ ਆਪਣੇ ਜੋ ਸੁਸੋਦੀਆ ਹੋਰਿਆ ਨੇ ਤਾਂ ਡੀ ਬਾਈ ਚੰਦਰ ਚੂੜ 1 ਮਿੰਟ ਲਾਊਗਾ ਬਾਹਰ ਕੱਢਣ ਲੱਗਿਆ ਹਮ ਦੂਜਾ ਮਿੰਟ ਨਹੀਂ ਲਾਉਂਦਾ ਕਿਉ ਉਦੀ ਖਾਨਦਾਨੀ ਕੀ ਹੈ ਉਹਨਾਂ ਦਾ ਦੋ ਮਤਲਬ ਕੁੜੀਆਂ ਲੈ ਰੱਖੀਆਂ ਜਿਹੜੀਆਂ ਅੰਗਹੀਆਂ ਨੇ ਗੋਦਪਾੜ ਰੱਖੀਆਂ ਤੇ ਉਹ ਬੰਦੇ ਨੇ ਦੋ ਮਿੰਟ ਚ ਕੱਢ ਦੇਣਾ ਉਹ ਤਾਂ ਕਹਿੰਦਾ ਲੈ ਆਓ ਸਾਡੇ ਕੋਲ ਲੈ ਕੇ ਤਾਂ ਆਓ ਨਾ ਕੁਛ ਇਹਦੇ ਕਰਕੇ ਮੈਂ ਨਹੀਂ ਮੰਨਦਾ ਇਹਦੇ ਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ ਮਤਲਬ ਕਿਸੇ ਨੇ ਕਿਸੇ ਨੇ ਜ਼ਰੂਰ ਕੁਝ ਕੀਤਾ ਹੋਇਆ ਤੇ ਨਹੀਂ ਆਏ ਤਾਂ ਨਹੀਂ ਹੈਗਾ ਵੀ ਯਾਰ ਵੀ ਜਿੱਥੇ ਜੀ ਕਰਾ ਜਿਹਨੂੰ ਮਰਜ਼ੀ ਦੇਖੋ ਹੁਣ ਦੂਜਿਆਂ ਨੂੰ ਤਾਂ ਬੁਰਾ ਲੱਗਣਾ ਵੀ ਜਰੇ ਨੇ ਕਿਉਂ ਕਹਤਾ ਨਹੀਂ ਮੈਂ ਤੁਸੀ ਇੱਕ ਵੀਡੀਓ ਜੀ ਪਾਈ ਸੀ ਉਹਦੇ ਚ ਕੀ ਉਹ ਖੁੜੀਆਂ ਵਾਲਾ ਮਸਲਾ ਸੀ ਕੋਈ ਉਹਨੂੰ ਕਹੀ ਛੋਡੇ ਮਗਰ ਪੈ ਗਈ ਵੀ ਤੁਸੀਂ ਇਹਨੂੰ ਕਿਉਂ ਕਹਤਾ ਥੋੜੇ ਤੇ ਮਿੰਟ ਚ ਹੀ ਵੀ ਇਦਾਂ ਕਰਕੇ ਤੁਸੀਂ ਕੱਲ ਨਹੀਂ ਹੋ ਜਾਂ ਤੁਸੀਂ ਕਾਂਗਰਸ ਉਹ ਸਵਾਲ ਤਾਂ ਸਰਕਾਰ ਨੂੰ ਹੀ ਹੁੰਦੇ ਆ ਨਾ ਹੂੰ ਦੂਜੇ ਨੂੰ ਕੀ ਕਰਾਂਗੇ ਆਪਾਂ ਮਰੇ ਆਪੇ ਸੱਪ ਦੇ ਛੋਟੀ ਕੌਣ ਮਾਰੂਗਾ ਜਿਹੜਾ ਸਿਰ ਚੱਕੂ ਸੱਪ ਛੋਟੀ ਤੋਂ ਉਹਦੀ ਮਾਰੂਗਾ ਹੂੰ ਇਹਦੇ ਕਰਕੇ ਤਾਂ ਸਿਸਟਮ ਲੋਕੇ ਕਹਿੰਦੇ ਆ ਵੀ ਸਵਾਲ ਉਹਨਾਂ ਨੂੰ ਵੀ ਪਰ ਜਿਹਦੇ ਕੋਲ ਤਾਕਤ ਨਹੀਂ ਉਹਨੂੰ ਸਵਾਲ ਕਾਦਾ ਕਾਦਾ ਸਵਾਲ ਹੈ ਕੋਈ ਸਵਾਲ ਹੀ ਨਹੀਂ ਸਵਾਲ ਤਾਂ ਉਹਨਾਂ ਨੂੰ ਵੋਟਾਂ 'ਚ ਦੇਓ ਵੀ ਤੁਸੀਂ ਕੀ ਕੀਤਾ ਤਾਂ ਆ ਵੀ ਕੰਦਾ ਚ ਬੱਜਦੇ ਫਿਰਦੇ ਜਿਹੜੇ ਕੋਲ ਤਾਕਤ ਹੈ ਨਹੀਂ ਉਹ ਤਾਂ ਦੂਰ ਡਿੱਗਦੇ ਤੁਰੇ ਫਿਰਦੇ ਕੋਈ ਪਿਆਰ ਬਚਾਉਂਦਾ ਫਿਰਦਾ ਵਿਚਾਰਾ ਕੋਈ ਹਿੰਦੁਸਤਾਨ ਬਚਾਉਂਦਾ ਫਿਰਦਾ ਕੋਈ ਕਿਤੇ ਬਚਾਉਂਦਾ ਫਿਰਦਾ ਆਪ ਹੀ ਕੰਧਾਂ ਚ ਵੱਜਦੇ ਤੁਰੇ ਫਿਰਦੇ ਆਪ ਬਚੇ ਨਹੀਂ ਪਰ ਪੰਜਾਬ ਸਾਰੇ ਕਹਿੰਦੇ ਅਸੀਂ ਸਾਰੇ ਕਹਿੰਦੇ ਪੰਜਾਬ ਬਚਾਉਣਾ ਹੈ ਲੋਕ ਆਪ ਪੰਜਾਬ ਬਚਾਉਣ ਨੇ ਤਾਂ ਸਾਰੇ ਆ ਪੰਜਾਬ ਬਚਾਉਣ ਨੇ ਤਾਂ ਮਤਲਬ ਤਾਂ ਲੱਗੇ ਦੀ ਗੱਲਾਂ ਹੁਣ ਪਤਾ ਵੀ ਪਾਵਰ ਹੈ ਨਹੀਂ ਯਾਰ ਕਿਸ ਲੋਟ ਉਹ ਕੀ ਹੁੰਦਾ ਨਾ ਜਦੋਂ ਮਤਲਬ ਦੇਖੋ ਵਰਕਰ ਡਾਊਨ ਹੋ ਜਾਂਦੇ ਆ ਤੁਸੀਂ ਮੇਰੀ ਅੱਜ ਦੀ ਗੱਲ ਯਾਦ ਰੱਖਿਓ ਜਿਹੜੀ ਵੀ ਸਰਕਾਰ ਆ ਜਿਹੜੇ ਹੁਣ ਅੱਜ ਵਰਕਰ ਨੇ ਇਹ ਵਰਕਰ ਅੱਜ ਜਿਹੜੇ ਜਾਨ ਤੋੜ ਕੇ ਕੰਮ ਕਰਦੇ ਆ ਇਹਨਾਂ ਨੂੰ ਸਤਾ ਕੀਤਾ ਜਾਂਦਾ ਸਰਕਾਰ ਆਉਣ ਦੇ ਉੱਥੇ ਥੋਡੀਆਂ ਕਮੇਟੀਆਂ ਬਣਾਤੀਆਂ ਤੁਹਾਡੇ ਵਰਕਰ ਨੂੰ ਘੋੜੇ ਲੈਵਲ ਦਾ ਕੰਧਾ ਜਿ ਵਜਦਾ ਤੁਰੇ ਫਿਰਦਾ ਗਦੇ ਤੇ ਕੋੜੇ ਮੁੱਲ ਫਿਰ ਉਹੀ ਨੇੜਿਆ ਲੱਗਦੇ ਆ ਫਿਰ ਵੋਚ ਕੇ ਨਿਕਲਦੇ ਹੋ ਕੇ ਇਧਰ ਦੀ ਆ ਜਾਂਦਾ ਬਰਸਾਤ ਦੇ ਵਿੱਚ ਦੀ ਕੋਈ ਇਧਰ ਦੀ ਆ ਜਾਂਦਾ ਕੋਈ ਇਧਰ ਦੀ ਆ ਜਾਂਦਾ ਫਿਰ ਉਹ ਨੇੜੇ ਬਣਾ ਕੇ ਨਾ ਕਬਰ ਬਣਾ ਲੈਂਦੇ ਆ ਉਹਦਾ ਦੂਜਾ ਦੂਜੇ ਦੇ ਨੇੜੇ ਹੁੰਦਾ ਜਿਵੇਂ ਅੰਮ੍ਰਿਤਪਾਲ ਤੋਂ ਭਾਈ ਨੂੰ ਭਾਈ ਅੰਮ੍ਰਿਤਪਾਲ ਤੋਂ ਸਭ ਨੂੰ ਖਤਰਾ ਹੋ ਗਿਆ ਕੋਈ ਨਹੀਂ ਬੋਲਿਆ ਉਹਨੂੰ ਪਤਾ ਵੀ ਸਾਡੀਆਂ ਵੀ ਝੜਾਂ 'ਚ ਬੈਠੂ ਸਾਡੀਆਂ 'ਚ ਵੀ ਬੈਠੂ ਸਾਡੀਆਂ 'ਚ ਵੀ ਬੈਠੂ ਚੁੱਪ ਕਰਕੇ ਆਰਾਮ ਨਾਲ ਸ਼ਾਂਤੀ ਨਾਲ ਬੈਠੇਗੇ ਤਾਂ ਨਤੀਜੇ ਬਹੁਤ ਮਾੜੇ ਆਉਣਗੇ ਕੀ ਗਲਤੀ ਕਰੀ ਸੀ ਯਾਰ ਚਰਪੇ ਕਠਾਣੇ ਦੇ ਵਿੱਚ ਗਿਆ ਸੀ ਉਹ ਠੀਕ ਹੈ ਰਹਣੇ ਚ ਵਾਗ ਗਿਆ ਜੋ ਕਾਨੂੰਨ ਬਣਦਾ ਲਾ ਦਿਓ ਉਹਨੇ ਗੁਰੂਗ੍ਰਾਂਦ ਸਾਹਿਬ ਲੈ ਗਿਆ ਗਲਤੀ ਤਾਂ ਉਹ ਵੀ ਵਾਲੀ ਵੱਡੀ ਨਹੀਂ ਸੀ ਜੇ ਸਰਸੇ ਵਾਲੇ ਸੰਤਾਂ ਨੂੰ ਸਰਸੇ ਵਾਲੇ ਬਾਬੇ ਨੂੰ ਮaaf ਕਰ ਦਿੱਤਾ ਜਾ ਸਕਦਾ ਐਡੇ ਵੱਡੇ ਨੂੰ ਜਿਹੜਾ ਆਈ ਨਹੀਂ ਕਿ ਚਿੱਠੀ ਤੇ ਅਕੇ ਮaaf ਕਰ ਦਿਓ 90 ਲੱਖ ਦੇ ਹਥਿਆਰ ਵੰਡੇ ਜਾ ਸਕਦੇ ਆ ਤਾਂ ਭਾਈ ਅੰਬਰਸਪਾਲ ਨੂੰ ਕਿੱਡੀ ਕਬੱਡੀ ਗਲਤੀ ਸਿਰ ਨੂੰ ਮaaf ਕਰ ਦਿੰਦੇ ਨਾਰਮਲੀ ਇੱਥੇ ਇੱਥੇ ਤੋਂ ਦੇ ਰੱਖ ਦਿੰਦੇ ਸਿੱਧਾ ਹੀ ਬੰਦਾ ਲਾਦਾ ਵੀ ਖਾਲਸਾਨੀ ਆ ਲਾ ਕੋਈ ਬੰਦਾ ਸਾਫਤ ਕਰਦੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਜੇ ਕਿਤੇ ਖਾਲਸਾਣ ਦਾ ਨਾਰਾ ਲਾਇਆ ਹੋਵੇ ਉਹਨੂੰ ਤਾਂ ਇੱਕ ਗਿਆ ਸੀ ਵੀ ਜ ਹੂੰ ਮਤਲਬ ਇੱਕ ਕਰੇ ਕੀ ਬੰਦਾ ਉਹਨੇ ਤਾਂ ਸਿਰਫ ਬੰਦਾ ਜਾਵੇ ਕਿੱਧਰ ਇੰਨੇ ਬੰਦਿਆਂ ਨੇ ਜੁੜ ਜਾਣਾ ਆ ਜਾਣਾ ਉਹਦੇ ਨਾਲ ਤੁਰ ਜਣ ਤੇ ਚਾ ਕੇ ਐਨਐਸਏ ਲਾ ਕੇ ਉਹ ਮਾਰੇ ਕਹਿੰਦੇ ਖਾਲਸ ਨਹੀਂ ਦੂਜੇ ਵੀ ਕੋਈ ਨਹੀਂ ਬੋਲਿਆ ਸਭ ਨੂੰ ਫਤਰਾ ਸੀ ਹੂੰ ਇਹਦੇ ਕਰਕੇ ਜਿਹੜੀ ਰਾਜਨੀਤੀ ਆ ਨਾ ਇਹ ਜਦੋਂ ਇਹਨਾਂ ਨੂੰ ਖਤਰਾ ਮਹਿਸੂਸ ਹੁੰਦਾ ਨਾ ਫਿਰ ਤਾਂ ਅੱਜ ਵਰਕਰਾਂ ਤੇ ਆਪਾਂ ਗੱਲ ਕਰਦੇ ਸੀ ਮੈਂ ਚੱਲ ਪਿਆ ਸੀ ਅੱਜ ਜਿਹੜੇ ਵਰਕਰ ਹੁਣ ਮੂਰੇ ਫੇਰ ਚੱਲ ਪਏ ਉਹ ਡੀਐਕਟੀਵੇਟ ਹੋਏ ਬੈਠੇ ਸੀ ਫਿਰ ਜਦੋਂ ਅਸੀਂ ਕੋਈ ਯਾਤਰਾ ਕੱਢ ਕੇ ਜਾਏ ਕਰਕੇ ਫਿਰ ਆਪਿਆਂ ਨੂੰ ਬਚਾਉਣੇ ਆ ਫਿਰ ਉਹ ਢੋਲ ਵਜਾਉਂਦੇ ਆ ਫੇਸਬੁੱਕਾਂ ਤੇ ਹੁੰਦੇ ਆ ਜ ਹਮ ਆਹ ਪ੍ਰੋਬਲਮ ਕਿੱਥੀ ਹੈ ਵਰਕਰ ਨੂੰ ਗਰੀਬ ਜਦ ਮੈਂ ਕਹਣਾ ਮਤਲਬ ਹੀ ਨਹੀਂ ਜੀ ਜੋ ਪੁੱਛਦੇ ਇੱਕ ਦੋ ਵਰਕਰ ਹੁੰਦੇ ਉਹ ਦੂਜੇ ਦਾ ਸਿਰ ਨਹੀਂ ਚੱਕਣ ਦਿੰਦੇ ਹਮ ਜੇ ਆਮ ਵਰਕਰ ਦੀ ਪੁੱਛਗਿਛ ਹੁੰਦੀ ਜੇ 10 ਸਾਲਾਂ ਦੇ ਵਿੱਚ ਬਾਦਲ ਕਾਲੀਦਲ ਬਾਦਲ ਨੇ ਪੂਰੇ 10 ਸਾਲ ਰਾਜ ਕੀਤਾ ਇੱਕ ਮਹੀਨੇ ਇੱਕ ਸਾਲ ਦੇ ਵਿੱਚ ਉਹ 2 ਮਹੀਨੇ ਆਮ ਵਰਕਰਾਂ ਤੇ 2 ਮਹੀਨੇ ਤਾਂ 2 ਮਹੀਨੇ ਦੇ ਵਿੱਚ ਵਰਕਰ ਪਲੱਸ ਧਰਮ ਪਲੱਸ ਲੋਕਾਂ ਦੇ ਆਮ ਪੱਧਰ ਤੇ ਜੁੜੇ ਹੁੰਦੇ ਆਹ ਦਿਨ ਘਰੋਂ ਦੇਖਣੇ ਪੈਂਦੇ ਹਮ ਆਹ ਦਿਨੀਆਂ ਦੇਖਣੇ ਪੈਂਦੇ ਸੀ ਮੈਂ ਤਾਂ ਹੁਣ ਵੀ ਇਹ ਕਹਣਾ ਵੀ ਚਲੋ ਆਗੇ ਆਪਦੇ ਇਹ ਤਾਂ ਤੁਸੀਂ ਅੱਜ ਵੀ ਕਹਿੰਦੇ ਆਮ ਸਰਕਾਰ ਨੂੰ ਵੀ ਜਿਹੜੇ ਤੁਹਾਡੇ ਵਰਕਰ ਆ ਤੁਹਾਡੇ ਨਾਲ ਜੁੜੇ ਆ ਉਹਨਾਂ ਦੀ ਅੱਜ ਕਦਰ ਕਰੋ ਉਹਨਾਂ ਨੂੰ ਨਾਲ ਲਾਓ ਇੱਜ਼ਤ ਕਰੋ ਜੈਨੂਨ ਜੈਨੂਨ ਕੰਮ ਕਰੋ ਤੱਕਾ ਕਿਸੇ ਨਾਲ ਨਾ ਕਰੋ ਜੇ ਉਹ ਤੱਕਾ ਉਹ ਫਿਰ ਦੂਜਾ ਬੰਦਾ ਜਾਂਦਾ ਕਰਪਸ਼ਨ ਕਰੂਗਾ ਜਾਂ ਕੇਦੇ ਕੋਲੇ ਜਾਊਗਾ ਇੱਥੇ ਕਰਕੇ ਪ੍ਰੋਬਲਮ ਆ ਜਾਂਦੀ ਹੈ ਵਰਕਰਾਂ ਦਾ ਇਸਤੇਮਾਲ ਹੀ ਹੋਇਆ ਜਦ ਤੱਕ ਇਹ ਹੁੰਦਾ ਹੀ ਰਹੋ ਤੇ ਸੀਟਾਂ ਦਾ ਸਾਨੂੰ ਕਿੰਨੇ ਕਿੰਨੇ ਆ ਸੀਟਾਂ ਦਾ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਨਾ ਮੈਂ ਛੋਟੀ ਜੀ ਗੱਲ ਹੈ ਜਿਹੜੀਆਂ ਸੀਟਾਂ ਕੌਣ ਕਿੰਨੀਆਂ ਲੈ ਕੇ ਜਾਊਗਾ ਨਾ ਅੱਜ ਦੇ ਓਕੇ ਦੇ ਵਿੱਚ ਪਹਿਲਾਂ ਤਾਂ ਜਿਹੜਾ ਨੰਗਿਆ ਨੰਗਿਆ ਇੱਕ ਨਾ ਡੇਰੇ ਦੇ ਵਿੱਚ ਦੋ ਚੋਰ ਵਾਕੇ ਅੱਛਾ ਚੋਰੀ ਕਰਨ ਵਾਸਤੇ ਉਥੇ ਸੰਤ ਪਿਆ ਸੀ ਉਹ ਚੋਰ ਵੀ ਰਾਤ ਨੂੰ ਬਹਿ ਕੇ ਵੀ ਹਨੇਰਾ ਹੋਣ ਦੇ ਚੋਰ ਦੇਖੀ ਜਾਂਦੇ ਸੀ ਤੇ ਡੇਰੇ ਦੇ ਵਿੱਚ ਸਮਾਧ ਵੀ ਸਮਾਧਾ ਨਹੀਂ ਬਣੀਆ ਹੁੰਦੀਆਂ ਹੂੰ ਉਹ ਸੰਤ ਦੇ ਚੇਲੇ ਆਏ ਕਹਿੰਦੇ ਬਾਬਾ ਜੀ ਮਹਾਰਾਜ ਜੀ ਖਾਣਾ ਖਾਣਾ ਤੇ ਪੈਸੇ ਕੋਈ ਰਸਣ ਲੈ ਕੇ ਆਉਣੇ ਬਾਜ਼ਾਰ ਚੋਂ ਉਹ ਕਹਿੰਦਾ ਸੰਖ ਲਿਓ ਭਾਈ ਚੱਕ ਮੈਂ ਦੱਸਣ ਲੱਗਾ ਕਿਹੜਾ ਕਿੰਨੀਆਂ ਸੀਟਾਂ ਲਿਜਾਉ ਹੂੰ ਉਹ ਕਹਿੰਦਾ ਸੰਖ ਲਿਓ ਭਾਈ ਚੱਕੇ ਉਹ ਕਿਤੇ ਸਮਾਧ ਚ ਗਏ ਉਥੋਂ ਸੰਖ ਚੱਕ ਲੇ ਉਸ ਸੰਖ ਚੱਕ ਲਿਆ ਸੰਖ ਨੂੰ ਬਾਬੇ ਨੇ ਕਿਹਾ ਇਹ ਸੰਖ ਮਹਾਰਾਜ ਖਾਣਾ ਖਾਣਾ ਅੱਜ ਸ਼ਾਮ ਦਾ ਤੇ ਪੈਸੇ ਦੇ ਸੰਖ ਚੋਂ ਬਾਹ ਆਈ 500 ਰੁਪਏ ਆ ਗਿਆ ਹੂੰ ਉਹਨੇ 500 ਰੁਪਏ ਦਿੱਤਾ ਚੋਰ ਦੇਖਿਆਂ ਦੇ ਚੋਰਾ ਨੇ ਅਖਿਆ ਯਾਰ ਬਾਬੇ ਤੇ ਕਾਦੀ ਚੋਰੀ ਕਰਨ ਸੰਖ ਚੱਕੋ ਆ ਹੋਰ ਹੀ ਪੰਗੇ ਚ ਪੈ ਗਏ ਆਪਾਂ ਤਾਂ ਆ ਤਾਂ ਕੰਮ ਹੀ ਸਾਰਾ ਸੰਖ ਦਾ ਹੈ ਚਲੋ ਜੀ ਉਹ ਬਾਬੇ ਰੋਟੀ ਖਾ ਕੇ ਰਹਿ ਗਏ ਚੋਰਾ ਨੇ ਬੋਝ ਕੇ ਜਾ ਕੇ ਸੰਖ ਚੱਕ ਲਿਆ ਸੰਖ ਚਾ ਕੇ ਲਿਜਾ ਕੇ ਚਰਾਮ ਨਾਲ ਘਰੇ ਬਹਿ ਗਿਆ ਦਿਨੇ ਤੜਕੇ 3-4 ਵਜੇ ਜਾ ਕੇ ਬਹਿ ਗਿਆ ਲਾਗੇ ਵੀ ਹੁਣ ਹੀ ਬਣ ਜਾਗੇ ਮੀਰ ਪਰਿਵਾਰ ਬਹਿ ਗਿਆ ਸਾਰਾ ਡਰ ਲਿਆ ਚੋਰ ਨੇ ਆਖਿਆ ਵੀ 헤 마ਸ ਸੰਖ ਮਹਾਰਾਜ 500 ਰੁਪਿਆ ਦਿਓ ਸੰਖ ਬੋਲਦਾ ਅਰੇ 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 500 ਦਾ ਕਿਆ ਮੰਗਣਾ 1000 ਮੰਗੋ ਹੂੰ ਬੜੇ ਖੁਸ਼ ਹੋਏ ਵੀਦਾ 1000 ਦਿੰਦਾ ਹੂੰ ਉਹ ਕਹਿੰਦੇ 헤 ਸੰਖ ਮਹਾਰਾਜ 1000 ਦਿਓ ਅਰੇ 1000 ਦਾ ਕਿਆ ਮੰਗਣਾ 2000 ਮੰਗੋ ਹੂੰ ਕਰਦੇ ਕਰਦੇ ਲੱਖ ਤੇ ਆ ਗਈ ਹੂੰ ਜਦੋਂ ਲੱਖ ਤੇ ਆ ਗਈ ਕਹਿੰਦੇ ਇਹ ਮਹਾਰਾ ਸੰਖ ਮਹਾਰਾਜ ਲੱਖ ਦਿਓ ਅਰੇ ਲੱਖ ਦਾ ਕਿਆ ਮੰਗਣਾ 2 ਲੱਖ ਮੰਗੋ ਹੂੰ ਉਹ ਤੜਕੇ ਦੇ 8:00 ਵਜੇ ਫੇ ਬੁਢੀ ਬੋਲਦੀ ਐ ਇਦੋਂ 10 ਰੱਖਤੇ ਆ ਗਈ ਗੱਲ ਜੋ 10ਵੇਂ ਸੰਖ ਮਹਾਰਾਜ 10 ਲੱਖ ਦਿਓ ਅਰੇ 10 ਲੱਖ ਕਾ ਕੀ ਮੰਗਣਾ ਵੀਰਾ ਬੂੜੀ ਕਹਿੰਦੀ ਵੀ ਦਾਦੇ ਮਘਾਉਣੇ ਆ ساری ਰਾਤ ਦਾ ਲੱਗਿਆ ਵਦੀ ਵਦੀ ਤੁਰਿਆ ਜਾਣਾ ਕੁਝ ਦੇਂਗਾ ਵੀ ਕਹਿੰਦਾ ਮੈਂ ਦੇ ਕੋਲੇ ਦੇਣ ਲੈਣ ਨੂੰ ਕੁਝ ਨਹੀਂ ਮੈਂ ਤਾਂ ਇਕੱਲੇ ਗਪੌੜਾਂ ਆਲਾ ਠੀਕ ਇਕੱਲੇ ਗੱਪ ਮਰਵਾ ਲਓ ਮੈਥੋਂ ਕਿੰਨੇ ਅਸਲੀ ਸੰਖ ਤਾਂ ਉੱਥੇ ਰਹਿ ਗਿਆ ਜਿਹੜਾ ਜਿੰਨੇ ਵੱਧ ਤਰੀਕੇ ਨਾਲ ਗਪੌੜ ਮਾਰ ਜੂ ਜਿਹੜਾ ਵੱਧ ਸੰਖ ਵੱਡਾ ਗਪੌੜ ਸੰਖ ਬਣ ਜੂ ਉਹ ਵੱਧ ਸੀਟਾਂ ਲੈ ਕੇ ਜਾਓ ਹੋ ਹ ਹ ਹ ਹ ਲਾ ਤੇ ਇੱਥੇ ਅਸਲੀ ਸੰਖ ਦਾ ਪ੍ਰਭਾਵ ਜਿ ਦਿਖਦਾ ਆਏ ਸਕਦਾ ਇਹ ਦੇਖਦਾ ਨਾ ਨੀਂਦੀ ਕੋਈ ਸੱਚਾ ਲੱਗੇ ਕੋਈ ਝੂਠਾ ਲੱਗੇ ਜਿਹੜੇ ਦੋ ਚਾਰ ਅਸਲੀ ਆ ਵਿਚਾਰੇ ਚੁੱਪ ਕਰੇ ਬੈਠੇ ਹੁਣ ਤਾਂ ਜਿਹੜਾ ਜਿੰਨਾ ਮੂਰਖ ਬਣਾ ਜੂ ਜਿੰਨਾ ਲੋਲੀਪੌਪ ਦੇ ਜੂ ਜਿੰਨਾ ਗਰੰਟੀਆਂ ਦਾ ਦੌਰ ਚੱਲਿਆ ਜਿੰਨੀਆਂ ਗਰੰਟੀਆਂ ਦੇ ਗਰੰਟੀਆਂ ਚੱਲ ਪਈਆਂ ਹੁਣ ਨਾ ਜਿੰਨੀਆਂ ਗਰੰਟੀਆਂ ਦਿੰਦੇ ਹੁਣ ਤਾਂ ਕੋਈ ਮਰਜ਼ੀ ਗਰੰਟੀ ਲੈ ਲਓ ਹੁਣ ਤਾਂ ਮੁੰਡਾ ਹੋਣ ਦੀ ਗਰੰਟੀ ਲੈ ਲਓ ਕੁੜੀ ਹੋਣ ਦੀ ਗਰੰਟੀ ਲੈ ਲਓ ਨੌਕਰੀ ਲੱਗਣ ਦੀ ਲੈ ਲਓ ਵਿਆਹ ਦੀ ਲੈ ਲਓ ਤੁਸੀਂ ਦੇਖਿਓ ਗਰੰਟੀ ਹੈ ਬੂਟ ਪੈਰਨ ਨਾਉਣ ਤੱਕ ਦੀਆਂ ਇਹਦੇ ਕਰਕੇ ਜਿੰਨਾ ਜਿੰਨੂੰ ਮੂਰਖ ਬਣਾ ਜੂਗਾ ਜਿਹੜਾ ਆ ਸਾਨੂੰ ਸੁਧਰਨ ਦੀ ਲੋੜ ਹੈ ਸਾਨੂੰ ਇੱਕ ਇਹਦੇ ਵਿੱਚ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਪਿੰਡਾਂ ਦੇ ਵਿੱਚ ਉੱਥੇ ਦੇ ਉੱਥੇ ਖੜੇ ਆ ਅਸੀਂ ਆਪਸ ਵਿੱਚ ਇੱਕ ਦੂਆ ਦੂਏ ਦਾ ਵਿਰੋਧ ਕਰਦੇ ਆ ਕਈ ਵਰਕਰ ਜਿੱਥੇ ਜਿਹੜਾ ਪਾਰਟੀ ਨਾਲ ਖੜਾ ਹੈ ਖੜਾ ਹੈ ਉਹ ਆਪਦੇ ਪਿੰਡ ਦੀ ਜੜੀ ਵਿੱਚ ਖੜਾ ਹੈ ਪਰ ਉਹ ਦੂਜੇ ਪਾਸੇ ਦੁਸ਼ਮਣ ਹੈ ਉਹਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਕਈ ਬੰਦੇ ਇੰਨੇ ਅੜੇ ਖੜੇ ਆ ਇਹ ਵੀ ਮਤਲਬ ਟੁੱਟਦੇ ਨਹੀਂ ਵੀ ਯਾਰ ਅਸੀਂ ਤਾਂ ਨਹੀਂ ਬਸ ਟੁੱਟਦੇ ਕੁਝ ਹੋ ਜੇ ਵੀ ਤੁਸੀਂ ਉਸ ਨੂੰ ਦੇਖੋ ਅਕਸ ਨੂੰ ਪਾਓ ਵੋਟਾਂ ਕਿਹੜਾ ਅਕਸ ਚੰਗਾ ਹੈ ਕਿਹੜਾ ਵਧੀਆ ਹੈ ਕਿਹੜਾ ਕੁਝ ਬੋਲ ਸਕਦਾ ਹੈ ਕਿਹੜਾ ਕੁਝ ਕਰ ਸਕਦਾ ਹੈ ਤੇ ਇਹਦੇ ਕਰਕੇ ਬਦਲਾਅ ਤਾਂ ਆਉਂਦੇ ਹੀ ਰਹਿੰਦੇ ਆਉਂਦੇ ਹੀ ਰਹਿਣਗੇ ਠੀਕ ਇਹਦੇ ਕਰਕੇ ਇਹ ਚੀਜ਼ਾਂ ਵੀ ਹੋਰ ਇਹਦੇ ਵਿੱਚ ਕੋਈ ਬਾਲਾ ਵੱਡਾ ਮੈਟਰ ਜਿਹੜਾ ਸਮਝ ਗਿਆ ਉਹ ਠੀਕ ਹੈ ਜਿਹਨਾਂ ਨੂੰ ਜਾਗਰਤ ਜਾਗਰ ਤੇ ਹੋਣ ਨਹੀਂ ਦਿੰਦੇ ਜਾਗਰਤ ਤਾਂ ਜਾਗਰ ਮੀਡੀਆ ਤੇ ਕਾਫਰ ਚ ਹੋ ਰਿਹਾ ਅੱਜ ਧਾਰਮਿਕ ਗੁਰੂ ਨਹੀਂ ਹੋਣ ਦਿੰਦੇ ਜਾਗਰ ਅੱਜ ਕੋਈ ਜਿੱਤੋ ਮਰਜੀ ਦੇਖ ਲਓ ਜਾਗਰਤ ਦੀ ਪ੍ਰੋਬਲਮ ਹੈ ਜੇ ਕੋਈ ਜਾਗਰਤ ਕਰਨਗੇ ਜਾਂ ਲੋਕਾਂ ਨੂੰ ਜਾਗਰਤ ਆਊਗੀ ਤਾਂ ਫੇਰ ਪੰਗਾ ਪਊਗਾ ਇਹਦੇ ਕਰਕੇ ਜਿਹੜਾ ਜਿਹਨੂੰ ਜਿੰਨਾ ਮੂਰਖ ਬਣਾ ਦੂਲੇ ਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਨਹੀਂ ਤੁਸੀਂ ਵੀ ਜਿਹੜਾ ਕੀਤਾ ਤੇ ਲਈ ਬਹੁਤ ਬਹੁਤ ਧੰਨਵਾਦ ਹਮ ਥੈਂਕ ਯੂ